ਗੁੱਡ ਮਾਰਨਿੰਗ ਟੂ ਆਲ ਆਫ ਦੀ, ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW Study ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਹੋ MSW Study। ਗੱਲ ਕਰਾਂਗੇ ਅੱਜ ਦੇ ਲੈਕਚਰ ਦੀ, ਲੈਕਚਰ ਨੰਬਰ ਹੈਗਾ ਤੁਹਾਡਾ 99। ਠੀਕ ਹੈ, ਇਸ ਤੋਂ ਪਹਿਲਾਂ ਬਹੁਤ ਸਾਰੇ ਲੈਕਚਰ ਬਣ ਚੁੱਕੇ ਆ, ਜਲਦੀ ਲਾਈਵ ਆ ਜਾਓ। ਲੈਕਚਰ ਹੈਗਾ 99 ਨੰਬਰ। ਠੀਕ ਹੈ ਜੀ, ਹਾਂ ਅਮਨਦੀਪ ਕੌਰ ਆ ਚੁੱਕੇ ਆ, ਗੁੱਡ ਮਾਰਨਿੰਗ। ਚਲੋ ਜਲਦੀ ਜਲਦੀ ਆ ਜਾਓ ਜਿੰਨੇ ਵੀ ਹੈ। ਹਰ ਰੋਜ਼ ਮਾਰਨਿੰਗ ਤੁਹਾਨੂੰ ਪਤਾ ਆਪਣੀ ਕਲਾਸ ਹੁੰਦੀ ਹੈ ਪੰਜਾਬੀ ਮਾਸਟਰ ਕੇਡਰ ਦੀ, ਜਿਹਦੀ ਕਿ ਪੂਰੀ ਤਿਆਰੀ ਆਪਣੀ ਚੱਲ ਰਹੀ ਹੈ। ਠੀਕ ਹੈ, ਚਲੋ ਠੀਕ ਹੈ ਜੀ, ਬਹੁਤ ਨਾਈਸ। ਗੁੱਡ ਮਾਰਨਿੰਗ ਜੀ, ਕੱਲ੍ਹ ਆਪਣੀ ਕਲਾਸ ਚੱਲਦੀ ਚੱਲਦੀ ਵਿੱਚ ਥੋੜ੍ਹੀ ਜਿਹੀ ਕੋਈ ਪ੍ਰੋਬਲਮ ਆ ਗਈ, ਉੱਥੇ ਹੀ ਸਟੋਪ ਹੋ ਗਈ ਸੀ। ਇਸੇ ਕੁਐਸਚਨ 'ਤੇ ਆਪਾਂ ਹੈ ਸੀ ਕੱਲ੍ਹ, ਸਾਇੰਸ ਦਾ ਮੁੱਖ ਪ੍ਰਯੋਜਨ ਕੀ ਹੁੰਦਾ ਹੈ, ਇਸ ਦਾ ਆਂਸਰ ਕਰ ਦਿਓ ਨਾਲ ਦੀ ਨਾਲ, ਔਰ ਸ਼ੇਅਰ ਕਰ ਦਿਓ ਜਿੰਨੇ ਆ ਚੁੱਕੇ ਹੋ, ਲਾਈਕ ਕਰ ਦਿਓ। ਮਾਸਟਰ ਮਿਸ 2017 ਦੇ ਵਿੱਚ ਪੁੱਛਿਆ ਜਾ ਚੁੱਕਿਆ ਕੁਐਸਚਨ ਹੈ ਪਹਿਲਾਂ ਹੀ। ਠੀਕ ਹੈ ਜੀ, ਵੈਰੀ ਗੁੱਡ, ਆਂਸਰ ਕਰਦੇ ਜਾਓ ਨਾਲ ਦੀ ਨਾਲ। ਚਲੋ ਆਂਸਰ ਕੀ ਰਹੇਗਾ, ਬਿਲਕੁਲ ਹਾਂਜੀ ਠੀਕ ਹੈ। ਚਲੋ ਕੋਈ ਗੱਲ ਨਹੀਂ, ਜੇ ਕੱਲ੍ਹ ਹੋ ਗਿਆ ਇੱਕ ਵਾਰ ਦੁਬਾਰਾ ਰਿਪੀਟ ਕਰ ਦਿਓ, ਇਸ ਦਾ ਆਂਸਰ ਜਿਹੜਾ ਆਪਾਂ ਕਰ ਦਿੰਦੇ ਹਾਂ, ਇਸ ਦਾ ਆਂਸਰ ਬਿਲਕੁਲ ਹੋ ਜਾਏਗਾ। ਠੀਕ ਹੈ, 233 ਦਾ ਆਂਸਰ, 23 ਦਾ ਆਂਸਰ ਕੀ ਰਹੇਗਾ, ਸੱਸਾ ਆਂਸਰ ਰਹੇਗਾ ਇਸਦਾ। ਠੀਕ ਹੈ, ਸਹੁਜ ਸਿਰਜਣ ਇਸਦਾ ਰਾਈਟ ਆਂਸਰ ਰਹੇਗਾ। ਅੱਗੇ ਆ ਜਾਓ, ਕੋਈ ਗੱਲ ਨਹੀਂ, ਸਹੁਜ ਸਿਰਜਣ ਇਸਦਾ ਰਾਈਟ ਆਂਸਰ ਰਹੇਗਾ। ਠੀਕ ਹੈ, ਸਹੁਜ ਸਿਰਜਣ। ਅਗਲੇ ਕੁਐਸਚਨ 'ਤੇ ਆ ਜਾਓ, ਰੇਖਾ ਚਿੱਤਰ ਕਿਸ ਰੂਪ ਦਾ ਅੰਗ ਹਨ ਜਾਂ ਹੈ, ਆਂਸਰ ਕਰੋ। 224 ਦਾ ਆਂਸਰ ਕੀ ਰਹੇਗਾ, ਜਲਦੀ ਕਰੋ ਜੀ। ਆਂਸਰ ਕਰੋ ਕੀ ਰਹੇਗਾ, ਰੇਖਾ ਚਿੱਤਰ ਕਿਸ ਸਾਹਿਤ ਰੂਪ ਦਾ ਅੰਗ ਹੈ, ਆਂਸਰ। ਠੀਕ ਹੈ ਜੀ, 224 ਦਾ ਆਂਸਰ ਸੀ ਕਰੇ ਬਹੁਤ ਸਾਰੇ, ਔਰ ਕਿੰਨੇ ਲਾਈਵ ਜੁੜੇ ਆ ਆਪਾਂ ਇੱਕ ਵਾਰ ਦੱਸੋ ਥੋੜ੍ਹਾ ਜਿਹਾ। ਠੀਕ ਹੈ, ਆਂਸਰ ਤੁਸੀਂ ਕਰ ਰਹੇ ਹੋ ਲਗਭਗ, ਬਿਲਕੁਲ ਠੀਕ ਹੈ ਜੀ ਤੁਹਾਡਾ। ਹਾਂ 45 ਲਾਈਵ ਹੈਗੇ ਆਪਾਂ, ਚਲੋ 42, 224 ਦਾ ਆਂਸਰ ਤੁਸੀਂ ਕਰ ਰਹੇ ਹੋ। ਠੀਕ ਹੈ, ਦੋ ਆਂਸਰ ਕਰ ਰਹੇ ਬਹੁਤ ਸਾਰੇ। ਰੇਖਾ ਚਿੱਤਰ ਕਿਸ ਸਾਹਿਤ ਰੂਪ ਦਾ ਅੰਗ ਹੈ, ਬਿਲਕੁਲ ਰਾਈਟ ਆਂਸਰ ਕੀ ਰਹੇਗਾ, ਜੇਕਰ ਦੇਖ ਲਈਏ ਰਾਈਟ ਆਂਸਰ ਇਸਦਾ ਰਹਿ ਜਾਏਗਾ ਜੀ। ਹਾਂ ਚਲੋ, ਈੜੀ ਆਂਸਰ ਰਹੇਗਾ ਜੀਵਨੀ ਦਾ। ਰੇਖਾ ਚਿੱਤਰ ਕਿਸ ਦਾ ਸਾਹਿਤ ਰੂਪ ਹੈ, ਜੀਵਨੀ ਦਾ, ਆਂਸਰ ਈੜੀ। ਚਲੋ ਅੱਗੇ ਆ ਜਾਓ, ਰੋਜ਼ਾਨਾ ਅਜੀਤ ਅਖਬਾਰ ਦਾ ਸੰਪਾਦਕ ਕੌਣ ਹੈ, ਆਂਸਰ ਕਰੋ ਜੀ। 225 ਦਾ ਆਂਸਰ ਕਰੋ, ਰੋਜ਼ਾਨਾ ਅਜੀਤ ਅਖਬਾਰ ਦਾ ਸੰਪਾਦਕ ਕੌਣ ਹੈ। ਅਜੀਤ ਅਖਬਾਰ ਤੁਸੀਂ ਪੜ੍ਹਦੇ ਹੀ ਹੋਵੋਗੇ ਡੇਲੀ,
ਠੀਕ ਹੈ, 225 ਦਾ ਆਂਸਰ ਬੀਸਟ ਕਰ ਰਹੇ ਗਏ ਰਜਨੀ ਬਾਂਸਲ, ਪ੍ਰਭਜੋਤ ਕੌਰ, ਸਿੰਮੀ, ਠੀਕ ਹੈ, ਕਰਮਜੀਤ ਕਰ ਰਹੇ ਗਏ, ਗੁਰਦੀਪ ਸਿੰਘ ਕਰ ਦਿੱਤਾ ਆਂਸਰ। ਹਾਂ ਚਲੋ, 20 ਜਣੇ ਨੇ ਲਾਈਕ ਕੀਤਾ ਹਾਲੇ ਤੱਕ, ਬਾਕੀ ਵੀ ਲਾਈਕ ਕਰੋ, 21 ਜਣੇ ਨੇ ਡਿਸਲਾਈਕ ਵੀ ਕਰ ਦਿੱਤਾ, ਚਲੋ ਕੋਈ ਗੱਲ ਨਹੀਂ। ਠੀਕ ਹੈ, ਆਂਸਰ ਇਸਦਾ ਰਹੇਗਾ ਬਿਲਕੁਲ 225 ਦਾ, ਊੜਾ, ਬਰਜਿੰਦਰ ਸਿੰਘ ਹਮਦਰਦ, ਰਾਈਟ ਆਂਸਰ ਊੜਾ, ਬਰਜਿੰਦਰ ਸਿੰਘ ਹਮਦਰਦ। ਅੱਗੇ ਆ ਜਾਓ, ਪੰਜਾਬੀ ਟ੍ਰਿਬਿਊਨ ਅਖਬਾਰ ਦਾ ਸੰਪਾਦਕ ਕੌਣ ਹੈ, ਆਂਸਰ ਕਰੋ, 226 ਦਾ, ਪੰਜਾਬੀ ਟ੍ਰਿਬਿਊਨ ਅਖਬਾਰ ਦਾ ਸੰਪਾਦਕ ਕੌਣ ਹੈ, ਆਂਸਰ ਕੀ ਰਹੇਗਾ 226 ਦਾ। ਠੀਕ ਹੈ ਜੀ, ਲਾਈਕ ਕਰ ਦਿਓ ਨਾਲ ਦੀ ਨਾਲ। ਪੰਜਾਬੀ ਟ੍ਰਿਬਿਊਨ ਅਖਬਾਰ ਦਾ ਸੰਪਾਦਕ ਕੌਣ ਹੈ, ਸਾਧੂ ਸਿੰਘ ਹਮਦਰਦ, ਬਰਿੰਦਰ ਸਿੰਘ ਬਾਲੀਆ, ਜਤਿੰਦਰ ਪੰਨੂ, ਹਰਪਾਲ ਪੰਨੂ। 226 ਦਾ ਆਂਸਰ ਕੀ ਰਹੇਗਾ। ਠੀਕ ਹੈ, ਕਰਮਜੀਤ ਆਂਸਰ ਕਰ ਰਹੇ ਹੈਗੇ ਆ, ਜਸਵੀਰ ਸਿੰਘ ਦਾ ਆਂਸਰ ਆ ਚੁੱਕਿਆ, ਮਨੂ ਆਹੀ ਦਾ ਆਂਸਰ ਆ ਚੁੱਕਿਆ, ਦਿਵਿਸ਼ ਦਾ ਆਂਸਰ ਆ ਚੁੱਕਿਆ, ਸੁੰਦਰ ਰਾਣੀ ਦਾ ਆਂਸਰ ਆ ਚੁੱਕਿਆ, ਸਰਬਜੀਤ ਵਰਮਾ ਦਾ ਆਂਸਰ ਆ ਚੁੱਕਿਆ। ਠੀਕ ਹੈ, ਬਾਕੀ ਵੀ ਕਰੋ, ਸਰਬਜੀਤ ਦਾ ਆਂਸਰ ਆ ਚੁੱਕਿਆ, ਡਾਕਟਰ ਸਵਰਾਜ ਵੀਰ ਬੋਲ ਰਹੇ ਗਏ, ਪਰ ਡਾਕਟਰ ਸਵਰਾਜ ਵੀਰ ਆਪਣੇ ਕੋਲ ਹੈ ਹੀ ਨਹੀਂ ਆਪਸ਼ਨ ਦੇ ਵਿੱਚ। ਚਲੋ, 226 ਦਾ ਆਂਸਰ ਕੀ ਰਹੇਗਾ। ਹਾਂ ਠੀਕ ਹੈ, 226 ਦਾ ਬਰਿੰਦਰ ਬਾਲੀਆ, ਬਿਲਕੁਲ, ਨਹੀਂ ਨਹੀਂ ਇੱਕ ਮਿੰਟ, ਚਲੋ ਆਂਸਰ ਕਰੋ ਤੁਹਾਡੇ ਮੁਤਾਬਕ। ਪੰਜਾਬੀ ਟ੍ਰਿਬਿਊਨ ਅਖਬਾਰ ਦਾ ਸੰਪਾਦਕ ਕੌਣ ਹੈ, ਆਂਸਰ। ਜੀ ਕਰੋ ਜਲਦੀ ਜਲਦੀ ਆਂਸਰ। ਹਾਂਜੀ ਆਂਸਰ ਬਿਲਕੁਲ ਰਾਈਟ ਕਰੋ, ਆਂਸਰ ਦੇ ਵਿੱਚ ਬਹੁਤ ਕਨਫਿਊਜ਼ਨ ਜਿਹੜੀ ਤੁਸੀਂ ਕ੍ਰੀਏਟ ਕਰ ਰਹੇ ਹੋ, ਕੋਈ ਕੀ ਕਹਿ ਰਿਹਾ ਕੋਈ ਕੀ ਕਹਿ ਰਿਹਾ, ਆਂਸਰ ਕੀ ਰਹੇਗਾ। ਹਾਂਜੀ ਇਸਦਾ ਰਾਈਟ ਆਂਸਰ ਹੋਏਗਾ ਸਵਰਾਜ ਵੀਰ, ਕਿਉਂਕਿ ਇਸਦੇ ਵਿੱਚ ਆਂਸਰ ਹੀ ਨਹੀਂ ਹੈ, ਬਿਲਕੁਲ ਇਹੀ ਹੈ ਮੁੱਖ ਸੰਪਾਦਕ ਜੇਕਰ ਗੱਲ ਕੀਤੀ ਜਾਵੇ ਤਾਂ। ਹਾਂਜੀ ਇਸਦੇ ਵਿੱਚ ਆਂਸਰ ਨਹੀਂ ਹੈ ਵੈਸੇ ਤਾਂ ਆਂਸਰ ਆਪਣੇ ਕੋਲ ਜਿਹੜਾ ਹੋਏਗਾ ਇਸਦਾ ਹੈਗਾ ਸਵਰਾਜ ਵੀਰ, ਠੀਕ ਹੈ, ਜੋ ਕਿ ਮੁੱਖ ਸੰਪਾਦਕ ਹੈਗੇ ਆ ਸਵਰਾਜ ਵੀਰ, ਪੰਜਾਬੀ ਅਖਬਾਰ ਦੇ, ਪੰਜਾਬੀ ਟ੍ਰਿਬਿਊਨ ਅਖਬਾਰ ਦੇ। ਠੀਕ ਹੈ, ਰਾਈਟ ਆਂਸਰ ਇਹ ਰਹੇਗਾ, ਇਸਦੇ ਵਿੱਚ ਆਂਸਰ ਨਹੀਂ ਹੈਗਾ, ਆਪਸ਼ਨ ਨਹੀਂ ਹੈਗੀ। ਹਾਂਜੀ ਡਾਕਟਰ ਸਵਰਾਜ ਵੀਰ ਮੁੱਖ ਸੰਪਾਦਕ ਨੇ ਜੀ, ਬਿਲਕੁਲ ਸਹੀ ਹੈ ਜੀ ਤੁਹਾਡਾ, ਸਰਬਜੀਤ ਕੌਰ, ਇਸ ਲਈ ਇਸਦੇ ਵਿੱਚ ਕੋਈ ਆਪਸ਼ਨ ਠੀਕ ਨਹੀਂ ਹੈ। ਦੇਖੋ ਮਾਸਟਰ ਮਿਸਟਰ 2017 ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ, ਇਸਦਾ ਕੀ ਕਾਰਨ ਹੈ, ਆਪਸ਼ਨ ਕਿਉਂ ਨਹੀਂ ਦਿੱਤੀ, ਜਾਂ ਇਸਦੇ ਵਿੱਚ ਕੀ ਹੋਰ ਰੀਜ਼ਨ ਹੋ ਸਕਦਾ, ਤਾਂ ਇਸ ਬਾਰੇ ਆਪਾਂ ਨਹੀਂ ਕੁਛ ਕਹਿ ਸਕਦੇ, ਪਰ ਆਂਸਰ ਜਿਹੜਾ ਬਿਲਕੁਲ ਹੋਏਗਾ ਸਵਰਾਜ ਵੀਰ ਆਂਸਰ ਹੋਏਗਾ। ਚਲੋ ਅੱਗੇ ਆ ਜਾਓ, ਨੈਕਸਟ, ਪੰਜਾਬ ਦੇ ਮਹਾਨ ਕਲਾਕਾਰ ਪੁਸਤਕ ਦਾ ਪ੍ਰਕਾਸ਼ਕ ਕੌਣ ਸੀ, ਚਲੋ ਆਂਸਰ ਕਰੋ, ਪੰਜਾਬ ਦੇ ਮਹਾਨ ਕਲਾਕਾਰ ਪੁਸਤਕ ਦਾ
ਪ੍ਰਕਾਸ਼ਕ ਕੌਣ ਸੀ, ਕੌਣ ਹੈ ਜਾਂ ਕਹਿ ਸਕਦੇ ਹਾਂ ਆਪਾਂ ਆਨਸਰ। ਦੋ ਸੌ ਸਤਾਈ ਦਾ ਆਨਸਰ ਤੁਸੀਂ ਕਰ ਰਹੇ ਹੋ ਲਗਭਗ। ਪੰਜਾਬ ਦੇ ਮਹਾਨ ਕਲਾਕਾਰ ਪੁਸਤਕ ਦਾ ਪ੍ਰਕਾਸ਼ਕ ਕੌਣ ਹੈ, ਆਨਸਰ ਰਹੇਗਾ ਬਿਲਕੁਲ 227 ਦਾ ਤੁਹਾਡਾ, ਠੀਕ ਹੈ। ਸੀ ਆਨਸਰ ਬਹੁਤ ਸਾਰੇ ਕਰ ਰਹੇ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਚਲੋ ਦੇਖਦੇ ਹਾਂ ਕੀ ਆਨਸਰ ਹੈਗਾ। ਰਾਈਟ, 227 ਦਾ ਆਨਸਰ ਈੜੀ ਹੀ ਹੋਏਗਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਠੀਕ ਹੈ। ਆਨਸਰ ਈੜੀ ਹੋਏਗਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਾਈਟ ਆਨਸਰ ਹੋਏਗਾ ਜੀ, ਠੀਕ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਾਈਟ ਆਨਸਰ ਹੋਏਗਾ, ਬਿਲਕੁਲ ਸਹੀ ਹੈ, ਠੀਕ ਹੈ ਜੀ। ਜੋਤੀ ਕੌਰ ਦਾ ਆਨਸਰ ਗਲਤ ਹੋ ਚੁੱਕਿਆ। ਅੱਗੇ ਆ ਜਾਓ, ਨੈਕਸਟ ਨੈਕਸਟ ਕੁਐਸਚਨ ਹੈ, ਸੰਨ 2012 ਵਿੱਚ ਕਿਸ ਸਾਹਿਤਕਾਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ। 2017 ਦੇ ਵਿੱਚ ਪੁੱਛਿਆ ਜਾ ਕੁਐਸਚਨ ਹੈਗਾ ਇਹ ਵਾਲਾ। ਆਨਸਰ ਕਰੋ, ਸੁੰਦਰ ਰਾਣੀ ਦਾ ਆਨਸਰ ਆ ਚੁੱਕਿਆ, ਗੁਰੂ ਨਾਨਕ ਦੇਵ, ਹਾਂਜੀ ਪਹਿਲਾਂ ਵਾਲੇ ਦਾ ਠੀਕ ਹੈ। ਆਨਸਰ ਕਰੋ 228 ਦਾ, 2012 ਵਿੱਚ ਕਿਸ ਸਾਹਿਤਕਾਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਸੁਰਜੀਤ ਪਾਤਰ, ਜਤਿੰਦਰ ਪੰਨੂ, ਖੁਸ਼ਵੰਤ ਸਿੰਘ, ਦਲੀਪ ਕੌਰ ਟਿਵਾਣਾ। ਹਾਂਜੀ 2012 ਦੇ ਵਿੱਚ 228 ਦਾ ਆਨਸਰ ਕਰਨਾ ਤੁਸੀਂ। ਆਨਸਰ ਕਰੋ ਜਲਦੀ, ਠੀਕ ਹੈ। ਤੁਹਾਡਾ ਆਨਸਰ ਆਉਣਾ ਸਟਾਰਟ ਹੋ ਚੁੱਕਿਆ ਲਗਭਗ। ਪਾਤਰ ਆਨਸਰ ਤੁਸੀਂ ਕਰ ਰਹੇ ਹੋ, ਨੀਸ਼ਾ ਰਾਣੀ, ਸਿੰਮੀ ਸਿੱਧੂ, ਮਨਪ੍ਰੀਤ ਕੌਰ, ਸੰਜੇ ਕੁਮਾਰ, ਪਰਮਜੋਤ ਕੌਰ, ਗੋਪੀ ਸ਼ੇਰਪੁਰ, ਜਸਬੀਰ, ਸੁਰਿੰਦਰ ਕੌਰ, ਦਿਵੀਸਤ। ਹਾਂ ਬਿਲਕੁਲ ਇਹ ਆਨਸਰ ਹੈਗਾ ਸੁਰਜੀਤ ਪਾਤਰ, ਰਾਈਟ ਆਨਸਰ ਹੋਏਗਾ ਸੁਰਜੀਤ ਪਾਤਰ। ਚਲੋ ਅੱਗੇ ਦੇਖੋ, ਜਨਮ ਸਾਖੀ ਹੁੰਦੀ ਹੈ, ਕੀ ਹੁੰਦੀ ਹੈ ਜਨਮ ਸਾਖੀ? ਇਤਿਹਾਸ, ਜੀਵਨੀ, ਸਫ਼ਰਨਾਮਾ, ਨਾਟਕ, ਕੀ ਕਹਾਂਗੇ ਜਨਮ ਸਾਖੀ ਨੂੰ? 229 ਦਾ ਆਨਸਰ ਕਰੋ। ਹਾਂਜੀ ਪਹਿਲੇ ਵਾਲੇ ਦਾ ਸ਼ੈਲੀ ਜੀ ਆਨਸਰ ਇਹ ਹੋ ਚੁੱਕਿਆ, ਵਰਿੰਦਰ ਜੀ ਠੀਕ ਹੈ, ਆਨਸਰ ਸੁਰਜੀਤ ਪਾਤਰ ਹੋ ਚੁੱਕਿਆ। ਅਮਨਦੀਪ ਕੌਰ ਜੀ, ਰਜਨੀ ਬੰਸਲ ਜੀ ਠੀਕ ਹੈ, ਮਨਦੀਪ ਸਿੰਘ, ਹੈਪੀ ਬੋਲਚ ਠੀਕ ਹੈ ਜੀ, ਨੀਸ਼ਾ ਰਾਣੀ ਜੀ ਠੀਕ ਆਨਸਰ, ਪਹਿਲਾਂ ਵਾਲੇ ਦਾ ਆਨਸਰ ਤੁਹਾਡਾ ਠੀਕ ਹੈ। ਅੱਗੇ ਜਨਮ ਸਾਖੀ ਹੁੰਦੀ ਹੈ, ਕੀ ਹੁੰਦੀ ਹੈ? ਇਤਿਹਾਸ ਹੁੰਦੀ ਹੈ, ਜੀਵਨੀ ਹੁੰਦੀ ਹੈ, ਸਫ਼ਰਨਾਮਾ, ਨਾਟਕ ਹੁੰਦੀ ਹੈ। ਹਾਂ 229 ਦਾ ਆਨਸਰ ਤੁਸੀਂ ਕਰ ਰਹੇ ਹੋ, ਬਿਲਕੁਲ 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 ਠੀਕ ਹੈ। ਜੀਵਨੀ, ਜਨਮ ਸਾਖੀ, ਜਨਮ ਨਾਲ ਸੰਬੰਧਿਤ, ਜਨਮ ਤੋਂ ਲੈ ਕੇ ਉਸਦੇ ਅੱਗੇ ਜੀਵਨ ਬਾਰੇ ਸੰਬੰਧਿਤ ਚੀਜ਼ਾਂ, ਤਾਂ ਉਹੀ ਚੀਜ਼ ਜੀਵਨੀ ਆ ਜਾਂਦੀ ਹੈ, ਬਿਲਕੁਲ ਜੀਵਨੀ ਹੀ ਹੈ ਨਾ ਹੁੰਦੀ ਹੈ, ਜਨਮ ਸਾਖੀ ਜੀਵਨੀ ਵਰਗੀ ਹੀ ਹੁੰਦੀ ਹੈ। ਆਨਸਰ ਇਸੇ ਕਰਕੇ ਆਪਣਾ ਹੋਏਗਾ 2017 ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ ਵੀ। ਅੱਗੇ ਕੁਐਸਚਨ 'ਤੇ ਆ ਜਾਓ, ਆਰਸੀ ਦਾ ਲੇਖਕ ਕੌਣ ਹੈ? ਆਨਸਰ ਕਰੋ, ਆਰਸੀ ਦਾ ਲੇਖਕ ਕੌਣ ਹੈ? 2017 ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ, ਆਰਸੀ ਦਾ ਲੇਖਕ ਕੌਣ ਹੈ? ਆਨਸਰ ਕਰੋ। ਹਾਂ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਹੈ ਆਰਸੀ, ਬਿਲਕੁਲ ਠੀਕ ਆਨਸਰ ਤੁਹਾਡਾ ਹੋ ਚੁੱਕਿਆ, ਪਹਿਲੀ ਪ੍ਰਮਾਣਿਕ ਸਵੈ ਜੀਵਨੀ ਇਸਨੂੰ ਕਹਿ ਸਕਦੇ ਹਾਂ ਆਪਾਂ। ਚਲੋ ਆਨਸਰ ਹੈਗਾ ਤੇਜਾ ਸਿੰਘ, ਊੜ ਆਨਸਰ। ਅੱਗੇ ਆ ਜਾਓ, ਗੁਰੂ ਨਾਨਕ ਚਮਤਕਾਰ ਕਿਸ ਨੇ ਲਿਖਿਆ? ਆਨਸਰ ਕਰੋ, 2017 ਦੇ ਵਿੱਚ ਪੁੱਛਿਆ ਜਾ ਚੁੱਕਾ ਕੁਐਸਚਨ ਹੈ, ਗੁਰੂ ਨਾਨਕ ਚਮਤਕਾਰ ਕਿਸ ਨੇ ਲਿਖਿਆ? ਆਨਸਰ ਸੋਰੀ
ਹਾਂਜੀ ਕਰੋ ਆਂਸਰ, ਗੁਰੂ ਨਾਨਕ ਚਮਤਕਾਰ ਕਿਸਨੇ ਲਿਖਿਆ, ਆਂਸਰ ਕੀ ਰਹੇਗਾ? ਪ੍ਰੋਫੈਸਰ ਮੋਹਨ ਸਿੰਘ, ਭਾਈ ਵੀਰ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ ਔਰ ਪ੍ਰੋਫੈਸਰ ਪੂਰਨ ਸਿੰਘ, 231 ਦਾ ਆਂਸਰ ਤੁਸੀਂ ਕਰ ਰਹੇ ਹੋ ਲਗਭਗ ਆਂਸਰ, ਠੀਕ ਹੈ। 230 ਦਾ ਹੋ ਚੁੱਕਿਆ ਪਹਿਲਾਂ ਹੀ ਆਪਣਾ, ਤੇਜਾ ਸਿੰਘ 231 ਦਾ ਆਂਸਰ ਕਰੋ, ਗੁਰੂ ਨਾਨਕ ਚਮਤਕਾਰ ਕਿਸਨੇ ਲਿਖਿਆ ਹੈ ਆਂਸਰ। ਹਾਂ ਰਾਜਵੀਰ ਕਹਿੰਦੇ ਮੈਂ ਲੇਟ ਹੋ ਗਏ, ਕੋਈ ਗੱਲ ਨਹੀਂ ਜੀ, ਜੋ ਲੇਟ ਹੋ ਗਏ ਆਫਲਾਈਨ ਕਲਾਸ ਜ਼ਰੂਰ ਦੇਖ ਲਿਆ ਕਰੋ। ਚਲੋ ਗੁਰੂ ਨਾਨਕ ਚਮਤਕਾਰ ਆਂਸਰ ਬਿਲਕੁਲ ਸਹੀ ਰਹੇਗਾ ਤੁਹਾਡਾ, ਆੜਾ ਭਾਈ ਵੀਰ ਸਿੰਘ, ਭਾਈ ਵੀਰ ਸਿੰਘ ਇਸਦਾ ਰਾਈਟ ਆਂਸਰ ਹੋਏਗਾ ਜੀ, ਭਾਈ ਵੀਰ ਸਿੰਘ ਬਿਲਕੁਲ ਕਰੈਕਟ ਆਂਸਰ ਹੋਏਗਾ, ਭਾਈ ਵੀਰ ਸਿੰਘ ਠੀਕ ਹੈ, ਭਾਈ ਵੀਰ ਸਿੰਘ ਇਸਦਾ ਰਾਈਟ ਆਂਸਰ ਰਹੇਗਾ ਜੀ, ਬਿਲਕੁਲ ਰਾਈਟ ਆਂਸਰ ਰਹੇਗਾ ਭਾਈ ਵੀਰ ਸਿੰਘ ਠੀਕ ਹੈ, ਭਾਈ ਵੀਰ ਸਿੰਘ ਬਿਲਕੁਲ ਰਾਈਟ ਆਂਸਰ ਰਹੇਗਾ। ਚਲੋ ਹੁਣ ਜਿਹੜੇ ਆਪਣੇ ਕੁਐਸਚਨ ਜਿਹੜੇ ਹੋ ਚੁੱਕੇ ਆ ਪਹਿਲਾਂ ਵਾਲੇ, ਸਾਹਿਤ ਦੇ ਜੋ ਰੂਪ ਸੀ ਠੀਕ ਹੈ, ਸਾਹਿਤ ਦੇ ਵੱਖ ਵੱਖ ਰੂਪਾਂ ਨਾਲ ਸੰਬੰਧ ਜਿਹੜੇ ਆਪਣੇ ਕੁਐਸਚਨ ਹੋ ਚੁੱਕੇ ਆ, ਹੁਣ ਆਪਾਂ ਜਿਹੜੇ ਲੋਕ ਪੰਜਾਬੀ ਲੋਕ ਸਾਹਿਤ ਦੇ ਭਿੰਨ ਭਿੰਨ ਰੂਪਾਂ ਦੇ ਨਾਲ ਜਿਹੜੇ ਕੁਐਸਚਨ ਕਰਾਂਗੇ ਠੀਕ ਹੈ। ਨਵੇਂ ਆਪਣੇ ਕੋਲ ਕੁਐਸਚਨ ਸਟਾਰਟ ਹੋ ਚੁੱਕੇ ਆ ਤਾਂ ਜਿਸ ਦੇ ਵਿੱਚ ਆਪਾਂ ਸਟਾਰਟ ਕਰਨ ਲੱਗੇ, ਫਸਟ ਕੁਐਸਚਨ ਕੀ ਰਹੇਗਾ? ਲੋਕ ਸਾਹਿਤ ਕੀ ਹੈ? ਹਮੇਸ਼ਾ ਸਥਿਰ ਰਹਿੰਦਾ ਹੈ, ਪਾਣੀ ਦੇ ਵਹਿਣ ਵਾਂਗ ਨਿਰੰਤਰ ਚੱਲਦਾ ਹੈ, 5 ਸਾਲਾਂ ਬਾਅਦ ਬਦਲ ਜਾਂਦਾ ਹੈ, ਹਰ ਸਦੀ ਬਾਅਦ ਬਦਲਦਾ ਹੈ, ਆਂਸਰ ਕੀ ਰਹੇਗਾ? 1 ਦਾ ਕਰੋ ਜੀ ਆਂਸਰ ਜਲਦੀ। 1 ਨੰਬਰ ਕੁਐਸਚਨ ਤੁਹਾਡੇ ਸਕਰੀਨ 'ਤੇ ਹੈ, ਹਮੇਸ਼ਾ ਸਥਿਰ ਰਹਿੰਦਾ ਹੈ ਜਾਂ ਲੋਕ ਸਾਹਿਤ ਪਾਣੀ ਦੇ ਵਹਿਣ ਵਾਂਗ ਨਿਰੰਤਰ ਚੱਲਦਾ ਰਹਿੰਦਾ ਹੈ, 5 ਸਾਲਾਂ ਬਾਅਦ ਬਦਲ ਜਾਂਦਾ। ਦੇਖੋ 5 ਸਾਲਾਂ ਵਾਲੀ ਤਾਂ ਕੋਈ ਗੱਲ ਹੀ ਨਹੀਂ ਵੀ ਸਾਹਿਤ ਬਦਲ ਜਾਂਦਾ ਹੈ, ਤਾਂ ਆਂਸਰ ਕਰੋ 1 ਦਾ ਕੀ ਰਹੇਗਾ? ਬਿਲਕੁਲ ਆਂਸਰ ਦੇਖ ਲੈਣਾ ਤੁਹਾਡਾ ਠੀਕ ਹੈ, 1 ਦਾ ਆਂਸਰ ਬਿਲਕੁਲ ਤੁਸੀਂ ਕਰ ਰਹੇ ਹੋ, ਹਮੇਸ਼ਾ ਸਥਿਰ ਰਹਿੰਦਾ ਹੈ ਠੀਕ ਹੈ, ਪਰ ਆਂਸਰ ਬਿਲਕੁਲ ਰਾਈਟ, ਦੇਖਦੇ ਹਾਂ ਕੀ ਰਹੇਗਾ। ਬੀ ਆਂਸਰ ਬਹੁਤ ਸਾਰੇ ਕਰ ਰਹੇ ਆ, ਪਾਣੀ ਦੇ ਵਹਿਣ ਵਾਂਗ ਪ੍ਰਭ ਆਂਸਰ ਕਰ ਰਹੇ ਆ, ਗੁਰਪ੍ਰੀਤ ਕੌਰ ਦਾ ਆਂਸਰ ਬੀ ਆ ਰਿਹਾ, ਦਿਵੀਸ਼ ਦਾ ਆਂਸਰ ਬੀ ਹੈ ਠੀਕ ਹੈ, ਏ ਵਾਲੇ ਕੌਣ ਕੌਣ ਹੈ? ਸ਼ੈਲੀ ਜੀ ਆਂਸਰ ਬੀ ਦੇ ਰਹੇ ਹੈ, ਹਰਜਿੰਦਰ ਕੌਰ ਦਾ ਆਂਸਰ ਬੀ ਹੈ, ਬਿਲਕੁਲ ਆਂਸਰ ਬੀ ਹੀ ਰਹੇਗਾ ਕਿਉਂਕਿ ਸਾਹਿਤ ਬਦਲਦਾ ਰਹਿੰਦਾ ਠੀਕ ਹੈ, ਤਾਂ ਸਾਹਿਤ 'ਤੇ ਪ੍ਰਭਾਵ, ਮੰਨ ਲਓ ਪਹਿਲਾਂ ਆਪਣਾ ਪੁਰਾਣਾ ਸਾਹਿਤ ਸੀ ਠੀਕ ਹੈ, ਉਸ ਤੋਂ ਪੱਛਮੀ ਸਾਹਿਤ ਦਾ ਪ੍ਰਭਾਵ ਪੈਂਦਾ ਗਿਆ, ਇਸ ਤਰ੍ਹਾਂ ਵੱਖ ਵੱਖ ਪ੍ਰਭਾਵ ਜਿਹੜੇ ਪੈਂਦੇ ਰਹਿੰਦੇ ਆ, ਪਾਣੀ ਦੇ ਵਹਿਣ ਵਾਂਗ ਨਿਰੰਤਰ ਜਿਹੜਾ ਚੱਲਦਾ ਰਹਿੰਦਾ ਸਾਹਿਤ ਠੀਕ ਹੈ, ਲਗਾਤਾਰ ਚੱਲਦਾ ਰਹਿੰਦਾ, ਇਸ ਨਵੀਆਂ ਚੀਜ਼ਾਂ ਐਡ ਹੁੰਦੀਆਂ ਰਹਿੰਦੀਆਂ। ਆਂਸਰ ਹੈਗਾ ਆੜਾ, ਅੱਗੇ ਆ ਜਾਓ, ਲੋਕ ਸਾਹਿਤ ਦਾ ਸਿਰਜਕ ਹੁੰਦਾ ਹੈ, ਆਂਸਰ ਕਰੋ ਜੀ ਕੀ ਰਹੇਗਾ? ਲੋਕ ਸਾਹਿਤ ਦਾ ਸਿਰਜਕ ਹੁੰਦਾ ਹੈ, ਇੱਕ ਖਾਸ ਖਿੱਤੇ ਵੱਲੋਂ ਕੀਤਾ ਜਾਂਦਾ, ਸਮਾਜ ਸ਼ਾਸਤਰੀ, ਸਮੁੱਚੀ ਜਾਤੀ ਦੇ ਲੋਕ, ਇੱਕ ਖਾਸ ਭਾਸ਼ਾ ਵਿਗਿਆਨੀ, ਦੱਸੋ ਇਸਦਾ ਸਿਰਜਕ ਕੌਣ ਹੁੰਦਾ ਹੈ? ਲੋਕ ਸਾਹਿਤ ਨੂੰ ਬਣਾਉਂਦਾ ਕੌਣ ਹੈ? ਸਿਰਜਦਾ ਕੌਣ ਹੈ? ਤਾਂ ਕਿਸ ਤਰ੍ਹਾਂ, ਦੱਸੋ ਆਂਸਰ 2 ਦਾ ਕਰੋ ਕੀ ਰਹੇਗਾ ਜੀ? 2 ਦਾ ਆਂਸਰ ਕਰੋ ਕੀ ਹੋਏਗਾ? ਲੋਕ ਸਾਹਿਤ ਦਾ ਸਿਰਜਕ ਹੁੰਦਾ ਹੈ, ਹਾਂ, ਔਰ ਵੀਡੀਓ ਕੁਆਲਿਟੀ, ਵੋਇਸ ਕੁਆਲਿਟੀ ਕਿਸ ਤਰ੍ਹਾਂ ਹੈ ਠੀਕ ਹੈ, ਇੱਕ ਵਾਰ ਥੰਬਸ ਅਪ ਕਰ ਦਿਓ ਜਲਦੀ ਠੀਕ ਹੈ ਜੀ, ਜਲਦੀ ਥੰਬਸ ਅਪ ਕਰ ਦਿਓ ਔਰ ਲਾਈਕ ਕਰ ਦਿਓ ਜਿੰਨੇ ਵੀ ਦੇਖ ਰਹੇ ਹੋ, 86 ਲਾਈਵ ਹੈਗੇ ਆਪਾਂ, ਔਰ ਲਾਈਕ ਜਿਹੜਾ ਅੱਧਿਆਂ ਨੇ ਕੀਤਾ, 41 ਨੇ ਲਾਈਕ ਕੀਤਾ ਔਰ 2 ਨੇ ਡਿਸਲਾਈਕ ਕਰ ਦਿੱਤਾ ਲਗਭਗ ਠੀਕ ਹੈ, ਸਾਰੇ ਆਂਸਰ ਕਰੋ ਜਲਦੀ। 2 ਦਾ ਲੋਕ ਸਾਹਿਤ ਦਾ ਸਿਰਜਕ ਹੁੰਦਾ ਹੈ ਕੀ? ਆਂਸਰ 2 ਦਾ ਬਿਲਕੁਲ ਰਾਈਟ ਰਹੇਗਾ ਈੜੀ, ਸਮੁੱਚੀ ਜਾਤੀ ਦੇ ਲੋਕ,
ਕਿਉਂਕਿ ਲੋਕ ਸਾਹਿਤ ਦੇ ਵਿੱਚ ਸਭ ਕੁਝ ਆ ਜਾਂਦਾ। ਤਾਂ ਸਮੁੱਚੀ ਜਾਤੀ ਦੇ ਲੋਕ ਆਂਸਰ ਹੈਗਾ ਇਸਦਾ ਸੀ, ਬਿਲਕੁਲ ਸੀ ਆਂਸਰ ਰਾਈਟ ਹੈਗਾ ਜੀ। ਹਾਂ, ਸਮੁੱਚੀ ਜਾਤੀ ਦੇ ਲੋਕ, ਬਿਲਕੁਲ ਜੀ। ਥੈਂਕ ਯੂ ਸਾਰਿਆਂ ਦਾ। ਆਡੀਓ ਕੈਂਟ ਆ, ਠੀਕ ਆ ਜੀ, ਵੀਡੀਓ ਵੀ ਕੈਂਟ ਆ ਕਹਿੰਦੇ। ਚਲੋ, ਆਂਸਰ ਹੈਗਾ ਈਡੀ। ਅੱਗੇ ਆ ਜਾਓ, ਨੈਕਸਟ। ਲੋਕ ਸਾਹਿਤ ਅਭਿਵਿਅਕਤੀ ਹੈ, ਲੋਕ ਸਾਹਿਤ ਅਭਿਵਿਅਕਤੀ ਹੈ, ਲੋਕ ਜੀਵਨ ਦੀ, ਲੋਕ ਮਾਨਸ ਦੀ, ਲੋਕ ਵਿਵਹਾਰ ਦੀ, ਔਰ ਇਹਨਾਂ ਵਿੱਚੋਂ ਕੋਈ ਨਹੀਂ। ਹੌਲੀ ਹੌਲੀ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਅੱਜ ਮੇਰਾ ਸਲੋ ਮੋਸ਼ਨ ਹੈ, ਥੋੜ੍ਹੀ ਜਿਹੀ ਪ੍ਰੋਬਲਮ ਚੱਲ ਰਹੀ ਹੈ, ਠੀਕ ਹੈ। ਤੁਹਾਨੂੰ ਦੱਸਿਆ ਸੀ ਕਿ ਸਰਵਾਈਕਲ ਪੇਨ ਕਰਕੇ ਜਿਹੜਾ ਮੈਨੂੰ ਇੱਕ ਹੈੱਡ ਦੇ ਹਾਫ ਸਿਰੇ ਦੇ ਵਿੱਚ ਜਿਹੜਾ ਪੇਨ ਹੋਣ ਲੱਗ ਜਾਂਦਾ, ਔਰ ਇੱਕ ਜੋ ਆਰਮ ਦੇ ਵਿੱਚ ਵੀ ਪੇਨ ਚਲਾ ਜਾਂਦਾ, ਤਾਂ ਇਸ ਕਰਕੇ ਮੈਨਸ ਨਹੀਂ ਹੁੰਦਾ ਕਈ ਵਾਰੀ ਕਲਾਸ, ਪਰ ਫਿਰ ਵੀ ਕੋਸ਼ਿਸ਼ ਰਹਿੰਦੀ ਹੈ ਤੁਹਾਡੇ ਨਾਲ ਕਲਾਸ ਸ਼ੇਅਰ ਕਰਨ ਦੀ। ਔਰ ਇਸ ਤੋਂ ਇਲਾਵਾ ਕੱਲ੍ਹ ਦੀ ਜੋ ਈਵਨਿੰਗ ਕਲਾਸ SST ਦੀ ਹੁੰਦੀ ਹੈ ਆਪਣੀ, ਉਸ ਬਾਰੇ ਤੁਹਾਨੂੰ ਦੱਸ ਦਈਏ। SST ਦੀ ਕਲਾਸ ਕੱਲ੍ਹ ਆਪਣੀ ਨਹੀਂ ਲੱਗੀ, ਉਸਦਾ ਕਾਰਨ ਕੀ ਰਿਹਾ? ਕਲਾਸ ਕਿਉਂ ਨਹੀਂ ਲੱਗੀ? ਕਿਉਂਕਿ ਕੱਲ੍ਹ ਜੋ ਆਪਾਂ ਤੁਹਾਡੇ ਲਈ, ਕਿਉਂਕਿ ਹਰ ਰੋਜ਼ ਡੇਲੀ ਜਿਹੜਾ PDF ਨਵਾਂ ਕ੍ਰੀਏਟ ਕਰੀਦਾ, ਹਰ ਰੋਜ਼ ਜਿਹੜੇ ਫਰੈਸ਼ ਕੁਐਸਚਨ ਤੁਹਾਡੇ ਲਈ ਜਿਹੜੇ ਬਣਾਈ ਦੇ ਹੈਗੇ ਆ, ਤਾਂ ਉਹ PDF ਕੱਲ੍ਹ ਬਣਾਇਆ ਸੀ ਜਿਹਦੇ ਵਿੱਚ ਲਗਭਗ 20 ਕੁਐਸਚਨ ਤੁਹਾਡੇ ਲਈ ਸਿਲੈਕਟ ਕੀਤੇ ਸੀ, ਪਰ ਉਹ PDF ਜਿਹੜਾ ਸੇਵ ਨਹੀਂ ਕੀਤਾ ਗਿਆ, ਠੀਕ ਹੈ। ਉਹ ਸੇਵ ਕਰਨਾ ਉਸਨੂੰ ਭੁੱਲ ਗਏ, ਔਰ ਉਹ PDF ਜਿਹੜਾ ਡਿਲੀਟ ਹੋ ਗਿਆ, ਰਿਮੂਵ ਹੋ ਗਿਆ ਦੁਬਾਰਾ। ਅਤੇ ਇਸ ਕਰਕੇ ਕੱਲ੍ਹ ਜਿਹੜਾ ਸਾਰਾ ਹੀ ਜਿਹੜੀ ਹਾਰਡ ਵਰਕਿੰਗ ਸੀ ਔਰ ਮਿਹਨਤ ਕੀਤੀ ਕਰਾਈ ਜਿਹੜੀ, ਉਸ 'ਤੇ ਪਾਣੀ ਪੈ ਗਿਆ ਸੀ। ਤਾਂ ਇਸ ਕਰਕੇ ਕੱਲ੍ਹ ਆਪਣੇ ਈਵਨਿੰਗ ਲੈਕਚਰ ਹੀ ਨਹੀਂ ਲੱਗਿਆ। ਚਲੋ, ਅੱਜ ਈਵਨਿੰਗ ਲੈਕਚਰ ਲੱਗੂਗਾ ਜ਼ਰੂਰ। ਔਰ ਇਸ ਤੋਂ ਇਲਾਵਾ SST ਦੀ ਸਿਵਿਕਸ ਦੀ ਪੇਡ ਕਲਾਸ, ਠੀਕ ਹੈ, ਸਿਵਿਕਸ ਦੀ ਪੇਡ ਕਲਾਸ 15 ਜੂਨ ਤੋਂ ਸਟਾਰਟ ਹੋਣ ਵਾਲੀ ਹੈ। ਅੱਜ ਲਗਭਗ 5 ਦਿਨ ਹੈਗੇ ਤੁਹਾਡੇ ਕੋਲ, 15 ਜੂਨ ਤੋਂ ਸਿਵਿਕਸ ਦੀ ਪੇਡ ਕਲਾਸ ਸਟਾਰਟ ਹੋਏਗੀ, ਜਿਸ ਦੇ ਵਿੱਚ ਤੁਸੀਂ ਥਿਓਰੀ ਲੈਕਚਰ ਤੁਹਾਨੂੰ ਮਿਲਣਗੇ, MCQ ਟੈਸਟ ਜਿਹੜੇ ਵੀਕਲੀ ਮਿਲ ਜਾਣਗੇ ਤੁਹਾਨੂੰ ਵੀਕਲੀ, ਠੀਕ ਹੈ। ਔਰ ਇਸ ਤੋਂ ਇਲਾਵਾ ਫ੍ਰੀ PDF ਮਿਲੇਗਾ ਹਰ ਲੈਕਚਰ ਦਾ, ਹੈਂਡ ਰਾਈਟਿੰਗ ਨੋਟਸ ਦੇ ਵਿੱਚ ਜਿਹੜਾ ਲਗਭਗ ਤੁਹਾਨੂੰ ਬਿਲਕੁਲ ਥਿਓਰੀ ਕਰਵਾਈ ਜਾਏਗੀ, ਠੀਕ ਹੈ। ਸਿਵਿਕਸ ਮਾਸਟਰ ਗੇਟ ਦਾ ਪੂਰਾ ਸਿਲੇਬਸ ਕਰਾਇਆ ਜਾਏਗਾ, ਠੀਕ ਹੈ। 15 ਟੋਪਿਕਸ ਹੈਗੇ ਆਪਾਂ ਨੂੰ ਪਤਾ, ਜਿਹਦੇ ਵਿੱਚ 2 ਮੇਨ ਟੋਪਿਕ ਹੈ, UNO ਵਾਲਾ, ਠੀਕ ਹੈ, ਉਹ ਬਹੁਤ ਅਹਿਮ ਹੈ, ਜਿਹਦੇ ਵਿੱਚੋਂ ਕਾਫੀ ਕੁਐਸਚਨ ਆ ਜਾਂਦੇ ਆ, ਠੀਕ ਹੈ। ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤ ਜਿਵੇਂ ਸੰਸਦ ਬਾਰੇ, ਠੀਕ ਹੈ, ਸੰਵਿਧਾਨ ਦੀ ਪ੍ਰਸਤਾਵਨਾ ਬਾਰੇ, ਇਸ ਤਰ੍ਹਾਂ ਕਾਫੀ ਕੁਝ ਸਿਲੇਬਸ ਹੈਗਾ ਉਸਦੇ ਵਿੱਚ, ਵਾਈਡ ਕਹਿ ਸਕਦੇ ਹਾਂ ਸਿਲੇਬਸ ਨੂੰ। ਵੈਸੇ 15 ਟੋਪਿਕ ਹੈਗੇ ਆ, ਔਰ ਸਾਰਾ ਸਿਲੇਬਸ ਜਿਹੜਾ ਤੁਹਾਨੂੰ ਪੂਰਾ ਕੰਪਲੀਟ ਕਰਾਇਆ ਜਾਏਗਾ। ਤਾਂ ਉਸ ਕਲਾਸ ਨੂੰ ਜੁਆਇਨ ਕਰਨ ਵਾਸਤੇ ਤੁਸੀਂ 98787 ਜੀ, ਆਪਣਾ ਨੰਬਰ ਹੈਗਾ 98787, ਠੀਕ ਹੈ, 3152 3152 'ਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ। ਕਾਲ ਨਹੀਂ ਕਰਨੀ, ਓਨਲੀ ਵਟਸਐਪ SMS, ਠੀਕ ਹੈ। ਇੱਕ ਵਾਰ ਨੰਬਰ ਦੁਬਾਰਾ ਨੋਟ ਕਰੋ, 98787 3152, ਓਨਲੀ ਵਟਸਐਪ SMS ਕਰਕੇ ਇਨਫੋ ਲੈ ਸਕਦੇ ਹੋ। ਔਰ ਇਸ ਤੋਂ ਇਲਾਵਾ ਇੰਗਲਿਸ਼ ਮਾਸਟਰ ਗੇਟਰ ਦੀ ਕਲਾਸ ਵੀ ਜਿਹੜੀ ਆਪਾਂ ਸਟਾਰਟ ਕਰਨ ਜਾ ਰਹੇ ਹਾਂ, ਪੇਡ ਕਲਾਸ ਤੁਹਾਡੇ ਲਈ ਟੀਚਰ ਪ੍ਰੋਵਾਈਡ ਕਰਾਇਆ ਜਾ ਰਿਹਾ, ਤਾਂ ਉਸ ਦੀ ਇਨਫੋ ਵੀ ਇਸੇ ਨੰਬਰ 'ਤੇ ਤੁਸੀਂ ਲੈ ਸਕਦੇ ਹੋ, ਜਿਸ ਦੇ ਵਿੱਚ ਤੁਹਾਨੂੰ ਪੂਰਾ ਇੰਗਲਿਸ਼ ਮਾਸਟਰ ਗੇਟਰ ਦਾ ਕੋਰਸ ਜਿਹੜਾ ਕਰਾਇਆ ਜਾਏਗਾ। ਔਰ ਉਸਦੀ ਡੈਮੋ ਕਲਾਸ ਸ਼ਾਇਦ ਅੱਜ ਆਪਾਂ ਅਪਡੇਟ ਕਰ ਦਈਏ, ਠੀਕ ਹੈ, ਮੇਰੀ ਟੀਚਰ ਨਾਲ ਗੱਲ ਹੋ ਚੁੱਕੀ ਹੈ, ਤਾਂ ਉਦੋਂ ਇੱਕ ਜਿਹੜੀ ਵੀਡੀਓ ਅਪਡੇਟ ਕਰਾਂਗੇ ਜ਼ਰੂਰ, ਠੀਕ ਹੈ, ਇੰਗਲਿਸ਼ ਮਾਸਟਰ ਗੇਟ ਦੀ, ਔਰ 2-3 ਵੀਡੀਓ ਜਿਹੜੀ ਅਪਡੇਟ ਜ਼ਰੂਰ ਕਰ ਦਾਂਗੇ। ਤਾਂ ਉਸ ਤੋਂ ਇੰਗਲਿਸ਼ ਮਾਸਟਰ ਗੇਟ ਦੀ ਵੀ ਸਟਾਰਟ ਕਰਾਂਗੇ। ਆਂਸਰ ਇਸਦਾ ਕੀ ਰਹੇਗਾ? ਲੋਕ ਸਾਹਿਤ ਦੇ ਅਭਿਵਿਅਕਤੀ ਹੈ, ਤਾਂ ਰਾਈਟ ਆਂਸਰ 3 ਦਾ ਬਿਲਕੁਲ ਰਹਿ ਜਾਏਗਾ ਸੱਸਾ, ਇਹਨਾਂ ਵਿੱਚੋਂ ਕੋਈ ਆਂਸਰ ਨਹੀਂ ਹੋਏਗਾ, ਠੀਕ ਹੈ। ਤੁਸੀਂ ਆਂਸਰ ਕੀ ਦਿੱਤਾ ਜੀ? ਇਸਦਾ ਆਂਸਰ ਕੋਈ ਨਹੀਂ ਹੋਏਗਾ, ਇਹਨਾਂ ਵਿੱਚੋਂ ਕੋਈ ਨਹੀਂ, ਸੱਸਾ ਆਂਸਰ ਇਸਦਾ ਰਹੇਗਾ। ਅੱਗੇ ਆ ਜਾਓ, ਸੂਫੀ ਕਾਵਿ ਵਿੱਚ ਲੋਕ ਧਾਰਾ ਦੇ ਕਿਹੜੇ ਤੱਤ ਹਨ? ਆਂਸਰ ਜੀ, ਸੂਫੀ ਕਾਵਿ ਧਾਰਾ ਵਿੱਚ ਕਿਹੜੇ ਤੱਤ ਮਿਲਦੇ ਹਨ? ਸੂਫੀ ਲੋਕ ਕਾਵਿ ਧਾਰਾ ਵਿੱਚ ਕਿਹੜੇ ਤੱਤ ਮਿਲਦੇ ਹਨ? ਆਂਸਰ ਕਰੋ 4 ਦਾ।
ਹਾਂਜੀ, ਚਾਰ ਦਾ ਆਂਸਰ ਕਰੋ ਜਲਦੀ। ਠੀਕ ਹੈ, ਚਾਰ ਦਾ ਆਂਸਰ ਜੀ ਕੀ ਰਹੇਗਾ? ਚਲੋ ਠੀਕ ਆ ਜੀ, ਓਕੇ, ਆਂਸਰ ਇਸਦਾ ਬਿਲਕੁਲ ਰਹੇਗਾ, ਚਾਰ ਦਾ ਆਂਸਰ ਤੁਸੀਂ ਕਰ ਦਿੱਤਾ, ਸੱਸਾ ਆਂਸਰ ਰਹੇਗਾ ਇਸਦਾ, ਉਪਰੋਕਤ ਸਾਰੇ ਤੱਤ। ਠੀਕ ਹੈ ਜੀ, ਆਂਸਰ ਸੱਸਾ। ਅੱਗੇ ਆ ਜਾਓ ਨੈਕਸਟ ਕੁਐਸਚਨ 'ਤੇ। ਲੋਕ ਗੀਤਾਂ ਦਾ ਮੁੱਖ ਵਿਸ਼ਾ ਕਿਹੜਾ ਹੈ? ਆਂਸਰ ਕਰੋ ਪੰਜ ਦਾ। ਲੋਕ ਗੀਤਾਂ ਦਾ ਮੁੱਖ ਵਿਸ਼ਾ ਕਿਹੜਾ ਹੈ? ਆਂਸਰ ਕੀ ਰਹੇਗਾ? ਇਹ ਮਨੁੱਖੀ ਮਨ ਦੇ ਆਪ ਮੁਹਾਰੇ ਫੁੱਟੇ ਚਸ਼ਮੇ ਹੁੰਦੇ ਆ। ਲੋਕ ਗੀਤਾਂ ਦਾ ਗੁਣ ਵਿਆਪਕਤਾ ਹੈ, ਇਹ ਲੋਕ ਮਾਨਸ ਨਾਲ ਜੁੜੇ ਹੁੰਦੇ ਆ ਜਾਂ ਉਪਰੋਕਤ ਸਾਰੇ। ਲੋਕ ਗੀਤਾਂ ਦਾ ਮੁੱਖ ਵਿਸ਼ਾ ਕਿਹੜਾ ਹੈ? ਆਂਸਰ ਕਰੋ ਪੰਜ ਦਾ ਜੀ, ਆਂਸਰ ਪੰਜ ਦਾ ਕਰੋ ਕੀ ਰਹੇਗਾ? ਲੋਕ ਗੀਤਾਂ ਦਾ ਮੁੱਖ ਵਿਸ਼ਾ ਕਿਹੜਾ ਹੈ? ਆਂਸਰ, ਇਹ ਮਨੁੱਖੀ ਮਨ ਦੇ ਆਪ ਮੁਹਾਰੇ ਫੁੱਟੇ। ਹਾਂ, ਡੀ ਆਂਸਰ ਤੁਹਾਡਾ ਲਗਭਗ ਸਹੀ ਹੈ, ਸਾਰੇ ਹੀ ਆਏਗਾ, ਹੈ ਨਾ, ਸਾਰੇ ਆਂਸਰ ਬਿਲਕੁਲ ਰਾਈਟ ਹੋ ਸਕਦਾ ਸੱਸਾ। ਅੱਗੇ ਆ ਜਾਓ, ਸੁੰਦਰ ਮੁੰਦਰੀਏ ਕਿਸ ਵੇਲੇ ਗਾਇਆ ਜਾਣ ਵਾਲਾ ਗੀਤ ਹੈ? ਬਿਲਕੁਲ ਇੰਪੋਰਟੈਂਟ ਔਰ ਬਿਲਕੁਲ ਸੌਖਾ, ਪੜ੍ਹਦੇ ਆ ਰਹੇ ਹੋ ਤੁਸੀਂ ਛੋਟੀਆਂ ਕਲਾਸਾਂ ਤੋਂ, ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਹੈ ਨਾ। ਚਲੋ ਆਂਸਰ ਕਰੋ, ਇਸ ਕਿਸ ਵੇਲੇ ਗਾਇਆ ਜਾਣ ਵਾਲਾ ਗੀਤ ਹੈ? ਦਿਵਾਲੀ, ਲੋਹੜੀ, ਹੋਲੀ, ਵਿਸਾਖੀ, ਤਿੰਨੋਂ ਹੀ ਜਿਹੜੇ ਵਧੀਆ ਇੱਕ ਤਿਉਹਾਰ ਹੈਗੇ ਆ, ਮੇਲੇ ਦੇ ਤੌਰ 'ਤੇ ਇੱਕ ਕਹਿ ਸਕਦੇ ਹਾਂ ਆਪਾਂ, ਦਿਵਾਲੀ, ਲੋਹੜੀ, ਹੋਲੀ, ਵਿਸਾਖੀ, ਔਰ ਪੰਜਾਬ ਦੀ ਜਾਨ ਕਹਿ ਸਕਦੇ ਹਾਂ ਇਹ ਤਿਉਹਾਰ, ਜੇਕਰ ਇਹਨਾਂ ਦੀ ਗੱਲ ਕੀਤੀ ਜਾਵੇ, ਇਹਨਾਂ ਮੇਲਿਆਂ ਦੀ ਗੱਲ ਕੀਤੀ ਜਾਵੇ। ਠੀਕ ਹੈ, ਆਂਸਰ ਕਰੋ ਛੇ ਦਾ ਕੀ ਰਹੇਗਾ? ਸੁੰਦਰ ਮੁੰਦਰੀਏ ਕਿਸ ਵੇਲੇ ਗਾਇਆ ਜਾਣ ਵਾਲਾ ਗੀਤ ਹੈ? ਠੀਕ ਹੈ, ਜਿੰਨੇ ਵੀ ਦੇਖ ਰਹੇ ਹੋ ਲਗਭਗ 100 ਦੇ ਕਰੀਬ ਤੁਸੀਂ ਲਾਈਵ ਹੈਗੇ ਹੋ, ਸਾਰੇ ਵੀਡੀਓ ਨੂੰ ਲਾਈਕ ਕਰ ਦਿਉ, 61 ਨਹੀਂ ਹਜੇ ਜਿਹੜਾ ਲਾਈਕ ਕੀਤਾ ਹੈਗਾ, ਠੀਕ ਹੈ, ਔਰ ਸ਼ੇਅਰ ਵੀ ਕਰ ਦਿਉ ਨਾਲ ਦੀ ਨਾਲ। ਲੈਕਚਰ ਅੱਜ ਕਾਫੀ ਟਾਈਮ ਚੱਲੇਗਾ, ਬਸ ਬੈਠੇ ਰਹੋ, ਚੱਲੇ ਹੀ ਜਾਏਗਾ। ਠੀਕ ਹੈ, ਜਦੋਂ ਤੁਸੀਂ ਕਹਿ ਦੋਗੇ ਆਪਾਂ ਉਸ ਟਾਈਮ ਸਟੋਪ ਹੋ ਜਾਵਾਂਗੇ। ਚਲੋ ਆਂਸਰ ਕਰੋ, ਸੁੰਦਰ ਮੁੰਦਰੀਏ ਕਿਸ ਵੇਲੇ ਗਾਇਆ ਜਾਣ ਵਾਲਾ ਗੀਤ ਹੈ? ਰਾਈਟ ਆਂਸਰ ਬਿਲਕੁਲ ਈਜ਼ੀ ਰਹੇਗਾ, ਲੋਹੜੀ। ਠੀਕ ਹੈ, ਦੁੱਲੇ ਪੱਟੀ ਵਾਲਾ ਸੰਬੰਧ ਤੁਹਾਨੂੰ ਪਤਾ ਹੈ, ਲੋਹੜੀ ਆਂਸਰ ਰਹੇਗਾ ਇਸਦਾ ਬਿਲਕੁਲ। ਸਭ ਤੋਂ ਵਧੀਆ ਦਿਵਾਲੀ 'ਤੇ ਕਹਿੰਦੇ ਲੋਹੜੀ ਹੁੰਦੀ ਹੈ, ਹਾਂ, ਦੋਨਾਂ 'ਤੇ ਖਾਣ ਨੂੰ ਮਿਲਦਾ ਆਪੀ ਵਧੀਆ ਹੁੰਦੀ ਹੈ ਨਾ, ਘਰਦਿਆਂ ਨੂੰ ਉਹਦੀ ਕਹਿ ਦਿੰਦੇ ਵੀ ਚਲੋ ਲੈ ਕੇ ਆਉਂਦੇ ਹਾਂ, ਸਵੀਟਸ ਮਿਲਦੀਆਂ ਲੋਹੜੀ 'ਤੇ, ਮਰੂੰਡੇ, ਤਿਲ, ਰੇਵੜੀਆਂ ਹੁੰਦੀਆਂ ਜਿਹੜੀਆਂ ਨਾ, ਰੇਵੜੀਆਂ ਕਹਿ ਦਿੰਦੇ ਆ ਕਿਤੇ ਕਿਤੇ। ਚਲੋ ਖਾਣ ਵਾਲੀਆਂ ਚੀਜ਼ਾਂ ਹੋਲੀ 'ਤੇ ਜਿਹੜਾ ਖਾਣ ਨੂੰ ਕੁਛ ਮਿਲਦਾ ਨਹੀਂ, ਇਸੇ ਕਰਕੇ ਤੁਸੀਂ ਨਹੀਂ ਕਹਿੰਦੇ ਵੀ ਹੋਲੀ ਵਧੀਆ ਨਹੀਂ ਹੈਗੀ, ਹੈ ਨਾ। ਚਲੋ ਅੱਗੇ ਕਰੋ, ਥਾਲ ਗੀਤ ਕਿਸ ਲੋਕ ਗੀਤ ਦਾ ਅੰਸ਼ ਹੈ? ਮਹਿੰਦੀ ਰੋੜਾ, ਨਹੀਂ ਜੀ ਛੁੱਟੀ ਨਹੀਂ ਹੋਏਗੀ, ਆਂਸਰ ਕਰੋ ਕੀ ਹੈਗਾ? ਸੈਵਨ ਦਾ ਆਂਸਰ ਕੀ ਹੈਗਾ? ਥਾਲ ਗੀਤ ਕਿਸ ਲੋਕ ਗੀਤ ਦਾ ਅੰਸ਼ ਹੈ? ਆਂਸਰ ਕਰੋ ਜੀ ਕੀ ਹੈਗਾ? ਥਾਲ ਗੀਤ ਕਿਸ ਲੋਕ ਗੀਤ ਦਾ ਅੰਸ਼ ਹੈ? ਕਾਰਜਗਤ ਗੀਤ ਹੈ, ਨ੍ਰਿਤ ਗੀਤ ਹੈ, ਨ੍ਰਿਤ ਗੀਤ ਹੈ, ਔਰ ਪਿਆਰ ਗੀਤ ਹੈ, ਬੱਚਿਆਂ ਦਾ ਗੀਤ ਹੈ, ਥਾਲ ਗੀਤ। ਹਾਂ, ਬੱਚਿਆਂ ਦਾ ਗੀਤ ਹੋ ਸਕਦਾ, ਡੀ ਆਂਸਰ ਤੁਹਾਡਾ ਸਹੀ ਹੈ, ਰਾਈਟ ਬਿਲਕੁਲ, ਬੱਚਿਆਂ ਦਾ ਗੀਤ, ਆਂਸਰ ਸੱਸਾ। ਅੱਗੇ ਆ ਜਾਓ, ਕੰਮ ਕਾਜ ਵੇਲੇ ਗਾਏ ਜਾਣ ਵਾਲੇ ਗੀਤ ਕਿਹੜੇ ਹੁੰਦੇ ਹਨ? ਬਿਲਕੁਲ ਆਂਸਰ ਤੋਂ ਹੀ ਪਤਾ ਲੱਗ ਜਾਏਗਾ ਤੁਹਾਨੂੰ, 8 ਦਾ ਆਂਸਰ ਕੀ ਹੈ? ਕੰਮ ਕਾਜ ਵੇਲੇ ਗਾਏ ਜਾਣ ਵਾਲੇ ਗੀਤ ਕਿਹੜੇ ਹੁੰਦੇ ਹਨ?
ਆਂਸਰ ਬੱਚਿਆਂ ਦੇ ਗੀਤ ਨਿਰਿਤ ਗੀਤ, ਕਾਰਜਗਤ ਗੀਤ, ਸੂਰਮ ਗਤੀ ਗੀਤ। ਠੀਕ ਹੈ ਜੀ, ਆਂਸਰ ਕਰੋ 8 ਦਾ ਆਂਸਰ ਤੁਸੀਂ ਕਰ ਰਹੇ ਹੋ। ਨਰਿੰਦਰ ਕੌਰ ਸ਼ੈਲੀ ਜੀ ਗਿਫਟ ਕਰ ਰਹੇ ਆ, ਚਲੋ ਕੋਈ ਗੱਲ ਨਹੀਂ। ਹਾਂ ਆਂਸਰ ਸਿਮੀ ਸਿੱਧੂ, ਰਾਜਪਾਲ ਕੌਰ, ਰਣਦੀਪ ਕੌਰ ਸੰਧੂ ਦਾ ਆਂਸਰ ਆ ਚੁੱਕਿਆ, ਪੂਨ ਮੱਕੜ ਦਾ, ਸਰਬਜੀਤ ਦਾ ਆਂਸਰ ਆ ਚੁੱਕਿਆ, ਮੱਖਣ ਸਿੰਘ ਦਾ ਆਂਸਰ ਆ ਚੁੱਕਿਆ, ਜਗਦੀਪ ਸਿੰਘ ਦਾ ਆਂਸਰ ਆ ਚੁੱਕਿਆ, ਜਸਵੀਰ, ਗਰੀਮਾ ਸ਼ਰਮਾ, ਨੀਸ਼ਾ ਰਾਣੀ, ਸੁਰਿੰਦਰ ਕੌਰ, ਕੁਲਦੀਪ ਸਿੰਘ, ਕਾਰਜਗਤ। ਠੀਕ ਹੈ, ਆਂਸਰ ਬਿਲਕੁਲ ਈਡੀ ਰਹੇਗਾ ਕਿਉਂਕਿ ਕੰਮ ਅਤੇ ਕਾਰਜ ਇੱਕੋ ਹੀ ਚੀਜ਼ ਹੈ, ਕੰਮ ਕਾਜ ਕਹਿ ਲਈਏ ਚਾਹੇ ਕਾਰਜ ਕਹਿ ਲਈਏ, ਤਾਂ ਇਸ ਲਈ ਬਿਲਕੁਲ ਰਾਈਟ ਆਂਸਰ ਕਾਰਜਗਤ ਗੀਤ ਆਂਸਰ ਹੈਗਾ ਈੜੀ। ਅੱਗੇ ਆ ਜਾਓ, ਚਲੋ ਨੈਕਸਟ ਕੁਐਸਚਨ 'ਤੇ। ਸੂਰਮ ਗਤੀ ਨਾਲ ਸੰਬੰਧਿਤ ਗੀਤ ਹੈ, ਸੂਰਮ ਗਤੀ, ਜਿਉਣਾ ਮੋੜ, ਸਾਵਣ, ਰੰਗ ਰੀੜੀ ਰੀੜ, ਸਾਵਣ ਜਾਂ ਟਹਿ ਗਿਆ ਚੁਆਰਾ, ਸੂਰਮ ਗਤੀ ਨਾਲ ਸੰਬੰਧਿਤ ਗੀਤ ਹੈ। ਵੈਸੇ ਤਾਂ ਰੰਗ ਰਾਰਾ ਰੀੜੀ ਰਾਰਾ ਹੁੰਦਾ ਨਾ, ਦਲੇਰ ਮਹਿੰਦੀ ਨੇ ਸ਼ਾਇਦ ਗਾਇਆ ਹੈਗਾ ਇਹ ਰੰਗ ਰੀੜੀ ਰੀੜ, ਇਹਨਾਂ ਨੇ ਇਹ ਲਿਖਿਆ ਹੋਇਆ। ਚਲੋ ਦੇਖਦੇ ਹਾਂ, ਗਾਉਣ ਦੇ ਵਿੱਚ ਹੁੰਦਾ ਰੰਗ ਰਾਰਾ ਰੀੜੀ, ਇਸ ਤਰ੍ਹਾਂ ਜੀ ਕੁਛ ਗਾਇਆ ਜਾਂਦਾ। ਚਲੋ, ਸੂਰਮ ਗਤੀ ਨਾਲ ਸੰਬੰਧਿਤ ਗੀਤ ਹੈ, ਜਿਉਣਾ ਮੋੜ ਹੋਏਗਾ, ਸਾਵਣ ਹੋਏਗਾ, ਰੰਗ ਰੀੜੀ ਰੀੜ ਔਰ ਟਹਿ ਗਿਆ ਚੁਬਾਰਾ। ਆਂਸਰ 9 ਦਾ ਆਂਸਰ ਕਰੋ। ਸੂਰਮਿਆਂ ਦੀ ਗੱਲ ਹੋ ਰਹੀ ਹੈ, ਬਹਾਦਰਾਂ ਦੀ ਗੱਲ ਹੋ ਰਹੀ ਹੈ, ਜਿਉਣਾ ਮੋੜ ਤੁਹਾਨੂੰ ਪਤਾ ਹੀ ਹੈ, ਆਪਣੀ ਧਰਤੀ ਦਾ ਹੀ ਜੰਮਪਲ ਜਿਹੜਾ ਉਹਨੂੰ ਮੰਨਿਆ ਜਾਂਦਾ ਹੈ। ਜਿਉਣਾ ਮੋੜ ਪੰਜਾਬ ਦੇ ਵਿੱਚ ਮੌੜ ਦਾ ਰਹਿਣ ਵਾਲਾ, ਠੀਕ ਹੈ, ਬੁਢਲਾਡੇ ਦੀ ਕਹਿੰਦੇ ਪੁਲਿਸ ਫੜਨ ਜਾਂਦੀ ਹੈ ਜਿਉਣੇ ਨੂੰ, ਫਿਲਮ 'ਚ ਤੁਸੀਂ ਦੇਖਿਆ ਹੋਣਾ, ਔਰ ਮੈਂ ਬੁਢਲਾਡੇ ਦਾ ਹੀ ਰਹਿਣ ਵਾਲਾ। ਠੀਕ ਹੈ, ਬੜੀ ਘੈਂਟ ਫਿਲਮ ਹੈ ਜਿਉਣਾ ਮੋੜ, ਦੇਖਦੇ ਰਹੇ ਹਾਂ। ਠੀਕ ਹੈ, ਛੋਟੇ ਹੁੰਦੇ ਪਹਿਲੇ ਇੱਕ ਉਹ ਹੁੰਦਾ ਸੀ, ਕਿਸ ਨੂੰ ਕਹਿੰਦੇ VCR ਹੁੰਦਾ ਸੀ ਇੱਕ, ਉਹ ਲਿਆਉਂਦੇ ਹੁੰਦੇ ਸੀ, ਠੀਕ ਹੈ, ਉਸ 'ਤੇ ਜਿਹੜਾ ਦੇਖਦੇ ਹੁੰਦੇ ਸੀ ਫਿਲਮਾਂ ਪੁਰਾਣੇ ਟਾਈਮ ਦੇ ਵਿੱਚ। ਕਾਫੀ ਫੇਮਸ ਜਿਹੜੀ ਫਿਲਮ ਹੈਗੀ ਸੀ ਗੱਗੂ ਗਿੱਲ ਦੀ, ਜਿਉਣਾ ਮੋੜ। ਚਲੋ, ਆਂਸਰ ਰਹੇਗਾ ਇਸਦਾ ਸੂਰਮ ਗਤੀ ਦੇ ਗੀਤ, ਕਹਿੰਦੇ ਬਦਲਾ ਲੈ ਲਈ ਜਿਉਣਿਆ ਜੇ ਮਾਂ ਦਾ ਜਾਇਆ, ਹੈ ਨਾ, ਉਹ ਇੱਕ ਸੂਰਮ ਗਤੀ ਦਾ ਗੀਤ ਹੈ, ਸੁਰਿੰਦਰ ਸ਼ਿੰਦਾ ਜੀ ਨੇ ਗਾਇਆ, ਬਦਲਾ ਲੈ ਲਈ ਜਿਉਣਿਆ ਜੇ ਮਾਂ ਦਾ ਜਾਇਆ, ਤਾਂ ਇਸ ਤਰ੍ਹਾਂ ਦੇ ਹੁੰਦੇ ਆ ਸੂਰਮ ਗਤੀ ਗੀਤ। ਚਲੋ, ਆਂਸਰ ਹੈਗਾ ਜਿਉਣਾ ਮੋੜ, ਇਹ ਗੀਤ ਸੀ ਇੱਕ। ਅੱਗੇ, ਖੁੱਲ੍ਹਾ ਕਾਵਿ ਰੂਪ ਕਿਹੜਾ ਹੈ, ਆਂਸਰ ਕਰੋ, ਕੋੜੀਆਂ ਹੋਏਗਾ, ਸਾਗ ਹੋਏਗਾ, ਹੀਰਾ ਹੋਏਗਾ ਔਰ ਦੋਹੜਾ ਹੋਏਗਾ, ਆਂਸਰ ਦੱਸਦਾ ਕੀ ਰਹੇਗਾ, ਜਲਦੀ ਕਰ ਦਿਓ। ਆਂਸਰ ਕਰੋ ਜੀ, ਹਾਂ ਆਂਸਰ ਤੁਸੀਂ ਕਰ ਰਹੇ ਹੋ 10 ਦਾ, ਬਿਲਕੁਲ ਈਡੀ ਆਂਸਰ ਜਿਹੜਾ ਆਉਣਾ ਸਟਾਰਟ ਹੋ ਚੁੱਕਿਆ ਹੈ, ਹੇਰਾ। ਹਾਂ ਆਂਸਰ ਦੇਖ ਲੈਂਦੇ ਤੁਹਾਡਾ ਕੀ ਰਹੇਗਾ, 10 ਦਾ ਆਂਸਰ ਬਿਲਕੁਲ ਤੁਹਾਡਾ ਰਾਈਟ ਹੋਣਾ ਚਾਹੀਦਾ ਜੋ ਜੀ। ਹਾਂ ਆਂਸਰ ਬਿਲਕੁਲ ਰਾਈਟ ਰਹੇਗਾ 10 ਦਾ ਤੁਹਾਡਾ ਈੜੀ। 1 ਮਿੰਟ ਜੀ, ਆਂਸਰ ਹੈਗਾ ਈੜੀ, ਹੇਰਾ। ਠੀਕ ਹੈ, ਚਲੋ ਨੈਕਸਟ ਕਰਦੇ ਹਾਂ, ਅਗਲੇ ਕੁਐਸਚਨ 'ਤੇ ਆ ਜਾਓ। ਅਲੂਣੀਆਂ ਦੀ ਵਿਸ਼ੇਸ਼ਤਾ ਹੈ, ਆਂਸਰ ਕੀ ਹੋਏਗਾ, ਅਲੂਣੀਆਂ ਦੀ ਵਿਸ਼ੇਸ਼ਤਾ ਹੈ ਆਂਸਰ, ਉਲਾਣੀਆਂ ਬੋਲਦੇ ਆ ਵੈਸੇ ਤਾਂ, ਉਲਾਣੀਆਂ, ਉਲਾਣੀਆਂ ਦੀ ਵਿਸ਼ੇਸ਼ਤਾ ਹੈ ਆਂਸਰ ਕਰੋ, ਇਹ ਇੱਕ ਔਰਤ ਵੱਲੋਂ ਗਾਇਆ ਗਿਆ ਗੀਤ ਹੈ, ਪਿਸ਼ਾਵਰ ਸਿਆਪਾਕਾਰ 'ਤੇ ਨਾਇਣ ਜਾਂ ਮਰਾਸਣਾ ਵੱਲੋਂ ਗਾਇਆ ਜਾਂਦਾ ਹੈ, ਕਿਸੇ ਔਰਤ ਦੇ ਮਰਨ ਸਮੇਂ ਗਾਇਆ ਜਾਂਦਾ ਹੈ, ਕਿਸੇ ਮਰਦ ਦੇ ਮਰਨ ਸਮੇਂ ਗਾਇਆ ਜਾਂਦਾ ਹੈ।
ਦੇਖੋ ਆਪਸ਼ਨਾਂ ਤਾਂ ਸਾਰੀਆਂ ਹੀ ਠੀਕ ਲੱਗ ਰਹੀਆਂ, ਪਰ ਕਰੈਕਟ ਆਪਸ਼ਨ ਕੀ ਹੋਏਗੀ ਇਸਦੀ? ਤੁਸੀਂ ਕਰੈਕਟ ਕਰਨਾ ਹੈ ਉਲਾਣੀਆਂ ਦੀ ਵਿਸ਼ੇਸ਼ਤਾ ਹੈ, ਬਿਲਕੁਲ ਹਾਂ। 11 ਦਾ ਆਨਸਰ ਤੁਸੀਂ ਕਰ ਰਹੇ ਹੋ ਲਗਭਗ, ਓਕੇ। ਰਣਦੀਪ ਕੌਰ ਸੰਧੂ ਕਹਿੰਦੇ ਗੱਗੂ ਗੁੱਲ ਮੇਰੇ ਤਾਇਆ ਜੀ ਲੱਗਦੇ ਆ ਪਿੰਡ 'ਚੋਂ ਆ। ਚਲੋ ਜੀ ਠੀਕ ਹੈ, ਵੈਰੀ ਗੁੱਡ, ਆਨਸਰ ਕਰ ਦਿਓ ਕੀ ਰਹੇਗਾ। ਹਾਂ ਬਿਲਕੁਲ ਰਾਈਟ ਆਨਸਰ 11 ਦਾ ਜੋ ਹੋ ਜਾਏਗਾ ਤੁਹਾਡੇ ਮੁਤਾਬਕ, ਠੀਕ ਹੈ ਬੀ ਆਨਸਰ। ਹਾਂ ਪਿਸ਼ਾਵਰ ਸਿਆਪਾਕਾਰ, ਸਿਆਪਾਕਾਰ ਨਾਲ ਜਿਸਨੂੰ ਕਹਿੰਦੇ ਆ, ਨਾਇਣ ਐਂਡ ਮਰਾਸਣਾ ਜਾਂ ਮਰਾਸਣਾ ਵੱਲੋਂ ਗਾਇਆ ਜਾਂਦਾ ਹੈ, ਆਨਸਰ ਬੀ ਰਹੇਗਾ, ਬਿਲਕੁਲ ਰਾਈਟ। ਵੈਸੇ ਤਾਂ ਮਰਨ 'ਤੇ ਹੀ ਜਿਹੜਾ ਲਾਣੀਆਂ ਜਿਹੜੀਆਂ ਪਾਈਆਂ ਜਾਂਦੀਆਂ, ਪਰ ਆਨਸਰ ਜੇਕਰ ਆਪਾਂ ਵਿਸ਼ੇਸ਼ਤਾ ਦੇਖੀਏ ਮੇਨ ਤੌਰ 'ਤੇ ਆਨਸਰ ਆਪਣਾ ਬਿਲਕੁਲ 100% ਕਰੈਕਟ, ਉਹ ਆੜਾ ਰਹੇਗਾ, ਹੈ ਨਾ। ਚਲੋ ਆਨਸਰ ਹੈਗਾ ਆੜਾ। ਅੱਗੇ ਆ ਜਾਓ, ਖੁੱਲ੍ਹੇ ਕਾਵਿ ਰੂਪ ਕੀ ਹੁੰਦੇ ਹਨ? ਆਨਸਰ ਕਰੋ ਖੁੱਲ੍ਹੇ ਕਾਵਿ ਰੂਪ ਕੀ ਹੁੰਦੇ ਹਨ, 12 ਦਾ ਆਨਸਰ ਕੀ ਹੋਏਗਾ? ਖੁੱਲ੍ਹੇ ਕਾਵਿ ਰੂਪ ਕੀ ਹੁੰਦੇ ਹਨ? ਹਾਂ ਆਨਸਰ 12 ਦਾ ਜਲਦੀ ਕਰ ਦਿਓ, ਖੁੱਲ੍ਹੇ ਕਾਵਿ ਰੂਪ ਕੀ ਹੁੰਦੇ ਹਨ, ਆਨਸਰ ਕੀ ਰਹੇਗਾ? ਖੁੱਲ੍ਹੇ ਕਾਵਿ ਰੂਪ ਕੀ ਹੁੰਦੇ ਹਨ? ਹਾਂ ਆਨਸਰ ਤੁਸੀਂ ਕਰ ਰਹੇ ਹੋ ਲਗਭਗ ਬਿਲਕੁਲ, ਜਿਨ੍ਹਾਂ ਦਾ ਰੂਪ ਵਿਧਾਨ ਬੰਧ ਰੂਪ ਦੀ ਸਿਰਜਣਾ ਦੇ ਮੁਕਾਬਲੇ ਵਧੇਰਾ ਲਚੀਲਾ ਹੁੰਦਾ ਹੈ। ਜਨਮ ਵਿਆਹ ਅਤੇ ਮੌਤ ਦੀਆਂ ਰਸਮਾਂ ਪੁਨਰ ਸਿਰਜਣ ਦੀ ਪ੍ਰਕਿਰਿਆ ਮਾਧਮ ਅਤੇ ਬੱਜਵੇਂ ਨਿਯਮਾਂ ਦੀ ਅਧੀਨ ਚੱਲਦੀ ਹੈ। ਹਾਂ ਆਨਸਰ ਹੈਗਾ ਬਿਲਕੁਲ ਊੜਾ, ਤੁਹਾਡਾ ਸਹੀ ਹੈ, ਜਿਨ੍ਹਾਂ ਦਾ ਰੂਪ ਵਿਧਾਨ ਬੰਧ ਰੂਪਾਂ ਦੀ ਸਿਰਜਣਾ ਦੇ ਮੁਕਾਬਲੇ ਵਧੇਰਾ ਲਚੀਲਾ ਹੁੰਦਾ ਹੈ, ਮਤਲਬ ਉਸ ਖੁੱਲ੍ਹ ਹੁੰਦੀ ਹੈ ਉਸ ਦੇ ਵਿੱਚ, ਹੈ ਨਾ, ਉਸਨੂੰ ਵਧਿਆ ਖੁੱਲ੍ਹੇ ਕਾਵਿ ਰੂਪ। ਚਲੋ ਅੱਗੇ ਆ ਜਾਓ, ਟੱਪਾ ਕਿਸ ਨੂੰ ਕਿਹਾ ਜਾਂਦਾ ਹੈ? ਟੱਪਾ, ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਆਪਣਾ ਜੋ ਚੈਨਲ ਹੈ HR ਐਗਜ਼ਾਮ ਸਟੱਡੀ, ਠੀਕ ਹੈ, ਉਸ ਚੈਨਲ 'ਤੇ ਜਿਹੜਾ ਆਪਾਂ HR ਐਗਜ਼ਾਮ 'ਤੇ ਪੰਜਾਬੀ ਲੋਕ ਸਾਹਿਤ ਦੇ ਭਿੰਨ ਭਿੰਨ ਰੂਪਾਂ ਨਾਲ ਜਿਹੜੇ ਸ਼ੋਰਟ ਵੀਡੀਓ ਬਣਾਏ ਆ, ਜਿਵੇਂ ਕਿ ਟੱਪਾ ਬੋਲੀਆਂ, ਠੀਕ ਹੈ, ਮਾਈਆ ਕੀ ਹੁੰਦਾ ਹੈ, ਇਸ ਤਰ੍ਹਾਂ ਉਹ ਜਿਹੜੇ ਵੀਡੀਓ ਤੁਸੀਂ ਜ਼ਰੂਰ ਦੇਖ ਸਕਦੇ ਹੋ ਉਸ ਚੈਨਲ 'ਤੇ ਜਾ ਕੇ, ਠੀਕ ਹੈ, ਬਹੁਤ ਹੀ ਜਿਹੜਾ ਈਜ਼ੀ ਤਰੀਕੇ ਨਾਲ ਤੁਹਾਨੂੰ ਕਰਾਏ ਹੋਏਗੇ। ਚਲੋ 13 ਦਾ ਆਨਸਰ ਟੱਪਾ ਕੀ ਹੁੰਦਾ ਹੈ? ਇੱਕ ਤੁਕੀ ਬੋਲੀ, ਇੱਕ ਲੰਬੀ ਬੋਲੀ, ਮਿਲ ਕੇ ਨਾ ਗਾਉਣ ਵਾਲਾ ਗੀਤ। ਹਾਂ ਉੱਧਰ ਇੱਕ ਲੈਕਚਰ ਦੇ ਵਿੱਚ ਆਪਾਂ ਕੀਤਾ ਸੀ ਟੱਪਾ ਕੀ ਹੁੰਦਾ ਹੈ, ਹੈ ਨਾ, ਉਸ ਦੇ ਵਿੱਚ ਮੈਂ ਤੁਹਾਨੂੰ ਗਾ ਕੇ ਵੀ ਦੱਸਿਆ ਸੀ ਟੱਪਾ ਕੀ ਹੁੰਦਾ ਹੈ, ਹੈ ਨਾ, ਤਾਂ ਉਹ ਲੈਕਚਰ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਬਿਲਕੁਲ ਸਮਝ ਰਹੇਗੀ ਟੱਪਾ ਕੀ ਹੈ, ਤਾਂ ਉਸ ਲੈਕਚਰ ਨੂੰ ਜ਼ਰੂਰ ਦੇਖ ਲਿਓ HR ਐਗਜ਼ਾਮ ਚੈਨਲ 'ਤੇ ਜਾ ਕੇ। 13 ਦਾ ਆਨਸਰ ਤੁਸੀਂ ਕਰ ਰਹੇ ਹੋ ਬਿਲਕੁਲ, ਇੱਕ ਤੁਕੀ ਬੋਲੀ ਹੁੰਦੀ ਹੈ, ਰਾਈਟ ਆਨਸਰ ਊੜਾ। ਅੱਗੇ ਆ ਜਾਓ, ਨਿੱਕੀ ਬੋਲੀ ਕਦੋਂ ਗਾਈ ਜਾਂਦੀ ਹੈ? ਆਨਸਰ ਕਰੋ ਜੰਝ ਚੜ੍ਹਨ ਸਮੇਂ ਸਿੱਠਣੀਆਂ ਤੋਂ ਪਹਿਲਾਂ ਗਿੱਧੇ ਦੀ ਤਾਲ ਨੂੰ ਤੇਜ਼ ਕਰਨ ਲਈ ਬੋਲੀ ਜਾਂਦੀ ਹੈ, 53 ਵਿੱਚ ਗਾਈ ਜਾਂਦੀ ਹੈ, ਆਨਸਰ 14 ਦਾ ਕੀ ਰਹੇਗਾ? ਹਾਂ ਕੋਠੇ 'ਤੇ ਕਿੱਲ ਮਾਈਆ, ਹੈ ਨਾ, ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਈਆ, ਠੀਕ ਹੈ ਜੀ, ਇਸ ਤਰ੍ਹਾਂ ਦੇ ਟੱਪੇ। ਚਲੋ ਕੋਈ ਗੱਲ ਨਹੀਂ, ਆਨਸਰ ਕਰੋ ਨੈਕਸਟ 14 ਦਾ, ਨਿੱਕੀ ਬੋਲੀ ਕਦੋਂ ਗਾਈ ਜਾਂਦੀ ਹੈ? ਜੰਝ ਚਾੜਨ ਸਮੇਂ ਸਿੱਠਣੀਆਂ ਤੋਂ ਪਹਿਲਾਂ ਗਿੱਧੇ ਦੀ ਤਾਲ ਨੂੰ ਤੇਜ਼ ਕਰਨ ਲਈ ਬੋਲੀ ਜਾਂਦੀ ਹੈ, ਜਾਂ 53 ਵਿੱਚ ਗਾਈ ਜਾਂਦੀ ਹੈ? 14 ਦਾ ਆਨਸਰ, ਠੀਕ ਹੈ ਸੀ ਆਨਸਰ ਕਰ ਰਹੇ ਹੋ ਤੁਸੀਂ, ਗਿੱਧੇ ਦੀ ਤਾਲ ਨੂੰ ਤੇਜ਼ ਕਰਨ ਲਈ, ਬਿਲਕੁਲ ਰਾਈਟ ਆਨਸਰ ਹੈਗਾ, ਇਸ 'ਤੇ ਸ਼ਾਇਦ ਨੱਚਿਆ ਨਹੀਂ ਜਾਂਦਾ, ਵੈਸੇ ਤਾਲ ਨੂੰ ਤੇਜ਼ ਕੀਤਾ ਜਾਂਦਾ ਇੱਕ ਵਾਰ, ਹੈ ਨਾ। ਚਲੋ ਆਨਸਰ ਹੈਗਾ ਈੜੀ, ਬਿਲਕੁਲ। ਅੱਗੇ ਆ ਜਾਓ, ਹੀਰਾ ਕਦੋਂ ਗਾਇਆ ਜਾਂਦਾ ਹੈ? ਆਨਸਰ ਮੌਤ ਦੇ ਸਮੇਂ, ਜਨਮ ਦੇ ਸਮੇਂ, ਵਿਆਹ ਦੇ ਸਮੇਂ, ਕੰਮ ਕਾਜ ਦੇ ਸਮੇਂ। 15 ਦਾ ਆਨਸਰ ਕਰੋ ਜੀ ਜਲਦੀ, ਕੀ ਰਹੇਗਾ?
ਹਾਂ 15 ਦਾ ਆਂਸਰ ਕਰ ਦਿਓ, ਪਹਿਲਾਂ ਵਾਲੇ ਦਾ ਆਂਸਰ ਸੀ ਹੋ ਚੁੱਕਿਆ। ਬਿਲਕੁਲ, ਗਿੱਧੇ ਦੀ ਤਾਲ ਨੂੰ ਤੇਜ਼ ਕਰਨ ਲਈ ਨਿੱਕੀ ਬੋਲੀ ਗਾਈ ਜਾਂਦੀ ਹੈ ਜਾਂ ਸੁਣਾਈ ਜਾਂਦੀ ਹੈ, ਜੋ ਵੀ ਕਹਿ ਸਕਦੇ ਹਾਂ ਆਪਾਂ। 15 ਦਾ ਆਂਸਰ ਸੀ ਕਰ ਰਹੇ ਆ ਬਹੁਤ ਸਾਰੇ, ਅਰਸ਼ਵੀਰ, ਪਰਵਿੰਦਰ, ਰਾਜਵਿੰਦਰ, ਸਰਬੀ ਸਰਬੀ, ਅਸ਼ੋਕ ਸ਼ਰਮਾ, ਨੀਸ਼ਾ ਰਾਣੀ, ਆਂਸਰ ਰਾਜਪਾਲ ਕੌਰ, ਠੀਕ ਹੈ। ਬਰਿੰਦਰ ਦਾ ਆਂਸਰ ਆ ਚੁੱਕਿਆ, ਸ਼ਾਦੀ ਸਮੇਂ, ਠੀਕ ਹੈ ਜੀ। ਵਿਆਹ ਸਮੇਂ ਕਹਿ ਰਹੇ ਬਹੁਤ ਸਾਰੇ ਸ਼ਾਦੀ ਸਮੇਂ ਕਹਿ ਰਹੇ ਆ, ਹੁਣ ਬਹੁਤ ਸਾਰੇ ਮੈਰਿਜ ਦੇ ਟਾਈਮ ਕਹਿ ਦੇਣਗੇ, ਤਾਂ ਆਂਸਰ ਬਿਲਕੁਲ ਫਿਰ ਆਪਾਂ ਕੀ ਕੱਢਾਂਗੇ, ਸ਼ਾਦੀ ਸਮੇਂ ਹੋ ਸਕਦਾ, ਮੈਰਿਜ ਸਮੇਂ ਹੋ ਸਕਦਾ, ਵਿਆਹ ਸਮੇਂ ਹੋ ਸਕਦਾ, ਕੀ ਹੋ ਸਕਦਾ। ਹਾਂ ਆਂਸਰ ਆ ਚੁੱਕਿਆ ਲਗਭਗ ਤੁਹਾਡਾ, ਈੜੀ ਆਂਸਰ ਬਿਲਕੁਲ ਸਹੀ ਹੈਗਾ, ਸੀ ਆਂਸਰ, ਵਿਆਹ ਦੇ ਸਮੇਂ, ਠੀਕ ਹੈ, ਬਿਲਕੁਲ ਰਾਈਟ ਆਂਸਰ ਹੋਏਗਾ ਈੜੀ। ਅੱਗੇ ਕੁਐਸਚਨ ਨੈਕਸਟ ਕਰੋ, ਛੰਦ ਕਿਸ ਨੂੰ ਸੁਣਾਏ ਜਾਂਦੇ ਹਨ, ਸਾਲੀ ਨੂੰ, ਭੈਣ ਨੂੰ, ਜੀਜੇ ਨੂੰ, ਮਾਮੇ ਨੂੰ? ਆਂਸਰ ਕਰੋ, ਛੰਦ ਕਿਸ ਨੂੰ ਸੁਣਾਏ ਜਾਂਦੇ ਹਨ, ਆਂਸਰ ਕਰੋ ਜੀ, ਕੀ ਰਹੇਗਾ? ਆਂਸਰ ਨੰਬਰ 16 ਦਾ ਕੀ ਹੋਏਗਾ, 16 ਦਾ ਆਂਸਰ ਕੀ ਹੋਏਗਾ? ਚਲੋ 16 ਦਾ ਆਂਸਰ ਤੁਸੀਂ ਕਰ ਰਹੇ ਹੋ ਅਵਨੀਤ, ਦਵਿੰਦਰ, ਮੱਖਣ, ਜੋਤੀ, ਸ਼ੋਕਾ, ਠੀਕ ਹੈ। ਕੁਲਦੀਪ ਆਂਸਰ ਕਰ ਰਹੇ ਹੈਗੇ ਹੈ, ਪ੍ਰਵਿੰਦਰ, ਠੀਕ ਹੈ ਜੀ। ਹੈਪੀ ਗਿੱਲ, ਅਮਨ ਬੁੱਟਰ ਦਾ ਆਂਸਰ ਆ ਚੁੱਕਿਆ ਹੈ, ਪੂਰ ਕੌਰ ਆਂਸਰ, ਪਰਮਜੀਤ, ਨੇਹਾ, ਬਹੁਤ ਨਾਈਸ, ਠੀਕ ਹੈ। ਆਂਸਰ ਬਿਲਕੁਲ ਰਹੇਗਾ, ਠੀਕ ਹੈ ਜੀ। ਆਂਸਰ ਕਰੋ ਇਸਦਾ ਕੀ ਰਹੇਗਾ? ਹਾਂ ਬਿਲਕੁਲ, 16 ਦਾ ਜਿਹੜਾ ਰਾਈਟ ਆਂਸਰ ਰਹੇਗਾ ਊੜਾ ਰਹੇਗਾ, ਸਾਲੀ ਨੂੰ, ਠੀਕ ਹੈ। ਸਾਲੀ ਨੂੰ ਆਂਸਰ ਇਹ ਹੋਏਗਾ, ਮਜ਼ਾਕੀਆ ਛੰਦ, ਚਲੋ ਜੋ ਵੀ ਹੈ। ਅੱਗੇ ਛੰਦ ਕੌਣ ਸੁਣਾਉਂਦਾ ਹੈ, ਘਰਵਾਲੀ, ਭਰਾ, ਸਾਲੀ, ਜੀਜਾ? ਆਂਸਰ 17 ਦਾ, ਬਿਲਕੁਲ ਈਜ਼ੀ ਕੁਐਸਚਨ ਹੈ, ਉਸਦੇ ਰਿਲੇਟਡ ਹੀ ਕੁਐਸਚਨ ਹੈ, ਆਂਸਰ ਤੁਹਾਨੂੰ ਮਿਲ ਜਾਣਾ ਚਾਹੀਦਾ ਹੈ, ਛੰਦ ਕੌਣ ਸੁਣਾਉਂਦਾ ਹੈ। ਚਲੋ ਅੱਜ ਜਿੰਨੇ ਕਹੋਗੇ ਉਨੇ ਕੁਐਸਚਨ ਤੁਹਾਨੂੰ ਕਰਾ ਦਾਂਗੇ, ਬਸ ਤੁਸੀਂ ਬੈਠੇ ਰਹੋ, ਜਿੰਨੇ ਕਹੋਗੇ ਉਨੇ ਕੁਐਸਚਨ ਤੁਹਾਨੂੰ ਕਰਾ ਦਾਂਗੇ, ਪਰ ਜਾਣਾ ਨਹੀਂ, ਜਦੋਂ ਤੁਹਾਨੂੰ ਲੱਗਿਆ ਕਿ ਬੋਰ ਹੋ ਰਹੇ ਹਾਂ ਤਾਂ ਉਸ ਟਾਈਮ ਆਪਾਂ ਰੁਕ ਜਾਂਗੇ। ਚਲੋ ਛੰਦ ਕੌਣ ਸੁਣਾਉਂਦਾ ਹੈ, ਘਰਵਾਲੀ, ਭਰਾ, ਸਾਲੀ, ਜੀਜਾ? ਆਂਸਰ ਜੀਜਾ ਆਂਸਰ ਬਿਲਕੁਲ ਰਾਈਟ ਹੈ, ਕਿਉਂਕਿ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਪਿਛਲੇ ਦੇ ਵਿੱਚ, ਜੀਜਾ। ਅੱਗੇ ਖੇਡ ਗੀਤ ਅਤੇ ਨਾਚ ਗੀਤ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਹੁੰਦੇ ਹੈ, ਲੋਰੀਆਂ, ਥਾਲ ਦੇ ਗੀਤ, ਕਿੱਕਲੀ ਦੇ ਗੀਤ, ਉਪਰੋਕਤ ਸਾਰੇ? 18 ਦਾ ਆਂਸਰ ਕਰੋ ਜਲਦੀ। ਖੇਡ ਗੀਤ ਅਤੇ ਨਾਚ ਗੀਤ ਵਿੱਚ ਕਿਹੜੇ ਲੋਕ ਕਾਵਿ ਗੀਤ ਸ਼ਾਮਿਲ ਹੁੰਦੇ ਹੈ, ਲੋਰੀਆਂ, ਥਾਲ ਦੇ ਗੀਤ, ਕਿੱਕਲੀ ਦੇ ਗੀਤ, ਜਾਂ ਉਪਰੋਕਤ ਸਾਰੇ? 18 ਦਾ ਆਂਸਰ ਡੀ ਬਿਲਕੁਲ ਸਹੀ ਹੈ ਤੁਹਾਡਾ, ਹਰਮੇਸ਼ ਆਂਸਰ ਕਰ ਰਿਹਾ, ਨੀਸ਼ਾ ਕਰ ਰਹੀ ਹੈ, ਰਾਜਪਾਲ, ਠੀਕ ਹੈ, ਜਗਜੀਤ, ਲਾਡੀ ਮੌੜ, ਹਰਬੰਸ ਕੌਰ ਦਾ ਆਂਸਰ, ਬਰਿੰਦਰਪਾਲ ਆਂਸਰ ਆ ਗਿਆ, ਕੇ ਕੌਰ ਦਾ ਆਂਸਰ ਆ ਚੁੱਕਿਆ ਹੈ, ਦਿਵੀਸ਼ ਦਾ ਆਂਸਰ ਆ ਚੁੱਕਿਆ ਹੈ, ਸਤਵਿੰਦਰ ਢਿੱਲੋਂ ਦਾ ਆਂਸਰ ਆ ਚੁੱਕਿਆ ਹੈ। ਆਂਸਰ ਹੈਗਾ ਬਿਲਕੁਲ ਸੱਸਾ, ਅਪਰੋਕਤ ਸਾਰੇ, ਆਂਸਰ 18 ਦਾ ਡੀ। ਚਲੋ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਫਿਰ ਕਰੋ, ਮਰਾਸੀਆਂ ਵੱਲੋਂ ਗਾਏ ਜਾਣ ਵਾਲੇ ਗੀਤ ਹਨ, ਦੇਵੀ ਦੇਵਤਿਆਂ ਬਾਰੇ ਗੀਤ, ਸੂਰਮਗਤੀ ਬਾਰੇ ਗੀਤ, ਪਿਸ਼ਾਵਰ ਜਾਤੀਆਂ ਦੇ ਗੀਤ, ਔਰ ਨਰਿਤ ਗੀਤ? ਆਂਸਰ ਕਰੋ 19 ਦਾ ਕੀ ਰਹੇਗਾ? ਹਾਂ 110 ਆਪਾਂ ਵਾਚਿੰਗ ਕਰਨੇ ਹਾਂ ਲਾਈਵ ਐਟ ਏ ਟਾਈਮ, ਔਰ ਸਾਰੇ ਲਾਈਕ ਕਰ ਦਿਓ ਵੀਡੀਓ ਨੂੰ ਜਿੰਨੇ ਦੇਖ ਰਹੇ ਹੋ, ਔਰ 73 ਹੀ ਲਾਈਕ ਹਜੇ ਤੱਕ ਜਿਹੜੇ ਆਪਣੀ ਵੀਡੀਓ ਆਏ ਹੈਗੇ ਆ 73, ਔਰ ਅੱਜ ਬਿਲਕੁਲ ਪ੍ਰੋਪਰ ਜਿੰਨੇ ਦੇਖ ਰਹੇ ਹੋ ਵਾਚ ਕਰ ਰਹੇ ਹੋ ਉਨੇ ਹੀ ਲਾਈਕ ਆਉਣੇ ਚਾਹੀਦੇ ਆ, ਠੀਕ ਹੈ। ਇਸ ਤਰ੍ਹਾਂ ਵੀਡੀਓ ਅੱਗੇ ਚੱਲਦਾ ਰਹੇਗਾ, ਜਲਦੀ ਕਰ ਦਿਓ ਲਾਈਕ ਜਿੰਨੇ ਦੇਖ ਰਹੇ ਹੋ, ਬਹੁਤ ਸਾਰਿਆਂ ਨੇ ਲਾਈਕ ਨਹੀਂ ਕੀਤਾ, ਔਰ ਤੁਹਾਡੇ ਕੋਲ ਜੋ ਲਾਈਕ ਵਾਲਾ ਬਟਨ ਆ ਉਹ ਬਲਿਊ ਹੋ ਜਾਏਗਾ, ਜਦੋਂ ਤੁਸੀਂ ਲਾਈਕ ਕਰ ਦੋਗੇ ਉਹ ਬਲਿਊ ਹੋ ਜਾਏਗਾ, ਠੀਕ ਆ। ਹਾਲੇ ਤੱਕ ਉਹ ਬਲਿਊ ਨਹੀਂ ਹੋਇਆ ਹੋਣਾ ਤੁਹਾਡੇ ਕੋਲ, ਜਦੋਂ ਹੀ ਤੁਸੀਂ ਬਲਿਊ ਕਰਦਾ ਉਸਨੂੰ ਕਲਰ ਉਸਦਾ ਚੇਂਜ ਕਰਤਾ ਟੱਚ ਕਰਕੇ, ਤਾਂ ਲਾਈਕ ਹੋ ਜਾਏਗਾ, ਕਰ ਦਿਓ ਜੀ ਜਲਦੀ।
ਮਰਾਸੀਆਂ ਵੱਲੋਂ ਗਾਏ ਜਾਣ ਵਾਲੇ ਗੀਤ 19 ਦਾ ਆਂਸਰ ਕੀ ਰਹੇਗਾ? ਬਿਲਕੁਲ ਈੜੀ ਆਂਸਰ ਤੁਸੀਂ ਕਰ ਰਹੇ ਹੋ ਲਗਭਗ। ਪਿਸ਼ਾਵਰ ਜਾਤੀਆਂ ਦੇ ਗੀਤ, ਇਸ ਤੋਂ ਪਹਿਲਾਂ ਹੀ ਆਪਾਂ ਕਰ ਚੁੱਕੇ ਹਾਂ ਜੋ ਕਿ ਆਪਾਂ ਕਿਤੇ ਅਲਾਣੀਆਂ ਦੀ ਵਿਸ਼ੇਸ਼ਤਾ ਬਾਰੇ, ਹੈ ਨਾ, ਤਾਂ ਉਸ ਦੇ ਵਿੱਚ ਆਪਾਂ ਨੂੰ ਸ਼ੋਅ ਹੁੰਦਾ ਆਂਸਰ, ਇਸਦਾ ਆਂਸਰ ਹੈਗਾ ਈੜੀ, ਪਿਸ਼ਾਵਰ ਜਾਤੀਆਂ ਦੇ ਗੀਤ। ਅੱਗੇ ਆ ਜਾਓ, ਬਾਰ ਕਾਵ ਰੂਪ ਹੈ, ਦੋ ਤਿਰਾਂ ਦੀ ਲੜਾਈ ਹੈ, ਦੋ ਰਾਜਿਆਂ ਦੀ ਲੜਾਈ ਹੈ, ਇਤਿਹਾਸਕ ਜਾਂ ਮਿਥਿਹਾਸਕ, ਨਾਇਕ ਦੀ ਸਿਫਤ ਹੈ ਔਰ ਰਾਜਨੀਤਿਕ ਅਤੇ ਆਰਥਿਕ ਯੁੱਧਾਂ ਦਾ ਵਰਣਨ ਹੈ, ਆਂਸਰ ਕਰੋ ਕੀ ਰਹੇਗਾ। ਠੀਕ ਹੈ, ਲਾਈਕ ਕਰਦੇ ਰਹੋ ਨਾਲ ਦੀ ਨਾਲ। ਹਾਂ, 92 ਲਾਈਕ ਹੋ ਚੁੱਕੇ ਹੈ, ਵੈਰੀ ਗੁੱਡ ਜੀ, ਨਾਈਸ। 106 ਲਾਈਵ ਹੈਗੇ ਆਪਾਂ, ਬਰਾਬਰ ਕਰੋ ਜਮਾ, ਬਿਲਕੁਲ ਤੋਲ ਦਿਓ, ਇੱਕ ਵਜ਼ਨ ਬੈਲੈਂਸ ਬਣਾ ਦਿਓ ਜਲਦੀ, ਔਰ ਇਸੇ ਤਰ੍ਹਾਂ ਵੀਡੀਓ ਚੱਲਦਾ ਰਹੇਗਾ। ਬਾਰ ਕਾਵ ਰੂਪ ਵਿੱਚ ਆਂਸਰ ਕਰੋ ਕੀ ਹੁੰਦਾ ਹੈ? ਦੋ ਤਿਰਾਂ ਦੀ ਲੜਾਈ ਹੁੰਦੀ ਹੈ, ਦੋ ਰਾਜਿਆਂ ਦੀ ਲੜਾਈ ਹੁੰਦੀ ਹੈ, ਇਤਿਹਾਸਕ ਜਾਂ ਮਿਥਿਹਾਸਕ, ਨਾਇਕ ਦੀ ਸਿਫਤ ਹੁੰਦੀ ਹੈ, ਜਾਂ ਰਾਜਨੀਤਿਕ ਅਤੇ ਆਰਥਿਕ ਯੁੱਧਾਂ ਦਾ ਵਰਣਨ ਹੁੰਦਾ ਹੈ। ਬੀ ਦਾ ਆਂਸਰ ਬਿਲਕੁਲ, ਬੀ ਦਾ ਆਂਸਰ ਕਰ ਰਹੇ ਹੋ ਤੁਸੀਂ, ਠੀਕ ਹੈ, ਦੇਖਦੇ ਹਾਂ ਕੀ ਰਹੇਗਾ। ਹਾਂ, ਬੀ ਦਾ ਆਂਸਰ ਕਰੈਕਟ ਆਂਸਰ ਕੀ ਰਹੇਗਾ? ਨੀਸ਼ਾ ਸੀ ਆਂਸਰ ਕਰੇਗੇ, ਨਰਿੰਦਰ ਜੀ ਆਂਸਰ ਕਰੇਗੇ, ਸੰਜੇ ਕੁਮਾਰ, ਪਰਮਿੰਦਰ ਕੌਰ, ਠੀਕ ਹੈ, ਆਂਸਰ ਹੈਗਾ ਇਸਦਾ ਬਿਲਕੁਲ ਸੀ, ਇਤਿਹਾਸਕ ਮਿਥਿਹਾਸਕ ਨਾਇਕਾ ਦੀ ਸਿਫਤ ਇਸ ਦੇ ਵਿੱਚ ਕੀਤੀ ਜਾਂਦੀ ਹੈ। ਠੀਕ ਹੈ, ਜਿਵੇਂ ਚੰਡੀ ਦੀ ਵਾਰ ਤੁਹਾਨੂੰ ਪਤੀ ਹੈ, ਚੰਡੀ ਦੀ ਵਾਰ 'ਚ ਆਪਾਂ ਨੂੰ ਪਤਾ ਉਹ 'ਚ ਵੀ ਮਿਥਿਹਾਸਕ ਚੀਜ਼ਾਂ ਨੇ ਕੁਛ, ਜੋ ਕਿ ਦੁਰਗਾ ਵਾਲੀ, ਰਾਕਸ਼ਾਂ ਵਾਲੀ, ਠੀਕ ਹੈ, ਉਹਨਾਂ ਵਿੱਚ ਨਾਇਕਾ ਜੋ ਨਾਇਕ ਹੁੰਦੀ ਹੈ ਆਪਣੇ ਦੁਰਗਾ ਦੀ ਵੀ, ਉਸਦੀ ਜਿਹੜੀ ਸਿਫਤ ਕੀਤੀ ਜਾਂਦੀ ਹੈ। ਚੰਡੀ ਦੀ ਵਾਰ ਤੁਹਾਨੂੰ ਪਤਾ ਕਿਸ ਦੀ ਹੈ? ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਚਲੋ, ਅਗਲੇ ਕੁਐਸਚਨ 'ਤੇ, ਜਦੋਂ ਬਾਰ ਕਾਵ ਰੂਪ ਵਿੱਚ ਵਧੇਰੇ ਕਿਹੜਾ ਛੰਦ ਵਰਤਿਆ ਜਾਂਦਾ ਹੈ? ਬਿਲਕੁਲ ਆਂਸਰ ਕੀ ਰਹੇਗਾ? ਬਾਰ ਕਾਵ ਰੂਪ ਵਿੱਚ ਵਧੇਰੇ, ਇੱਥੇ ਆਹ ਸ਼ਬਦ ਨੂੰ ਜਿਹੜਾ ਚੂਜ਼ ਕਰਿਓ, ਕਿਉਂਕਿ ਆਪਾਂ ਪਹਿਲਾਂ ਕੁਐਸਚਨ ਕਰ ਚੁੱਕੇ ਹਾਂ, ਵਧੇਰੇ ਪੁੱਛਿਆ ਗਿਆ, ਵੈਸੇ ਤਾਂ ਦੋ ਛੰਦ ਉਸਦੇ ਵਿੱਚ ਵਰਤੇ ਜਾਂਦੇ ਹੈ, ਪਰ ਵਧੇਰੇ ਕਿਹੜਾ ਵਰਤਿਆ ਜਾਂਦਾ, ਆਂਸਰ ਕੀ ਰਹੇਗਾ? ਇਹਨਾਂ ਦੇ ਮੁਤਾਬਕ ਪੌੜੀ ਹੋਏਗਾ, ਕੋਰੜਾ ਹੋਏਗਾ, ਬੈਂਤ ਹੋਏਗਾ, ਦਵਈਆ ਹੋਏਗਾ। ਹਾਂ, ਆਂਸਰ ਕਰੋ, ਇੱਕ ਆਪਸ਼ਨ ਹੋਰ ਲੈ ਲਓ, ਸਿਰਖੰਡੀ। ਪੰਜਵੀਂ ਆਪਸ਼ਨ ਆਪਾਂ ਹੋਰ ਕ੍ਰੀਏਟ ਕਰਦੇ ਹਾਂ ਕੋਲੋਂ, ਸਿਰਖੰਡੀ। ਤਾਂ ਕਿਹੜਾ ਛੰਦ ਵਧੇਰੇ ਵਰਤਿਆ ਜਾਂਦਾ ਹੈ? ਆਂਸਰ ਇੱਕੀ ਦਾ ਆਂਸਰ ਕੀ ਰਹੇਗਾ? ਬਿਲਕੁਲ ਠੀਕ ਹੈ, ਇਹ ਆਂਸਰ ਤੁਸੀਂ ਕਰ ਰਹੇ ਹੋ, ਪੌੜੀ। ਬਿਲਕੁਲ ਜੀ, ਆਂਸਰ ਪੌੜੀ ਬਿਲਕੁਲ ਰਹੇਗਾ, ਇਸ ਦੇ ਮੁਤਾਬਕ ਪੌੜੀ ਆਂਸਰ ਹੈਗਾ। ਆਪਸ਼ਨਾਂ 'ਤੇ ਡਿਪੈਂਡ ਰਹਾਂਗੇ ਆਪਾਂ, ਆਂਸਰ ਹੈਗਾ ਪੌੜੀ। ਅਗਲੇ ਕੁਐਸਚਨ 'ਤੇ ਆ ਜਾਓ, 12 ਮਾਹ ਕੀ ਹੁੰਦਾ ਹੈ? 12 ਸਾਲਾਂ ਦਾ ਵਰਣਨ, 12 ਮਹੀਨਿਆਂ ਦਾ ਵਰਣਨ, ਇਸ ਵਿੱਚ ਬਿਰਾਂ ਦੀ ਮਾਨਸਿਕ ਪੀੜਾ ਦਾ ਦਰਦ 12 ਮਹੀਨਿਆਂ ਦੀ ਪ੍ਰਕਿਰਤੀ ਦੇ ਭਿੰਨ ਭਿੰਨ ਚਿੱਤਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ, ਜਾਂ ਉਪਰੋਕਤ ਕੋਈ ਆਂਸਰ ਨਹੀਂ ਹੋਊਗਾ। 12 ਮਾਹ ਕੀ ਹੁੰਦਾ ਹੈ? 22 ਦਾ ਆਂਸਰ ਕਰੋ ਜਲਦੀ। ਠੀਕ ਹੈ, ਆਂਸਰ ਕਰੋ ਜਲਦੀ ਕੀ ਰਹੇਗਾ? ਠੀਕ ਹੈ, ਪਹਿਲਾਂ ਵਾਲੇ ਦਾ ਪੌੜੀ ਹੋ ਚੁੱਕਿਆ, ਅਗਲੇ ਦਾ ਕਰੋ, 22 ਦਾ ਆਂਸਰ ਸੀ ਕਰੇ ਬਹੁਤ ਸਾਰੇ। ਹਾਂ, ਪੌੜੀ ਕਾਵ ਰੂਪ ਹੁੰਦੇ ਆ ਨਿਸ਼ਾਨੀ ਜਾਂ ਸਿਰਖੰਡੀ ਛੰਦ, ਓਕੇ ਵੈਰੀ ਗੁੱਡ, ਠੀਕ ਹੈ ਜੀ। ਕਈ ਵਾਰੀ ਸਿਰਖੰਡੀ ਜਾਂ ਨਿਸ਼ਾਨੀ ਛੰਦ ਵੀ ਲਿਖਿਆ ਹੋ ਸਕਦਾ ਹੈ, ਬਾਰ ਵਾਲੇ ਜੋ ਕੁਐਸਚਨ ਦੇ ਵਿੱਚ ਛੰਦ ਦੀ ਗੱਲ ਹੁੰਦੀ ਹੈ, ਤਾਂ ਜੇ ਇਕੱਲਾ ਪੌੜੀ ਲਿਖਿਆ ਤਾਂ ਪੌੜੀ ਕਰਾਂਗੇ ਆਂਸਰ ਆਪਾਂ, ਸਿਰਖੰਡੀ ਅਤੇ ਨਿਸ਼ਾਨੀ ਨਹੀਂ ਕਰਾਂਗੇ, ਕਿਉਂਕਿ ਪੌੜੀ ਦੇ ਹੀ ਰੂਪ ਹੈਗੇ ਹੈ। ਚਲੋ, ਆਂਸਰ ਕਰੋ, 12 ਮਾਹ ਕੀ ਹੈ? ਆਂਸਰ 22 ਦਾ ਕੀ ਹੋ ਜਾਏਗਾ? ਬਿਲਕੁਲ, ਹਾਂ, ਪੌੜੀ ਵੈਸੇ ਕੋਈ ਛੰਦ ਨਹੀਂ, ਪਰ ਉਹ ਆਪਸ਼ਨ ਦੇ ਮੁਤਾਬਕ ਆਪਾਂ ਉੱਥੇ ਉਹੀ ਕਰਾਂਗੇ, ਕਿਉਂਕਿ ਆਪਣੇ ਕੋਲ ਕੁਐਸਚਨ ਇਸ ਤਰ੍ਹਾਂ ਕ੍ਰੀਏਟ ਸੀਗਾ। ਚਲੋ,
ਠੀਕ ਆ ਦੀਪ, ਹਰਦੀਪ ਜੀ ਤੁਹਾਡੀ ਗੱਲ ਸਮਝ ਚੁੱਕੇ ਆਪਾਂ। ਹਾਂ ਆਂਸਰ 22 ਦਾ ਬਿਲਕੁਲ ਤੁਸੀਂ ਕਰ ਦਿੱਤਾ, ਰਾਈਟ ਆਂਸਰ ਕੀ ਰਹੇਗਾ, ਸੀ ਕਰ ਰਹੇ ਆ ਬਹੁਤ ਸਾਰੇ। ਠੀਕ ਹੈ 22 ਦਾ ਆਂਸਰ ਈੜੀ ਹੀ ਰਹੇਗਾ, ਸੀ ਆਂਸਰ। ਠੀਕ ਹੈ ਈੜੀ ਆਂਸਰ ਬਿਲਕੁਲ ਰਾਈਟ ਹੈਗਾ। ਇਸ ਵਿੱਚ ਬੇਰਾਂ ਦੀ ਮਾਨਸਿਕ ਪੀੜਾ ਦਾ ਦਰਦ 12 ਮਹੀਨਿਆਂ ਦੀ ਪ੍ਰਕਿਰਤੀ ਦੇ ਭਿੰਨ ਭਿੰਨ ਚਿੱਤਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ, ਆਂਸਰ ਈੜੀ। ਕਿਉਂਕਿ ਇਹ ਵੀ ਆਂਸਰ ਤੁਹਾਨੂੰ ਲੱਗਦਾ ਹੋਏਗਾ ਪਰ ਇਹ ਆਂਸਰ ਨਹੀਂ ਹੋਏਗਾ, ਆਂਸਰ ਈੜੀ ਹੋਏਗਾ। ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਕਾਵਿ ਰੂਪ ਕਿਹੜਾ ਹੈ, ਕਾਵਿ ਰੂਪ ਹੈ, ਆਂਸਰ ਟੱਪਾ, ਸੱਦ ਘੋੜੀ, ਸੁਹਾਗ। ਆਂਸਰ ਕਰੋ, ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਕਾਵਿ ਰੂਪ ਕਿਹੜਾ ਹੈ। ਹਾਂਜੀ ਆਂਸਰ ਕੀ ਰਹੇਗਾ, 23 ਦਾ ਆਂਸਰ, ਜਲਦੀ ਕਰੋ। ਠੀਕ ਹੈ 94 ਲਾਈਕ ਹੈਗੇ ਆ ਜਿੰਨੇ ਦੇਖ ਰਹੇ ਹੋ, 100 ਲਗਭਗ 9 ਦੇਖ ਰਹੇ ਹੋ ਤੁਸੀਂ ਲਾਈਕ, ਹਜੇ ਨਹੀਂ ਕੀਤਾ ਬਹੁਤ ਸਾਰਿਆਂ ਨੇ, ਕਰ ਦਿਓ ਲਾਈਕ ਜਲਦੀ ਜਿਨ੍ਹਾਂ ਨੇ ਨਹੀਂ ਕੀਤਾ। ਆਂਸਰ ਕਰੋ ਕੀ ਰਹੇਗਾ, ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਕਾਵਿ ਰੂਪ ਹੈ, ਆਂਸਰ ਸੀ ਰਹੇਗਾ ਬਿਲਕੁਲ, ਸੱਦ। ਠੀਕ ਹੈ 23 ਦਾ ਆਂਸਰ ਬਿਲਕੁਲ ਕਰੈਕਟ ਰਹੇਗਾ, ਸੀ ਸੱਦ ਰੂਪ ਈੜੀ। ਅੱਗੇ ਆ ਜਾਓ, ਢੋਲੇ ਦਾ ਵਿਸ਼ਾ ਹੈ ਜਾਂਗਲੀ ਮੁਟਿਆਰਾਂ ਦਾ ਸੁਹੱਪਣ, ਉਹਨਾਂ ਦੇ ਤਰਲੇ ਜਜ਼ਬੇ, ਦਿਲ ਦੀਆਂ ਸਦਰਾਂ ਅਪਰੁਕਤ ਸਾਰੇ। ਆਂਸਰ ਕਰੋ 24 ਦਾ ਕੀ ਰਹੇਗਾ, ਢੋਲੇ ਦਾ ਵਿਸ਼ਾ ਹੈ ਜਾਂਗਲੀ ਮੁਟਿਆਰਾਂ ਦਾ ਸੁਹੱਪਣ, ਉਹਨਾਂ ਦੇ ਤਰਲੇ ਜਜ਼ਬੇ, ਦਿਲ ਦੀਆਂ ਸਦਰਾਂ ਅਪਰੁਕਤ ਸਾਰੇ। 24 ਦਾ ਆਂਸਰ, ਠੀਕ ਹੈ ਆਂਸਰ ਤੁਸੀਂ ਕਰ ਰਹੇ ਹੋ ਬਿਲਕੁਲ ਸਹੀ ਰਹੇਗਾ, ਸੱਸਾ ਆਂਸਰ ਹੈਗਾ। ਠੀਕ ਹੈ 24 ਦਾ ਆਂਸਰ ਬਿਲਕੁਲ ਸੱਸਾ, ਉਪਰੁਕਤ ਸਾਰੇ। ਢੋਲੇ ਦਾ ਵਿਸ਼ਾ ਜਾਂਗਲੀ ਮੁਟਿਆਰਾਂ ਦਾ ਸੁਪਨ, ਉਹਨਾਂ ਦੇ ਤਰਲੇ ਅਤੇ ਜਜ਼ਬੇ, ਦਿਲ ਦੀਆਂ ਸਦਰਾਂ। ਅੱਗੇ ਆ ਜਾਓ, ਜਿਉਣਾ ਮੋੜ ਕਿਸ ਇਲਾਕੇ ਦਾ ਨਾਇਕ ਹੈ। ਚਲੋ ਜੀ ਹੁਣੇ ਗੱਲ ਕੀਤੀ ਸੀ ਆਪਾਂ ਕੁਛ ਹੀ ਟਾਈਮ ਪਹਿਲਾਂ, ਜਿਉਣਾ ਮੋੜ ਕਿਸ ਇਲਾਕੇ ਦਾ ਨਾਇਕ ਹੈ, ਤੈਨੂੰ ਪਤਾ ਹੋਣਾ ਚਾਹੀਦਾ। 25 ਦਾ ਆਂਸਰ ਕੀ ਰਹੇਗਾ, ਮੈਂ ਹੁਣੀ ਦੱਸਿਆ ਸੀ ਤੁਹਾਨੂੰ ਕਿਸ ਜਗ੍ਹਾ ਦਾ ਰਹੀ ਜੰਪਲ ਜਾਉਣਾ ਮੋੜ, ਹੈ ਨਾ, ਤਾਂ ਮਾਲਵਾ ਹੋਏਗਾ, ਮਾਝਾ ਹੋਏਗਾ, ਦਬਾਬਾ ਹੋਏਗਾ, ਪੋਠੋਹਾਰ ਹੋਏਗਾ। 25 ਦਾ ਆਂਸਰ ਲਾਡੀ ਮੌੜ, ਲਾਡੀ ਮੌੜ ਜੀ ਤੁਸੀਂ ਦੱਸੋ ਆਂਸਰ, ਤੁਸੀਂ ਮੌੜ ਤੋਂ ਹੋ। ਠੀਕ ਹੈ ਪੂਨਮ ਮੱਕੜ, ਪੂਰ ਕੌਰ, ਰਜਨੀ ਬਾਂਸਲ, ਠੀਕ ਹੈ ਕਰਮਜੀਤ ਕਹਿੰਦੇ ਆਪਣਾ, ਆਪਣਾ ਦਾ ਮਤਲਬ ਤੁਹਾਡਾ, ਆਪਣਾ ਤੁਹਾਡਾ ਤੁਹਾਡਾ ਇਸ ਤਰ੍ਹਾਂ ਦੀ ਜਿਹੜੀ ਲੈਂਗੁਏਜ ਜਿਹੜੀ ਆਪਣੇ ਵੱਖ ਵੱਖ ਜਿਹੜਾ ਡਿਸਟ੍ਰਿਕਟ ਦੇ ਵਿੱਚ ਬੋਲੀ ਜਾਂਦੀ ਹੈ ਨਾ। ਬਿਲਕੁਲ ਰਾਈਟ ਆਂਸਰ ਰਹੇਗਾ ਮਾਲਵਾ, ਮਾਲਵਾ। ਠੀਕ ਹੈ ਜੀ ਮੌੜ ਜੋ ਮਾਲਵੇ ਦੇ ਵਿੱਚ ਹੈ, ਤੁਹਾਨੂੰ ਪਤਾ ਹੀ ਹੈ ਮਾਨਸਾ ਦੇ ਕੋਲ ਹੈ ਮੌੜ ਮੰਡੀ। ਚਲੋ ਆਂਸਰ ਆੜਾ, ਮਾਲਵਾ ਰਾਈਟ ਆਂਸਰ ਰਹੇਗਾ ਬਿਲਕੁਲ। ਅੱਗੇ ਆ ਜਾਓ ਨੈਕਸਟ, ਇਹਨਾਂ ਵਿੱਚੋਂ ਲੋਕ ਕਲਾਵਾਂ ਦੇ ਕਿਹੜੇ ਕਿਹੜੇ ਰੂਪ ਹਨ, ਲੋਕ ਕਲਾਵਾਂ ਦੇ ਜਿਸ ਦੇ ਵਿੱਚ ਕਲਾ ਪੇਸ਼ ਹੁੰਦੀ ਹੈ, ਲੋਕ ਨਾਚ ਕੋਈ ਕਲਾ ਹੈ, ਲੋਕ ਗਹਿਣੇ ਕੋਈ ਕਲਾ ਹੈ,
ਲੋਕ ਸਾਜ਼ ਕੋਈ ਕਲਾ ਹੈ ਜਾਂ ਉਪਰੋਕਤ ਸਾਰੇ ਆਂਸਰ ਹੋਏਗਾ। ਆਂਸਰ ਕਰੋ 26 ਦਾ ਕੀ ਰਹੇਗਾ ਜੀ, ਜਲਦੀ। ਚਲੋ ਆਂਸਰ ਕੀ ਰਹੇਗਾ 26 ਦਾ? ਇਹਨਾਂ ਵਿੱਚੋਂ ਲੋਕ ਕਲਾਵਾਂ ਦੇ ਕਿਹੜੇ ਕਿਹੜੇ ਰੂਪ ਹਨ? ਡੀ ਆਂਸਰ ਤੁਸੀਂ ਕਰ ਰਹੇ ਹੋ, ਸਾਰੇ ਹੀ ਇਸ ਦੇ ਵਿੱਚ ਲੋਕ ਕਲਾ ਦੀ ਗੱਲ ਹੋ ਜਾਂਦੀ ਹੈ। ਆਂਸਰ ਸੱਸਾ, ਉਪਰੋਕਤ ਸਾਰੇ, ਬਿਲਕੁਲ ਠੀਕ ਹੈ ਜੀ। ਓਕੇ ਠੀਕ ਹੈ, ਭੰਗੜਾ ਆਂਸਰ ਕਰੋ। ਭੰਗੜਾ ਹੈ, ਲੋਕ ਨਾਟ ਹੈ, ਲੋਕ ਨਾਚ ਹੈ, ਲੋਕ ਗਾਇਨ ਹੈ, ਲੋਕ ਸੰਗੀਤ ਹੈ। ਆਂਸਰ 27 ਦਾ ਕੀ ਰਹੇਗਾ? ਭੰਗੜਾ, ਭੰਗੜਾ, ਭੰਗੜਾ ਜੋ ਵੀ ਹੈ, ਲੋਕ ਨਾਟ, ਲੋਕ ਨਾਚ, ਲੋਕ ਗਾਇਨ, ਲੋਕ ਸੰਗੀਤ। 27 ਦਾ ਆਂਸਰ ਕਰ ਰਹੇ ਹੋ, ਬਿਲਕੁਲ ਤੁਹਾਡਾ ਆਂਸਰ ਹੈਗਾ ਆੜਾ, ਲੋਕ ਨਾਚ। ਭੰਗੜਾ ਨਾਚ ਹੀ ਹੁੰਦਾ, ਤੁਹਾਨੂੰ ਪਤਾ, ਨੱਚਣਾ ਹੀ ਹੁੰਦਾ। ਕਿੰਨਾ ਕਿੰਨਾ ਨੂੰ ਭੰਗੜਾ ਆਉਂਦਾ, ਇੱਕ ਵਾਰ ਕਰੋ ਜਲਦੀ ਥੰਮਸ ਅਪ ਕਰੋ, ਜਿੰਨਾ ਜਿੰਨਾ ਨੂੰ ਭੰਗੜਾ ਆਉਂਦਾ। ਇੱਕ ਬਹੁਤ ਹੀ ਜਿਹੜਾ ਕਹਿ ਸਕਦੇ ਹਾਂ, ਉਸ ਦੇ ਵਿੱਚ ਐਕਸਰਸਾਈਜ਼ ਵੀ ਹੁੰਦੀ ਹੈ ਔਰ ਫਿਟਨੈਸ ਵੀ ਬਣਦੀ ਹੈ ਜੋ ਭੰਗੜਾ ਕਰਦੇ ਹੈਗੇ ਆ। ਜਿੰਨਾ ਜਿੰਨਾ ਨੂੰ ਭੰਗੜਾ ਆਉਂਦਾ ਜਲਦੀ ਥੰਮਸ ਅਪ ਕਰੋ, ਦੇਖਦੇ ਹਾਂ ਕਿੰਨੇ ਕੁ ਸ਼ੌਂਕ ਰੱਖਦੇ ਆ ਭੰਗੜੇ ਦਾ। ਵੈਸੇ ਇੱਕ ਪ੍ਰਿੰਟ ਭੰਗੜਾ ਵੀ ਹੁੰਦਾ ਵੈਸੇ ਹੀ, ਜਿਹੜਾ ਤੁਸੀਂ ਸੁਣਦੇ ਹੋਵੋਗੇ ਕਮੇਡੀ ਦੇ ਵਿੱਚ। ਠੀਕ ਹੈ, ਗਗਨ ਪਰੋਚੇ ਕਹਿੰਦੇ ਮੈਨੂੰ ਭੰਗੜਾ ਆਉਂਦਾ, ਠੀਕ ਹੈ। ਕਰਮਜੀਤ ਸਿੰਘ ਕਰੇ, ਨੀਸ਼ਾ ਰਾਣੀ, ਬਰਿੰਦਰ, ਠੀਕ ਹੈ ਜੀ। ਹੈਪੀ ਗਿੱਲ ਬੁਰਜ, ਸ਼ੈਲੀ ਕਹਿ ਰਹੇ ਆ, ਠੀਕ ਹੈ। ਚਲੋ ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। ਆਂਸਰ ਨੈਕਸਟ ਦਾ ਕਰੋ, ਗਿੱਧਾ ਕਿੱਥੋਂ ਦਾ ਪ੍ਰਸਿੱਧ ਲੋਕ ਨਾਚ ਹੈ? ਪੰਜਾਬ ਦਾ, ਹਰਿਆਣੇ ਦਾ, ਗੁਜਰਾਤ, ਕਸ਼ਮੀਰ? ਆਂਸਰ ਕੀ ਰਹੇਗਾ? ਹਾਂ, ਹਰਪ੍ਰੀਤ ਸਿੰਘ ਕਹਿੰਦੇ ਥੋੜ੍ਹਾ ਥੋੜ੍ਹਾ ਆਉਂਦਾ। ਹਾਂ, ਜਸਵੀਰ ਕਹਿ ਰਹੇ ਆ ਕਿ ਸਾਨੂੰ ਭੂਤ ਭੰਗੜਾ ਆਉਂਦਾ, ਠੀਕ ਹੈ। ਭੂਤ ਭੰਗੜਾ ਤੁਸੀਂ ਦੇਖਿਆ ਨਾ, ਵਿਆਹਾਂ ਦੇ ਵਿੱਚ ਪੈਂਦਾ ਰਹਿੰਦਾ ਭੂਤ ਭੰਗੜਾ, ਡੀਜੇ 'ਤੇ ਪੈਂਦਾ। ਵੈਸੇ ਜਿਹੜਾ ਭੂਤ ਭੰਗੜਾ ਉਹ ਡੀਜੇ 'ਤੇ ਹੁੰਦਾ, ਵੈਸੇ ਨਹੀਂ ਹੁੰਦਾ ਭੂਤ ਭੰਗੜਾ। ਠੀਕ ਆ ਜੀ, ਆਂਸਰ ਕੀ ਰਹੇਗਾ? ਗਿੱਧਾ ਕਿੱਥੋਂ ਦਾ ਲੋਕ ਨਾਚ ਹੈ? ਆਂਸਰ ਕੀ ਰਹੇਗਾ? 28 ਦਾ ਆਂਸਰ ਕਰ ਦਿਓ, ਬਿਲਕੁਲ ਦੇਖ ਲੈਂਦੇ ਆਂਸਰ ਤੁਹਾਡਾ ਹੋਏਗਾ। ਊੜਾ ਆਂਸਰ ਹੀ ਰਹੇਗਾ, ਪੰਜਾਬ ਦਾ ਹੀ ਰਹੇਗਾ, ਹੈ ਨਾ? ਆਂਸਰ ਰਹੇਗਾ ਊੜਾ, ਪੰਜਾਬ ਦਾ। ਅੱਗੇ ਆ ਜਾਓ, ਝੂਮਰ ਕੀ ਹੈ? ਇਸਤਰੀਆਂ ਦਾ ਲੋਕ ਨਾਚ ਹੈ, ਬੱਚਿਆਂ ਦਾ ਲੋਕ ਨਾਚ ਹੈ, ਮਰਦਾਂ ਦਾ ਲੋਕ ਨਾਚ ਹੈ, ਉਪਰੋਕਤ ਸਾਰੇ? 29 ਦਾ ਆਂਸਰ ਕਰੋ। ਹਾਂਜੀ, ਨਾਗਿਨ ਡਾਂਸ, ਬਰਿੰਦਰਪਾਲ ਸਿੰਘ ਕਹਿ ਰਿਹਾ, ਕਈ ਕਹਿੰਦੇ ਨਾਗਿਨ ਡਾਂਸ ਵੀ ਕਰਦੇ ਆ। ਹਾਂ, ਨਾਗਿਨ ਡਾਂਸ ਵੀ ਕਈ ਵਾਰੀ ਹੋ ਜਾਂਦਾ, ਭੰਗੜੇ ਦਾ ਨਾਗਿਨ ਡਾਂਸ ਬਣ ਜਾਂਦਾ, ਠੀਕ ਹੈ। ਵਿੱਚ ਉਹਦੇ ਵਿੱਚ ਕੁਛ ਨਾ ਕੁਛ ਮੋਡੀਫਾਈ ਚੀਜ਼ਾਂ ਆ ਜਾਂਦੀਆਂ ਨੇ ਭੰਗੜੇ ਦੇ ਵਿੱਚ ਕਈ ਵਾਰ। ਚਲੋ ਕੋਈ ਗੱਲ ਨਹੀਂ, ਆਂਸਰ ਕਰੋ, ਝੂਮਰ ਕੀ ਹੈ? ਝੂਮਰ ਕੀ ਹੈ? 29 ਦਾ ਆਂਸਰ ਤੁਹਾਡਾ ਬਿਲਕੁਲ ਸਹੀ ਹੋ ਜਾਏਗਾ, ਈੜੀ। ਮਰਦਾਂ ਦਾ ਲੋਕ ਨਾਚ ਹੈ, ਬੱਚਿਆਂ ਨਾਲ ਕੋਈ ਸੰਬੰਧ ਨਹੀਂ, ਇਸਤਰੀਆਂ ਨਾਲ ਕੋਈ ਸੰਬੰਧ ਨਹੀਂ। ਆਂਸਰ ਹੈਗਾ ਈੜੀ। ਅਗਲੇ 'ਤੇ ਆ ਜਾਓ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਸਾਂਦਲਵਾਰ ਦੇ ਇਲਾਕੇ ਨਾਲ
ਸੰਬੰਧਿਤ ਲੋਕ ਨਾਚ ਕਿਹੜਾ ਹੈ? ਭੰਗੜਾ ਹੈ, ਗਿੱਧਾ ਹੈ, ਲੁੱਡੀ ਹੈ, ਝੂਮਰ ਹੈ? 30 ਦਾ ਆਂਸਰ ਕਰੋ ਜਲਦੀ, ਕੀ ਰਹੇਗਾ? ਚਲੋ ਜੀ, ਆਂਸਰ ਕਰੋ 30 ਦਾ ਕਿਉ। ਭੰਗੜਾ, ਗਿੱਧਾ, ਲੁੱਡੀ, ਝੂਮਰ ਸਾਂਦਲਵਾਰ ਦੇ ਇਲਾਕੇ ਵਿੱਚ ਜਾਂ ਨਾਲ ਸੰਬੰਧਿਤ ਲੋਕ ਨਾਚ ਕਿਹੜਾ ਹੈ? ਬਿਲਕੁਲ ਰਾਈਟ ਆਂਸਰ ਹੈਗਾ ਸੱਸਾ, ਝੂਮਰ। ਅੱਗੇ ਆ ਜਾਓ, ਕਿੱਕਲੀ ਕੀ ਹੈ? ਆਂਸਰ ਕਰੋ ਜੀ, ਕਿੱਕਲੀ ਕੀ ਹੈ? ਬੁੱਢਿਆਂ ਦੀ ਲੋਕ ਨਾਚ ਹੈ, ਮੁੰਡਿਆਂ ਦਾ ਲੋਕ ਨਾਚ ਹੈ, ਮਰਦਾਂ ਦਾ ਲੋਕ ਨਾਚ ਹੈ, ਇਸਤਰੀਆਂ ਕੁੜੀਆਂ ਦਾ ਲੋਕ ਨਾਚ ਹੈ? ਕਿੱਕਲੀ ਕੀ ਹੈ? ਆਂਸਰ 31 ਦਾ, 31 ਦਾ ਆਂਸਰ ਕੀ ਹੋਏਗਾ? ਕਰੋ ਜਲਦੀ, 31 ਦਾ ਆਂਸਰ। ਹਾਂ, 31 ਦਾ ਆਂਸਰ ਤੁਸੀਂ ਡੀ ਕਰ ਰਹੇ ਹੋ, ਕੁੜੀਆਂ ਦਾ ਬਿਲਕੁਲ। ਪਰ ਹੁਣ ਇਹ ਜਗ੍ਹਾ ਟਿਕ ਟੋਕ ਨੇ ਲੈ ਲਈ। ਵਰਿੰਦਰਪਾਲ ਠੀਕ ਕਹਿੰਦੇ ਆ ਕਿ ਜੋ ਕਿੱਕਲੀ ਹੈ, ਜੋ ਕੁੜੀਆਂ ਪਹਿਲਾਂ ਕਿੱਕਲੀ ਪਾਉਂਦੀਆਂ ਸੀ, ਤਾਂ ਹੁਣ ਉਹ ਕਿੱਕਲੀ ਪਾਉਂਦੀਆਂ ਨੇ, ਹੁਣ ਵੀ ਪਾਉਂਦੀਆਂ ਨੇ। ਕਿੱਥੇ ਪਾਉਂਦੀਆਂ? ਟਿਕਟੋਕ 'ਤੇ ਪਾਉਂਦੀਆਂ ਨੇ ਕਿੱਕਲੀ, ਹੈ ਨਾ। ਕਹਿਣ ਦਾ ਮਤਲਬ ਇਹ ਹੈ, ਹੁਣ ਜਿਹੜੀ ਕਿੱਕਲੀ ਕਿੱਥੇ ਪੈਂਦੀ ਹੈ? ਟਿਕਟੋਕ 'ਤੇ ਪੈਂਦੀ ਹੈ। ਵੈਸੇ ਝੂਮਰ ਵੀ ਹੁਣ ਟਿਕਟੋਕ 'ਤੇ ਪੈਂਦਾ, ਮੁੰਡੇ ਕਿਹੜਾ ਘੱਟ ਨੇ? ਜੇ ਕੁੜੀਆਂ ਕਿੱਕਲੀ ਪਾ ਸਕਦੀਆਂ ਟਿਕਟੋਕ 'ਤੇ, ਤਾਂ ਮੁੰਡੇ ਵੀ ਪਾ ਰਹੇ ਹੈਗੇ। ਚਲੋ, ਆਂਸਰ ਕੀ ਰਹੇਗਾ? ਬਿਲਕੁਲ ਸੱਸਾ ਆਂਸਰ। ਅੱਗੇ ਆ ਜਾਓ, ਨੈਕਸਟ। ਲੋਕ ਕਥਾਵਾਂ ਦੇ ਵਿਸ਼ੇ ਹਨ, ਆਂਸਰ ਕਰੋ 32 ਦਾ। ਲੋਕ ਕਥਾਵਾਂ ਦੇ ਵਿਸ਼ੇ ਹਨ, ਲੋਕ ਕਥਾਵਾਂ ਦੇ ਵਿਸ਼ੇ ਹਨ। ਬਹੁਤ ਸਾਰੇ ਕਹਿ ਰਹੇ ਕਿ ਅਸੀਂ ਟਿਕਟੋਕ ਯੂਜ਼ ਨਹੀਂ ਕਰਦੇ। ਟਿਕਟੋਕ ਬਹੁਤ ਸਾਰੇ ਯੂਜ਼ ਕਰਦੇ ਆ, ਪਰ ਆਪਣੀ ਪ੍ਰਾਈਵੇਸੀ ਲਾ ਕੇ ਰੱਖਦੇ ਨੇ, ਠੀਕ ਹੈ। ਹਾਂ, ਆਪਣਾ ਬਸ ਵਟਸਐਪ ਹੀ ਪਾਉਂਦੇ ਨੇ, ਵਾਇਰਲ ਨਹੀਂ ਕਰਦੇ। ਉਹ ਵਟਸਐਪ 'ਤੇ ਆਪਣੇ ਜਿੰਨੇ ਦੋਸਤ ਮਿੱਤਰ ਹੁੰਦੇ ਆ ਉਹਨਾਂ ਲਈ ਪਾ ਦਿੰਦੇ ਆ ਵੀਡੀਓ ਬਣਾ ਕੇ, ਠੀਕ ਹੈ। ਟਿਕਟੋਕ ਦੀਆਂ ਵੀਡੀਓ ਪ੍ਰਾਈਵੇਟ ਮਿਲ ਜਾਂਦੀਆਂ। ਜਿਹੜੇ ਕਹਿੰਦੇ ਆ ਕਿ ਅਸੀਂ ਨਹੀਂ ਟਿਕਟੋਕ ਯੂਜ਼ ਕਰਦੇ, ਕਰਦੇ ਹੁੰਦੇ ਆ, ਸਭ ਕਰਦੇ ਆ। ਚਲੋ, ਆਂਸਰ ਕਰੋ 32 ਦਾ, ਕੀ ਰਹੇਗਾ? ਲੋਕ ਕਥਾਵਾਂ ਦੇ ਵਿਸ਼ੇ ਹਨ, ਖਾਸ ਲੋਕਾਂ ਤੋਂ ਲਏ ਜਾਂਦੇ ਆ, ਕੁਝ ਰਾਜਨੀਤਿਕ ਲੋਕਾਂ ਤੋਂ ਲਏ ਜਾਂਦੇ ਆ, ਇੱਕ ਖਾਸ ਕਬੀਲੇ ਤੋਂ ਵਿੱਚੋਂ ਲਏ ਜਾਂਦੇ ਆ, ਆਮ ਸਧਾਰਨ ਜੀਵਨ ਵਿੱਚੋਂ ਲਏ ਜਾਂਦੇ ਆ। 32 ਦਾ ਆਂਸਰ ਕੀ ਰਹੇਗਾ? ਹਾਂਜੀ, 32 ਦਾ ਆਂਸਰ। ਜੀ, ਆਂਸਰ ਕਰੋ ਜੀ 32 ਦਾ। ਆਂਸਰ 32 ਦਾ ਕੀ ਹੋਏਗਾ? ਚਲੋ, ਆਂਸਰ ਆਏਗਾ ਸੱਸਾ। ਹਾਂ, ਆਮ ਸਧਾਰਨ ਜੀਵਨ ਵਿੱਚੋਂ ਲਏ ਜਾਂਦੇ ਹੈਗੇ ਆ ਲੋਕ ਕਥਾਵਾਂ ਦੇ ਵਿਸ਼ੇ, ਆਂਸਰ ਸੱਸਾ ਰਹੇਗਾ, ਬਿਲਕੁਲ। ਅੱਗੇ ਆ ਜਾਓ, ਨੈਕਸਟ। ਨੈਕਸਟ ਕੁਐਸਚਨ ਰਹੇਗਾ, ਲੋਕ ਕਥਾਵਾਂ ਵਿੱਚ ਦੰਦ ਕਥਾਵਾਂ ਕੀ ਹੁੰਦੀਆਂ? ਦੰਦ ਕਥਾਵਾਂ ਕੀ ਹੁੰਦੀਆਂ? ਲੋਕ ਕਥਾਵਾਂ ਦੇ ਵਿੱਚ ਦੰਦ ਕਥਾਵਾਂ ਕੀ ਹੁੰਦੀਆਂ? ਪਸ਼ੂਆਂ ਨਾਲ ਸੰਬੰਧ ਹੁੰਦੀਆਂ, ਜਾਦੂ ਟੂਣਿਆਂ 'ਤੇ ਪਰਾ ਸਰੀਰਕ ਅੰਸ਼ ਵਧੇਰੇ ਮਿਲਦਾ ਹੈ,
ਡੂੰਘੀ ਨੀਤੀ ਵਾਲੀ ਗੱਲ ਕੀਤੀ ਜਾਂਦੀ ਹੈ, ਇਤਿਹਾਸ ਅਤੇ ਮਿਥਿਹਾਸ ਦਾ ਮੇਲ ਹੁੰਦਾ ਹੈ। ਦੱਸੋ ਲੋਕ ਕਥਾਵਾਂ ਦੇ ਵਿੱਚ ਦੰਦ ਕਥਾਵਾਂ ਆ ਜਾਂਦੀਆਂ, ਉਹ ਕੀ ਹੁੰਦੀਆਂ? ਦੰਦਾਂ ਨਾਲ ਸੁਣਾਈਆਂ ਜਾਂਦੀਆਂ, ਕਹਿਣ ਦਾ ਮਤਲਬ। ਚਲੋ ਆਂਸਰ ਕਰੋ ਕੀ ਰਹੇਗਾ। ਠੀਕ ਹੈ, ਔਰ ਬਹੁਤ ਸਾਰੇ ਮੈਨੂੰ ਕਲਾਸ ਛੱਡ ਕੇ ਭੱਜਦੇ ਦਿਖਾਈ ਦੇ ਰਹੇ ਹੈਗੇ ਆ। 97 ਆਪਾਂ ਲਾਈਵ ਰਹਿ ਗਏ, ਦੇਖਦੇ ਹਾਂ ਅੱਜ ਕਿਹੜੇ ਕਿਹੜੇ ਮੈਦਾਨ ਛੱਡ ਕੇ ਭੱਜਦੇ ਹੈ। ਮਾਸਟਰ ਗੇਡਰ ਕਰਨਾ ਕੋਈ ਸੌਖੀ ਗੱਲ ਨਹੀਂ ਹੈ, ਠੀਕ ਹੈ। ਅੱਜ ਪਤਾ ਲੱਗ ਜਾਏਗਾ ਮਾਸਟਰ ਗੇਡਰ ਦੇ ਇੰਟਰਸਟਡ ਕਿਹੜੇ ਕਿਹੜੇ ਹੈਗੇ ਆ, ਟੀਚਰ ਬਣਨ ਦੇ ਇੰਟਰਸਟਡ ਕਿਹੜੇ ਕਿਹੜੇ ਹੈਗੇ ਆ, ਹੈ ਨਾ, ਅੱਜ ਪਤਾ ਲੱਗ ਜਾਏਗਾ। ਚਲੋ ਲੋਕ ਕਥਾਵਾਂ ਵਿੱਚ ਦੰਦ ਕਥਾਵਾਂ ਕੀ ਹੁੰਦੀਆਂ ਹੈ? ਆਂਸਰ ਕਰੋ, ਪਸ਼ੂ ਨਾਲ ਸੰਬੰਧ ਹੁੰਦੀਆਂ, ਜਾਦੂ ਟੂਣਿਆਂ 'ਤੇ ਪਰਾ ਸਰੀਰਕ ਅੰਸ਼ ਵਧੇਰੇ ਮਿਲਦਾ ਹੈ, ਡੂੰਘੀ ਨੀਤੀ ਵਾਲੀ ਗੱਲ ਕੀਤੀ ਜਾਂਦੀ ਹੈ, ਇਤਿਹਾਸ ਅਤੇ ਮਿਥਿਹਾਸ ਦਾ ਮੇਲ ਹੁੰਦਾ ਹੈ। 33 ਦਾ ਆਂਸਰ ਬਿਲਕੁਲ ਸਹੀ ਕੀ ਰਹੇਗਾ? ਹਾਂ, ਸੱਸਾ ਆਂਸਰ ਰਹੇਗਾ, ਬਿਲਕੁਲ ਠੀਕ ਹੈ, ਡੀ ਆਂਸਰ, ਇਤਿਹਾਸ ਅਤੇ ਮਿਥਿਹਾਸ ਦਾ ਮੇਲ ਹੁੰਦਾ ਹੈ, ਆਂਸਰ ਸੱਸਾ। ਚਲੋ ਅੱਗੇ ਆ ਜਾਓ, ਲੋਕ ਗਾਥਾ ਕੀ ਹੁੰਦੀ ਹੈ? ਆਂਸਰ ਕਰੋ 34 ਦਾ। ਲੋਕ ਗਾਥਾ ਕੀ ਹੁੰਦੀ ਹੈ? ਕਵਿਤਾ ਹੁੰਦੀ ਹੈ, ਕਹਾਣੀ ਹੁੰਦੀ ਹੈ। ਇਹ ਲੋਕ ਕਵਿਤਾਵਾਂ ਨੂੰ ਨਾਮ ਦਿੱਤਾ ਜਾਂਦਾ ਹੈ ਜਿਸ ਅੰਦਰ ਕਿਸੇ ਪ੍ਰਕਾਸ਼ ਦੀ ਕਹਾਣੀ ਮਿਲਦੀ ਹੈ। ਗੀਤ, ਆਂਸਰ ਕਰੋ। ਆਂਸਰ ਕਰੋ ਕੀ ਰਹੇ? ਕਰੋ ਜੀ ਆਂਸਰ ਕੀ ਹੋਏ? ਪਚਾਨਵੇਂ ਲਾਈਵ ਆ ਗਏ, ਆਹ ਹੋ ਚੁੱਕੇ ਆਪਾਂ ਲਗਭਗ, ਕਾਫੀ ਜਿਹੜੇ ਹੈਗੇ ਸੀ ਔਰ ਜਿਹੜੇ ਲਗਭਗ ਚਲੇ ਗਏ ਆ, ਲੀਵ ਕਰ ਚੁੱਕੇ ਆ ਕਲਾਸ ਨੂੰ, ਮੈਨੂੰ ਲੱਗਦਾ ਇਹ ਹੈ ਕਿ ਉਹਨਾਂ ਦਾ ਜ਼ਿਆਦਾ ਟਿਕਟੋਕ ਵੀਡੀਓ ਦਾ ਟਾਈਮ ਹੋ ਚੁੱਕਿਆ, ਠੀਕ ਹੈ, ਜਾਂ ਫਿਰ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸੋਸ਼ਲ ਮੀਡੀਆ 'ਤੇ ਮੈਸੇਜ ਵਗੈਰਾ ਦਾ ਜਿਹੜਾ ਉਹਦਾ ਟਾਈਮ ਹੋ ਚੁੱਕਿਆ, ਹੋ ਸਕਦਾ ਇਸ ਤਰ੍ਹਾਂ ਹੋ ਜਾਂਦਾ। ਹਾਂ ਚਲੋ ਕੋਈ ਗੱਲ ਨਹੀਂ, ਲੋਕ ਗਾਥਾ ਕੀ ਹੁੰਦੀ ਹੈ? ਆਂਸਰ ਇਸਦਾ ਬਿਲਕੁਲ ਰਹੇਗਾ 34 ਦਾ। ਚਲੋ ਆਂਸਰ ਕਰ ਦਿੰਦੇ ਆਪਾਂ, ਈਡੀ ਆਂਸਰ ਰਹੇਗਾ ਇਸਦਾ। ਇਹ ਉਹਨਾਂ ਲੋਕ ਕਵਿਤਾਵਾਂ ਨੂੰ ਨਾਮ ਦਿੱਤਾ ਜਾਂਦਾ ਹੈ ਜਿਸ ਅੰਦਰ ਕਿਸੇ ਪ੍ਰਕਾਸ਼ ਦੀ ਕਹਾਣੀ ਮਿਲਦੀ ਹੈ। ਆਂਸਰ ਬਿਲਕੁਲ ਈਡੀ ਸੀ ਆਂਸਰ। ਆਂਸਰ ਠੀਕ ਹੈ ਜੀ, ਆਂਸਰ ਹੈਗਾ ਈੜੀ, ਬਿਲਕੁਲ। ਅੱਗੇ ਆ ਜਾਓ, ਇਹਨਾਂ ਵਿੱਚੋਂ ਲੋਕ ਗਾਥਾ ਕਿਹੜੀ ਹੈ? ਆਂਸਰ ਕਰੋ, ਟਾਲੀ ਮੇਰੇ ਬੱਚੇ, ਘਾਹ ਅਤੇ ਮੋਥਾ, ਜਿਉਣਾ ਮੋੜ, ਉਪਰੋਕਤ ਕੋਈ ਨਹੀਂ। ਲੋਕ ਗਾਥਾ ਕਿਹੜੀ ਹੈ? 35 ਦਾ ਆਂਸਰ ਕਰੋ, ਵਿਦ 36 ਦਾ ਵੀ ਕਰ ਦਿਓ, ਕੋਈ ਗੱਲ ਨਹੀਂ, ਦੋਨਾਂ ਦੇ ਆਂਸਰ ਕਰ ਦਿਓ, 35-36 ਦੋਨਾਂ ਦਾ ਆਂਸਰ ਕਰ ਦਿਓ। ਇਹਨਾਂ ਵਿੱਚੋਂ ਲੋਕ ਗਾਥਾ ਕਿਹੜੀ ਹੈ? ਟਾਲੀ ਮੇਰੇ ਬੱਚੇ, ਘਾਹ ਅਤੇ ਮੋਥਾ, ਜੌੜਾ ਮੋੜ, ਪ੍ਰਕੁੱਤ ਕੋਈ ਨਹੀਂ। ਦੂਸਰਾ ਕੁਐਸਚਨ ਹੈ, ਦੁੱਲਾ ਪੱਟੀ ਕੀ ਹੈ? ਲੋਕ ਗਾਥਾ ਹੈ, ਪਰੀ ਕਥਾ ਹੈ, ਮਿੱਥ ਕਥਾ ਹੈ, ਜਨੌਰ ਹੈ? ਆਂਸਰ ਕਰੋ ਜੀ। ਠੀਕ ਹੈ, ਆਂਸਰ ਤੁਸੀਂ ਕਰ ਰਹੇ ਹੋ 36 ਦਾ ਆਂਸਰ ਕਰ ਰਹੇ ਹੈਗੇ ਆ ਬਹੁਤ ਸਾਰੇ, ਏ 35 ਦਾ ਆਂਸਰ ਕਰ ਰਹੇ ਹੈਗੇ ਆ, 35 ਦਾ ਕਰ ਦਿਓ ਸੀ, ਪਰ ਦੇਖਦੇ ਹਾਂ ਕੀ ਰਹੇਗਾ। ਚਲੋ
ਲੋਕ ਗਾਥਾ ਜਿਉਣਾ ਮੁੜ ਰਹੇਗੀ, ਈਡੀ ਆਂਸਰ ਹੈਗਾ 35 ਦਾ, 36 ਦਾ ਆਂਸਰ ਹੈਗਾ ਊੜਾ। ਦੁੱਲਾ ਪੱਟੀ ਕੀ ਹੈ? ਲੋਕ ਗਾਥਾ, ਇਹ ਵੀ ਲੋਕ ਗਾਥਾ ਹੈ, ਇਹ ਵੀ ਲੋਕ ਗਾਥਾ, ਦੋ ਲੋਕ ਗਾਥਾ ਹੋ ਗਈਆਂ, ਜਿਉਣਾ ਮੋੜ ਅਤੇ ਦੁੱਲਾ ਪੱਟੀ। ਠੀਕ ਹੈ, ਕੁਐਸਚਨ ਨੂੰ ਉਲਟ ਕੇ ਦਿੱਤਾ ਇੱਧਰ, ਤਾਂ ਆਂਸਰ ਹੈਗਾ ਜਨੌਰ ਕਥਾ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ, ਜਿਹਦੇ ਵਿੱਚ ਪੰਛੀਆਂ ਚਿੜੀਆਂ ਜਨੌਰਾਂ ਦੀ ਜਿਹੜੀ ਕਹਾਣੀਆਂ ਸੁਣਾਈਆਂ ਜਾਂਦੀਆਂ। ਇੱਕ ਚਿੜੀ ਉੱਡ ਗਈ, ਉਹ ਇੱਕ ਮੈਨੂੰ ਛੋਟੇ ਹੁੰਦੇ ਜਿਹੜਾ ਮੈਂ ਸੁਣਦਾ ਰਿਹਾ, ਠੀਕ ਹੈ, ਇੱਕ ਕਹਾਣੀ ਹੁੰਦੀ ਸੀ ਛੋਟੀ ਜਿਹੀ ਜਨੌਰ ਕਥਾ ਆਪਾਂ ਕਹਿ ਲਈਏ, ਜਾਂ ਬਾਤਾਂ ਬਾਤਾਂ ਵੀ ਵੈਸੇ ਕਹਾਣੀਆਂ ਵਰਗੀਆਂ ਹੁੰਦੀਆਂ ਸੀ, ਚਿੜੀ ਅਤੇ ਕਾਂ ਵਾਲੀ, ਹੈ ਨਾ, ਜਨੌਰ ਕਹਾਣੀ ਇਸ ਤਰ੍ਹਾਂ ਹੁੰਦੀਆਂ। ਠੀਕ ਹੈ, ਚਲੋ ਕੋਈ ਗੱਲ ਨਹੀਂ, ਆਂਸਰ ਹੈਗਾ ਇਸਦਾ ਸੱਸਾ, ਸੋਰੀ ਸੱਸਾ ਨਹੀਂ, ਆਂਸਰ ਹੈਗਾ ਇਸਦਾ ਇਹ ਵਾਲਾ ਊੜਾ, ਔਰ 35 ਦਾ ਹੈਗਾ ਆਂਸਰ ਈੜੀ ਜਿਉਣਾ ਮੋੜ। ਅੱਗੇ ਆ ਜਾਓ, ਡਿੱਗੀ ਖੋਤੀ ਤੋਂ ਅਤੇ ਗੁੱਸਾ ਕਮਿਆਰ 'ਤੇ, ਖੋਤਾ ਹੋਏਗਾ ਵੈਸੇ, ਡਿੱਗੀ ਖੋਤੇ ਤੋਂ ਅਤੇ ਗੁੱਸਾ ਕਮਿਆਰ 'ਤੇ ਆਂਸਰ ਕੀ ਰਹੇਗਾ? ਕਰੋ ਆਂਸਰ, ਡਿੱਗੀ ਖੋਤੇ ਤੋਂ ਅਤੇ ਗੁੱਸਾ ਕਮਾਰ ਕਮਿਆਰ 'ਤੇ ਆਂਸਰ ਕੀ ਰਹੇਗਾ? ਹਾਂਜੀ, ਆਂਸਰ ਕਰੋ ਕੀ ਹੋਏਗਾ? 37 ਦਾ ਆਂਸਰ। ਅਖਾਣ ਹੈ, ਬਜ਼ਾਰਤ ਹੈ, ਮੁਹਾਵਰਾ ਹੈ, ਲੋਕ ਗਾਥਾ ਹੈ, ਕੀ ਹੋਏਗਾ? ਡਿੱਗੀ ਖੋਤੇ ਤੋਂ ਗੁੱਸਾ ਕਮਿਆਰ 'ਤੇ। ਸੈਂਤੀ ਦਾ ਆਂਸਰ ਏ, ਬਿਲਕੁਲ ਸਹੀ ਹੈ ਤੁਹਾਡਾ, ਊੜਾ। ਠੀਕ ਆਂਸਰ ਹੈਗਾ ਏ, ਅਖਾਣ। ਅੱਗੇ ਆ ਜਾਓ, ਦੋ ਘਰਾਂ ਦਾ ਮਹਿਮਾਨ ਭੁੱਖਾ ਕੀ ਹੈ? ਆਂਸਰ ਕਰੋ, ਦੋ ਘਰਾਂ ਦਾ ਮਹਿਮਾਨ ਭੁੱਖਾ ਕੀ ਹੈ? ਬੁਜ਼ਾਰਤ ਹੈ, ਮੁਹਾਵਰਾ ਹੈ, ਲੋਕ ਕਥਾ ਹੈ, ਅਖਾਣ ਹੈ? ਦੋ ਘਰਾਂ ਦਾ ਮਹਿਮਾਨ ਭੁੱਖਾ ਕੀ ਹੈ? ਨਾ ਕਹਿੰਦੇ ਉੱਧਰ ਦਾ, ਨਾ ਉੱਧਰ ਦਾ, ਨਾ ਘਰ ਦਾ, ਨਾ ਕਾਠ ਦਾ, ਵਿਹਲੜ ਅਨਾਜ ਦਾ। ਚਲੋ, ਵੈਸੀ ਗੱਲ ਕਰ ਰਹੇ ਆਪਾਂ, ਆਂਸਰ ਕਰਨਾ ਸਿਰਫ ਤੁਸੀਂ 38 ਦਾ, ਦੋ ਘਰਾਂ ਦਾ ਮਹਿਮਾਨ ਭੁੱਖਾ ਕੀ ਹੈ? ਹਾਂ, ਡੀ ਆਂਸਰ ਕਰ ਰਹੇ ਆ, ਖਾਣ ਕਰ ਰਹੇ ਆ ਬਹੁਤ ਸਾਰੇ। 38 ਦਾ ਆਂਸਰ ਦੇਖ ਲੈਂਦੇ ਕੀ ਰਹੇਗਾ ਤੁਹਾਡਾ, ਬਿਲਕੁਲ ਸੱਸਾ ਹੀ ਰਹੇਗਾ। ਠੀਕ ਹੈ, ਅਖਾਣ ਹੀ ਹੋਏਗਾ ਆਂਸਰ ਇਹ ਵਾਲਾ। ਅਖਾਣ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ, ਮੁਹਾਵਰਾ ਛੋਟਾ ਹੁੰਦਾ, ਵਾਕ ਉਦੋਂ ਵੀ ਛੋਟਾ ਹੁੰਦਾ। ਦੇਖੋ, ਇਸ ਦੇ ਵਿੱਚ ਪਹਿਚਾਣ ਦੀ ਇੱਕ ਥੋੜ੍ਹੀ ਜਿਹੀ ਵਿਧਾ ਇਹੀ ਹੈ ਕਿ ਜਿਹੜਾ ਵਾਕ ਹੈ ਤਾਂ ਸਿਰਫ ਇੱਕ ਸ਼ਬਦ ਦਾ ਹੁੰਦਾ, ਜੋ ਮੁਹਾਵਰਾ ਹੈ ਦੇਖਿਆ ਜਾਵੇ ਵੱਧ ਤੋਂ ਦੋ ਤਿੰਨ ਸ਼ਬਦਾਂ ਦਾ ਹੋ ਸਕਦਾ, ਪਰ ਜੋ ਬਜ਼ਾਰਤ ਹੈ, ਸੋਰੀ ਅਖਾਣ ਹੈ, ਅਖਾਣ ਕਾਫੀ ਲੰਬੀ ਹੋ ਸਕਦੀ ਹੈ, ਦੋ ਲਾਈਨਾਂ ਦੀ ਹੋ ਸਕਦੀ ਹੈ। ਠੀਕ ਹੈ, ਤਾਂ ਇਸਦੇ ਵਿੱਚ ਇਹੀ ਡਿਫਰੈਂਸ ਜ਼ਿਆਦਾ ਹੁੰਦਾ। ਬਾਕੀ ਆਪਾਂ ਨੂੰ ਇਸਦੀ ਰਿਵੀਜ਼ਨ ਜ਼ਰੂਰ ਕਰਾਂਗੇ, ਠੀਕ ਹੈ, ਅਖਾਣਾਂ ਦੀ, ਮੁਹਾਵਰਿਆਂ ਦੀ, ਠੀਕ ਹੈ, ਮੁਹਾਵਰਿਆਂ ਦੀ ਤਾਂ ਕਰਾਂਗੇ, ਖਾਣਾ ਅਤੇ ਮੁਹਾਵਰੇ, ਵਾਕ ਦੀ ਰਿਵੀਜ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਏਗੀ। ਚਲੋ, ਖਵਾਜੇ ਦਾ ਗਵਾਹ ਡੱਡੂ ਕੀ ਹੈ? ਆਂਸਰ, ਖਵਾਜੇ ਦਾ ਗਵਾਹ ਡੱਡੂ ਕੀ ਹੈ? ਅਖਾਣ ਹੈ, ਬੁਜ਼ਾਰਤ ਹੈ, ਲੋਕ ਗੀਤ ਹੈ, ਮੁਹਾਵਰਾ ਹੈ? 39 ਦਾ ਆਂਸਰ, ਚਲੋ ਆਂਸਰ ਠੀਕ ਹੈ। ਸ਼ੈਲੀ ਕਿਵੇਂ ਟੈਂਸ਼ਨ ਲੈ ਰਹੇ ਹੈਗੇ, ਕਹਿੰਦੇ ਸ਼ੈਲੀ ਦੀ ਗੱਲ ਸੁਣ ਲਓ। ਚਲੋ ਕੋਈ ਗੱਲ ਨਹੀਂ, ਆਂਸਰ ਕਰੋ ਕੀ ਰਹੇਗਾ? 48 ਦਾ ਆਂਸਰ, ਬਿਲਕੁਲ ਠੀਕ ਹੈ, ਆਂਸਰ ਤੁਹਾਡਾ ਇਸਦਾ ਬੀ ਹੀ ਰਹੇਗਾ, ਬਿਲਕੁਲ ਬੀ ਨਹੀਂ ਰਹੇਗਾ। ਹਾਂ, ਦੇਖ ਲੈਂਦੇ ਆਂਸਰ ਕੀ ਰਹੇਗਾ, ਖਵਾਜੇ ਦਾ ਗਵਾਹ ਡੱਡੂ, ਬਾਜ਼ਾਰ 'ਚ ਤਾਂ ਨਹੀਂ ਹੋਏਗੀ ਇਹ, ਅਖਾਣ ਵੀ ਨਹੀਂ, ਅਖਾਣ ਹੋਏਗੀ, ਠੀਕ ਹੈ, ਮੁਹਾਵਰਾ ਨਹੀਂ ਹੋਏਗਾ, ਲੋਕ ਗੀਤ ਨਹੀਂ ਹੋਏਗਾ, ਆਂਸਰ ਊੜਾ ਹੀ ਰਹੇਗਾ, ਬਿਲਕੁਲ ਰਾਈਟ। 39 ਦਾ ਆਂਸਰ ਬਿਲਕੁਲ ਰਹੇਗਾ ਊੜਾ, ਅਖਾਣ ਹੀ ਹੋਏਗੀ ਇਹ, ਠੀਕ ਹੈ, ਕਿਉਂਕਿ ਇੱਕ ਲਾਈਨ ਦੀ ਤਰ੍ਹਾਂ ਹੈ ਪੂਰੀ, ਖਵਾਜੇ ਦਾ ਗਵਾਹ ਡੱਡੂ।
ਆਂਸਰ ਕਰੋ ਨੈਕਸਟ, ਈਦ ਦਾ ਚੰਦ ਹੋਣਾ ਕੀ ਹੈ? 40 ਦਾ ਆਂਸਰ ਕੀ ਹੋਏਗਾ? ਬਜ਼ਾਰਤ ਹੈ, ਮੁਹਾਵਰਾ ਹੈ, ਅਖਾਣ ਹੈ, ਲੋਕ ਕਹਾਣੀ ਹੈ? 40 ਦਾ ਆਂਸਰ ਕਰੋ ਜਲਦੀ। ਹੁਣ ਤੁਹਾਨੂੰ ਇੱਥੇ ਥੋੜ੍ਹਾ ਜਿਹਾ ਪਤਾ ਲੱਗਿਆ, ਈਦ ਦਾ ਚੰਦ ਹੋਣਾ ਕੀ ਹੈ? 40 ਦਾ ਆਂਸਰ, ਜੋ ਬਜ਼ਾਰਤ ਅਤੇ ਅਖਾਣ ਹੁੰਦੀ ਹੈ ਨਾ, ਉਸਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ। ਬਜ਼ਾਰਤ ਅਤੇ ਅਖਾਣ ਇੱਕੋ ਹੀ ਚੀਜ਼ ਹੁੰਦੀ ਹੈ, ਥੋੜ੍ਹਾ ਮੋਟੀ ਉਹਨਾਂ ਵਿੱਚ ਡਿਫਰੈਂਸ ਹੁੰਦਾ ਜ਼ਿਆਦਾਤਰ। ਚਲੋ ਆਂਸਰ ਕਰੋ, ਈਦ ਦਾ ਚੰਦ ਹੋਣਾ ਕੀ ਹੈ? ਆਂਸਰ 40 ਦਾ ਕੀ ਰਹੋ? ਹਾਂ ਬਿਲਕੁਲ, ਆਂਸਰ ਬੀ ਬਿਲਕੁਲ ਰਾਈਟ ਰਹੇਗਾ, ਬੀ ਹਾਂ ਮੁਹਾਵਰਾ, ਮੁਹਾਵਰਾ ਰਾਈਟ ਆਂਸਰ ਹੋਏਗਾ ਤੁਹਾਡਾ। ਅੱਗੇ ਚਲੋ, ਹੇਠ ਲਿਖਿਆਂ ਵਿੱਚੋਂ ਮੁਹਾਵਰਾ ਕਿਹੜਾ ਹੈ? ਉੱਲੂ ਬੋਲਣੇ, ਸਵਾਂਗ, ਝੁੰਮਰ, ਗੌਂ ਪਨਾਵੇ ਜਿਉਂ। ਆਂਸਰ, ਗੌਂ ਪਨਾਵੇ ਜਿਉਂ, ਆਂਸਰ ਕਰੋ ਕੀ ਰਹੇਗਾ? ਹਾਂ ਆਂਸਰ 41 ਦਾ ਕੀ ਰਹੇਗਾ? ਇਕਤਾਲੀ ਦਾ ਆਂਸਰ ਕੀ ਹੋਏਗਾ? ਬਿਲਕੁਲ ਰਾਈਟ ਆਂਸਰ ਤੁਸੀਂ ਕਰ ਰਹੇ ਹੋ, ਠੀਕ ਹੈ ਜੀ। ਹਾਂ ਆਂਸਰ ਊੜਾ, ਬਿਲਕੁਲ ਠੀਕ ਹੈ, ਉੱਲੂ ਬੋਲਣਾ ਮੁਹਾਵਰਾ, ਠੀਕ ਹੈ, ਮੁਹਾਵਰਾ ਇਹਨਾਂ ਵਿੱਚ ਉੱਲੂ ਬੋਲਣਾ ਹੈ, ਕਿਉਂਕਿ ਮੁਹਾਵਰਾ ਦੋ ਸ਼ਬਦਾਂ ਤੁਹਾਨੂੰ ਦੱਸਿਆ ਹੋ ਸਕਦਾ, ਤਿੰਨ ਦਾ ਹੋ ਸਕਦਾ। ਚਲੋ ਲਗਭਗ ਅੱਗੇ ਕਰੋ, ਨੈਕਸਟ ਕੁਐਸਚਨ 'ਤੇ ਆ ਜਾਓ। ਨੈਕਸਟ ਕੁਐਸਚਨ ਹੈ, ਮੁਹਾਵਰਾ ਕੀ ਹੈ? ਕਿਸੇ ਡੂੰਘੀ ਚੀਜ਼ ਦਾ ਅਰਥ ਹੈ, ਸਮਾਜਿਕ ਸਮਾਜਿਕ ਹਾਲਾਤ ਹੈ, ਹਾਲਤ ਹੈ, ਮਨੁੱਖ ਦੇ ਹਰ ਪਹਿਲੂ 'ਤੇ ਵਿਚਾਰ ਹੈ, ਕਿਸੇ ਵੀ ਲੋਕ ਸੱਚਾਈ ਨੂੰ ਪੇਸ਼ ਕਰਦਾ ਹੈ। ਆਂਸਰ ਕਰੋ ਕੀ ਰਹੇਗਾ? ਮੁਹਾਵਰਾ ਕੀ ਹੈ? 42 ਦਾ ਆਂਸਰ, ਬਿਆਲੀ ਦਾ ਆਂਸਰ ਕਰੋ ਕੀ ਰਹੇਗਾ? ਬਿਲਕੁਲ ਜੀ, ਹਾਂ ਮੁਹਾਵਰਾ ਕੀ ਹੈ? ਆਂਸਰ ਰਹੇਗਾ ਬਿਲਕੁਲ ਤੁਹਾਡਾ ਈੜੀ, ਈੜੀ ਆਂਸਰ ਰਹੇਗਾ ਇਸਦਾ। ਮੇਰੇ ਮੁਤਾਬਕ ਆਂਸਰ ਇਸਦਾ ਸੀ ਰਹੇਗਾ। ਹਾਂ ਕੁਲਵਿੰਦਰ ਕੌਰ ਕਹਿੰਦੇ ਸਰ ਲਾਈਟ ਭੱਜ ਗਈ। ਦੇਖੋ ਹੁਣ ਜਿੰਨੇ ਮਰਜ਼ੀ ਬਹਾਨੇ ਲਾਓ, ਕਲਾਸ ਛੱਡਣੀ ਹੈਗੀ ਹੈ ਜਿਨ੍ਹਾਂ ਨੇ, ਹੁਣ ਐਕਸਕਿਊਜ਼ ਤਾਂ ਹੁਣ ਕਰਨਗੇ, ਚਲੋ ਕੋਈ ਗੱਲ ਨਹੀਂ। ਆਂਸਰ ਹੈਗਾ ਈੜੀ, ਕਿਉਂਕਿ ਲਾਈਟ ਨਾਲ ਕਲਾਸ ਦਾ ਕੋਈ ਸੰਬੰਧ ਨਹੀਂ, ਕਲਾਸ ਦਾ ਸੰਬੰਧ ਮੋਬਾਈਲ ਨਾਲ ਹੈ, ਠੀਕ ਹੈ। ਚਲੋ ਡਾਕਟਰ ਬੰਜਾਰਾ ਬੇਦੀ ਦੀ ਰਚਨਾ ਕਿਹੜੀ ਹੈ? ਆਂਸਰ ਕਰੋ ਨੈਕਸਟ 43 ਦਾ। ਆਂਸਰ ਕਰੋ ਜੀ, ਡਾਕਟਰ ਬੰਜਾਰਾ ਬੇਦੀ ਦੀ ਰਚਨਾ ਕਿਹੜੀ ਹੈ? ਬਾਤਾਂ ਮੁੱਢ ਕਦੀਮ ਦੀਆਂ, ਪੰਜਾਬ ਮੇਰਾ ਪਿੰਡ, ਪੰਜਾਬੀ ਲੋਕ ਗੀਤ। 43 ਦਾ ਆਂਸਰ ਕਰੋ ਕੀ ਰਹੇਗਾ? ਤਰਤਾਲੀ ਦਾ ਆਂਸਰ, ਡਾਕਟਰ ਬੰਜਾਰਾ ਬੇਦੀ ਦੀ ਰਚਨਾ। ਡਾਕਟਰ ਬੰਜਾਰਾ ਬੇਦੀ ਦੀ ਰਚਨਾ ਕਿਹੜੀ ਹੈ? ਆਂਸਰ, ਚਲੋ ਮੋਬਾਈਲ ਵੀ ਜਿਹੜਾ ਲੌਕ ਹੋ ਜਾਂਦਾ, ਠੀਕ ਹੈ ਕੋਈ ਗੱਲ ਨਹੀਂ। ਆਂਸਰ ਕਰੋ, ਡਾਕਟਰ ਬੰਜਾਰਾ ਬੇਦੀ ਦੀ ਰਚਨਾ ਕਿਹੜੀ ਹੈ? ਆਂਸਰ,
ਬਿਲਕੁਲ ਦੇਖ ਲੈਂਦੇ ਆਂਸਰ ਤੁਹਾਡਾ ਉੜਾ ਰਹੇਗਾ ਬਾਤਾਂ ਮੁੱਢ ਕਦੀਮ ਦੀਆਂ, ਬਾਤਾਂ ਮੁੱਢ ਕਦੀਮ ਦੀਆਂ ਆਂਸਰ ਰਹੇਗਾ। ਅੱਗੇ ਆ ਜਾਓ, ਇਹਨਾਂ ਵਿੱਚੋਂ ਲੋਕ ਖੇਡ ਕਿਹੜੀ ਹੈ? ਮਿਲਣੀ ਹੈ, ਸਵਾਂਗ ਹੈ, ਨਕਲਾਂ ਜਾਂ ਡੰਡਾ ਟੁੱਕ, ਡੰਡਾ ਡੁੱਕ, ਟੁੱਕ ਨਹੀਂ ਡੁੱਕ। 44 ਦਾ ਆਂਸਰ, ਇਹਨਾਂ ਵਿੱਚੋਂ ਲੋਕ ਖੇਡ ਕਿਹੜੀ ਹੈ? ਆਂਸਰ ਕਰੋ 44 ਦਾ, 44। ਹਾਂਜੀ 44 ਦਾ ਆਂਸਰ। ਔਰ ਦੇਖੋ ਇੱਕ ਚੀਜ਼ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਡਿਸਲਾਈਕ 2 ਸੀ ਆਪਣੇ ਕੋਲ, ਹੁਣ ਡਿਸਲਾਈਕ 1 ਹੋ ਚੁੱਕਿਆ। ਇਸ ਲਈ ਕੀ ਵਜ੍ਹਾ ਹੋ ਸਕਦੀ ਹੈ? ਜਾਂ ਤਾਂ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਲਾਈਕ ਅਤੇ ਡਿਸਲਾਈਕ ਕਿਹੜਾ ਬਟਨ ਹੈ ਨਾ, ਭੁਲੇਖੇ ਨਾਲ ਕਈ ਵਾਰੀ ਆਲਾ ਡਿਸਲਾਈਕ ਹੀ ਕਰ ਦਿੰਦਾ ਵੀਡੀਓ ਨੂੰ। ਚਲੋ ਠੀਕ ਹੈ, ਬਾਅਦ ਦੇ ਵਿੱਚ ਪਤਾ ਲੱਗਦਾ ਕਿ ਲਾਈਕ ਦਾ ਬਟਨ ਇਹ ਸੀ। ਠੀਕ ਆ, ਕੋਈ ਗੱਲ ਨਹੀਂ, ਬਹੁਤ ਨਾਈਸ। 105 ਲਾਈਵ ਹੈਗੇ ਆ ਲਗਭਗ, ਆਪਾਂ 105 ਲਾਈਕ ਹੋ ਚੁੱਕੇ ਹਾਂ, ਗੁੱਡ। ਇਹਨਾਂ ਵਿੱਚੋਂ ਲੋਕ ਖੇਡ ਕਿਹੜੀ ਹੈ? ਆਂਸਰ ਹੈਗਾ ਤੁਹਾਡੇ ਮੁਤਾਬਕ ਬਿਲਕੁਲ ਸੱਸਾ ਆਂਸਰ, ਠੀਕ ਹੈ, ਡੰਡਾ ਟੁੱਕ, ਡੰਡਾ ਟੁੱਕ ਆਂਸਰ ਬਿਲਕੁਲ ਰਹੇਗਾ, ਸੱਸਾ, ਡੰਡਾ ਡੁੱਕ। ਠੀਕ ਹੈ, ਅਗਲੀ ਤਾਂ ਰਾਜਾ ਰਸਾਲੂ ਕਿਹੜੀ ਕਥਾ ਹੈ? ਦੰਤ ਕਥਾ ਹੈ, ਪਰੀ ਕਥਾ ਹੈ, ਪ੍ਰੇਤ ਕਥਾ ਹੈ, ਜਨੌਰ ਕਥਾ ਹੈ? 45 ਦਾ ਆਂਸਰ, ਆਂਸਰ ਕਰੋ 45 ਦਾ ਕੀ ਰਹੇਗਾ? ਰਾਜਾ ਰਸਾਲੂ ਕਿਹੜੀ ਕਥਾ ਹੈ? ਦੰਤ ਕਥਾ ਹੈ, ਪਰੀ ਕਥਾ ਹੈ, ਪ੍ਰੇਤ ਕਥਾ ਹੈ, ਜਨੌਰ ਕਥਾ ਹੈ? ਔਰ ਅੱਜ ਆਪਾਂ ਸਾਰਾ ਜਿਵੇਂ ਕਹਿੰਦੇ ਨਾ ਭਾਂਗਾ ਟੋਟਾ ਕੱਢ ਦਾਂਗੇ। ਜਿੰਨੀਆਂ ਤੁਹਾਡੀਆਂ ਕਲਾਸਾਂ ਮਿਸ ਹੋਈਆਂ ਜਾਂ ਕਈ ਵਾਰੀ ਕਲਾਸ ਨਹੀਂ ਲੱਗੀ ਤਾਂ ਸਭ ਅੱਜ ਜਿਵੇਂ ਕਹਿੰਦੇ ਦੇ ਹਿਸਾਬ ਕਿਤਾਬ ਜਿਹੜਾ ਹੋ ਜਾਏਗਾ। ਰਾਜਾ ਰਸਾਲੂ ਕਿਹੜੀ ਕਥਾ ਹੈ? ਆਂਸਰ ਕਰੋ, ਦੰਤ ਕਥਾ ਹੈ, ਪਰੀ ਕਥਾ ਹੈ, ਪ੍ਰੇਤ ਕਥਾ ਹੈ, ਜਨੌਰ ਕਥਾ ਹੈ? ਆਂਸਰ, ਆਂਸਰ ਕਰੋ ਕੀ ਰਹੇਗਾ? 45 ਦਾ ਬਿਲਕੁਲ ਸਹੀ ਆਂਸਰ ਤੁਹਾਡੇ ਮੁਤਾਬਕ ਹੋਣਾ ਚਾਹੀਦਾ ਹੈ, ਦੰਤ ਕਥਾ, ਬਿਲਕੁਲ ਸਹੀ ਹੈ। ਦੰਦ ਕਥਾ ਵੀ ਹੁੰਦੀ ਹੈ, ਇਹ ਕਈ ਵਾਰੀ ਇਹ ਚੀਜ਼ ਨੂੰ ਕਹੋ, ਕਈ ਵਾਰੀ ਦੰਦ ਲਿਖਿਆ ਪਿਆ ਹੁੰਦਾ ਨਾ, ਦੰਦ, ਕਈ ਵਾਰੀ ਦੰਤ, ਇਹਦੇ ਵਿੱਚ ਕੋਈ ਫਰਕ ਨਹੀਂ, ਇੱਕੋ ਹੀ ਹੈ, ਹੈ ਨਾ, ਇਹ ਲਿਖਣ ਦੇ ਵਿੱਚ ਫਰਕ ਪੈ ਜਾਂਦਾ ਬੁੱਕਸ ਦੇ ਵਿੱਚ। ਆਂਸਰ ਹੈਗਾ ਊੜਾ, ਠੀਕ ਹੈ, ਦੰਤ ਕਥਾ। ਅੱਗੇ ਪੂਰਨ ਭਗਤ ਕਿਹੜੀ ਕਥਾ ਹੈ? ਜਨੌਰ ਹੈ, ਪ੍ਰੇਤ ਹੈ? ਕੀ ਪੂਰਨ ਭਗਤ ਪ੍ਰੇਤ ਸੀ ਜਾਂ ਦੰਤ ਕਥਾ ਸੀ ਜਾਂ ਪਰੀ ਕਥਾ ਸੀ? ਪੂਰਨ ਭਗਤ ਨਾ ਤਾਂ ਪ੍ਰੇਤ ਸੀ, ਨਾ ਹੀ ਪਰੀ ਸੀ, ਨਾ ਹੀ ਵਿਚਾਰਾ ਜਨੌਰ ਸੀ। ਹੁਣ ਤੁਹਾਨੂੰ ਪਤਾ ਹੀ ਆਂਸਰ ਕੀ ਰਹੇਗਾ, 46 ਦਾ ਆਂਸਰ 1 ਹੀ ਬਚਿਆ ਤੁਹਾਡੇ ਕੋਲ, 46 ਦਾ ਆਂਸਰ 1 ਹੀ ਬਚਿਆ, ਦੰਤ ਕਥਾ, ਬਿਲਕੁਲ ਸਹੀ ਹੈ। ਅੱਗੇ ਆ ਜਾਓ, ਲੋਕ ਸੰਗੀਤ, ਲੋਕ ਨਾਟ, ਲੋਕ ਨਾਚ, ਲੋਕ ਚਿੱਤਰ, ਮੂਰਤੀਆਂ ਆਦਿ ਕਿਸ ਦੇ ਭਾਗ ਹਨ? ਅਨੁਸ਼ਠਾਟ, ਲੋਕ ਹੁਨਰ, ਲੋਕ ਵਿਸ਼ਵਾਸ, ਰੀਤੀ ਰਿਵਾਜ਼? ਕਰੋ ਆਂਸਰ, ਆਂਸਰ 47 ਦਾ ਜੀ। ਸੰਤਾਲੀ ਦਾ ਆਂਸਰ ਤੁਸੀਂ ਕਰ ਰਹੇ ਹੋ ਲਗਭਗ, ਵੈਰੀ ਗੁੱਡ, ਠੀਕ ਹੈ ਸਾਰੇ, ਠੀਕ ਹੈ ਜੀ। 47 ਦਾ ਆਂਸਰ ਲਗਭਗ ਹੋ ਚੁੱਕਿਆ ਆਪਣਾ,
ਆੜਾ ਲੋਕ ਹੁਨਰ, ਲੋਕ ਹੁਨਰ ਰਾਈਟ ਆਂਸਰ ਹੈਗਾ। ਅੱਗੇ ਆ ਜਾਓ, ਦੁੱਧ ਰਿੜ ਕੇ ਝਾਂਜਰਾਂ ਵਾਲੀ ਕੈਂਠੇ ਵਾਲਾ ਧਾਰ ਕੱਢਦਾ, ਇਹ ਕੀ ਹੈ? ਗੀਤ ਹੈ, ਆਪਾਂ ਨੂੰ ਵੀ ਪਤਾ ਹੈ। ਚਲੋ, ਦੁੱਧ ਰਿੜ ਕੇ ਝਾਂਜਰਾਂ ਵਾਲੀ ਕੈਂਠੇ ਵਾਲਾ ਧਾਰ ਕੱਢਦਾ, ਇਹ ਕੀ ਹੈ? ਮਾਹੀਆ ਹੈ, ਸੁਹਾਗ ਹੈ, ਸੱਦ ਹੈ, ਟੱਪਾ ਹੈ? 48 ਦਾ ਆਂਸਰ ਕਰੋ ਜੀ। 48 ਦਾ ਆਂਸਰ ਕੀ ਰਹੇਗਾ? 48 ਨੰਬਰ ਕੁਐਸਚਨ ਜੋ ਹੈ, ਇਸਦਾ ਆਂਸਰ ਕੀ ਹੋਏਗਾ? ਆਂਸਰ ਕਰੋ ਜਲਦੀ। 48 ਨੰਬਰ ਕੁਐਸਚਨ ਦਾ ਆਂਸਰ ਕੀ ਰਹੇਗਾ? ਦੁੱਧ ਰਿੜਕੇ ਚਾਂਜਰਾਂ ਵਾਲੀ ਕੈਂਠੇ ਵਾਲਾ ਤਰ ਕਰਦਾ, ਇਹ ਕੀ ਹੈ? ਮਾਹੀਆ ਹੈ, ਸੁਹਾਗ ਹੈ, ਸੱਦ ਹੈ, ਟੱਪਾ ਹੈ? ਆਂਸਰ 48 ਦਾ। ਹਾਂਜੀ, 48 ਦਾ ਆਂਸਰ ਤੁਸੀਂ ਕਰ ਰਹੇ ਹੋ, ਲਗਭਗ ਦੇਖ ਲੈਂਦੇ ਤੁਹਾਡਾ ਆਂਸਰ ਬਿਲਕੁਲ ਠੀਕ ਹੈ। ਓਕੇ, ਸੱਸਾ ਆਂਸਰ ਹੈਗਾ ਇਸਦਾ ਟੱਪਾ। ਇੱਕ ਮਿੰਟ, ਅੜਤਾਲੀ ਦਾ ਆਂਸਰ ਤੁਸੀਂ ਕਰ ਦਿੱਤਾ ਹੈ, ਪਰ ਰਾਈਟ ਆਂਸਰ ਕੀ ਹੋਏਗਾ ਜੀ? ਵੇਟ ਕਰੋ ਥੋੜ੍ਹਾ ਜਿਹਾ। ਚਲੋ, ਆਂਸਰ ਤੁਹਾਡੇ ਮੁਤਾਬਕ ਜੋ ਹੈ ਠੀਕ ਮੰਨ ਲਿਆ ਜਾਏਗਾ ਲਗਭਗ। ਮੇਰੇ ਮੁਤਾਬਕ ਇਸਦਾ ਆਂਸਰ ਹੈਗਾ 48 ਦਾ ਜੋ ਹੈਗਾ, ਸੱਸਾ ਟੱਪਾ। ਠੀਕ ਹੈ, ਟੱਪਾ ਹੀ ਆਂਸਰ ਹੈਗਾ, ਬਿਲਕੁਲ ਸੱਸਾ ਟੱਪਾ। 4 ਨੰਬਰ ਆਂਸਰ ਹੈਗਾ ਜੀ ਡੀ, ਠੀਕ ਹੈ, ਟੱਪਾ ਬਿਲਕੁਲ। ਅੱਗੇ ਆ ਜਾਓ, ਲੋਕ ਸਾਹਿਤ ਦੀ ਉਪਜ ਕਿੱਥੇ ਹੁੰਦੀ ਹੈ? ਆਂਸਰ ਕਰੋ, ਲੋਕ ਸਾਹਿਤ ਦੀ ਉਪਜ ਕਿੱਥੇ ਹੁੰਦੀ ਹੈ? ਲੋਕ ਸਾਹਿਤ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਲੋਕ ਮਨਾਂ ਵਿੱਚ ਜਾਂ ਪੁਸਤਕਾਂ ਵਿੱਚ? ਲੋਕ ਸਾਹਿਤ ਦੀ ਉਪਜ ਕਿੱਥੇ ਹੁੰਦੀ ਹੈ? ਆਂਸਰ ਕੀ ਰਹੇਗਾ? ਅੱਜ ਤੱਕ ਦੀ ਮੈਂ ਜੇਕਰ ਦੇਖਿਆ ਜਾਵੇ ਯੂਟਿਊਬ ਚੈਨਲ 'ਤੇ ਆਪਣੀ ਸਭ ਤੋਂ ਜਿਹੜੀ ਇੱਕ ਲੰਬੀ ਵੀਡੀਓ ਜਿਹੜੀ ਕਹਿ ਸਕਦੇ ਹਾਂ, ਸਭ ਤੋਂ ਵੱਧ ਜਿਹੜੀ ਲੌਂਗ ਵੀਡੀਓ ਜਿਹੜੀ ਅੱਜ ਆਪਾਂ ਅਪਡੇਟ ਕਰਨ ਜਾ ਰਹੇ ਹਾਂ, ਅੱਜ ਜਿਹੜਾ ਆਪਾਂ ਚੈਨਲ 'ਤੇ ਰਿਕਾਰਡ ਜਿਹੜਾ ਆਪਣਾ ਬਣਨ ਜਾ ਰਿਹਾ, ਔਰ ਇਸ ਤੋਂ ਪਹਿਲਾਂ ਚੈਨਲ 'ਤੇ ਕੋਈ ਵੀ ਅੱਜ ਤੱਕ ਆਪਾਂ ਇੰਨੀ ਲੰਬੀ ਵੀਡੀਓ ਔਰ ਇੰਨੇ ਟਾਈਮ ਦੀ ਵੀਡੀਓ ਅਪਡੇਟ ਨਹੀਂ ਕੀਤੀ ਜੋ ਕਿ ਆਪਾਂ ਅੱਜ ਕਰਨ ਜਾ ਰਹੇ ਹਾਂ। ਲਗਭਗ ਆਪਣੇ ਕੋਲ 1 ਘੰਟਾ 10 ਮਿੰਟ ਹੋ ਚੁੱਕਿਆ ਲੈਕਚਰ ਨੂੰ ਚੱਲਦੇ ਹਾਂ। ਆਂਸਰ ਕਰੋ ਕੀ ਰਹੇਗਾ, ਲੋਕ ਸਾਹਿਤ ਦੀ ਉਪਜ ਕਿੱਥੇ ਹੁੰਦੀ ਹੈ? ਹਾਂ, ਨੰਜਾ ਦਾ ਆਂਸਰ ਤੁਸੀਂ ਕਰ ਰਹੇ ਹੋ, ਲੋਕ ਮਨਾਂ ਵਿੱਚ, ਬਿਲਕੁਲ ਸਹੀ ਹੈ ਆਂਸਰ, ਈੜੀ। ਨੰਜਾ ਦਾ ਆਂਸਰ ਈੜੀ, ਬਿਲਕੁਲ ਸਹੀ ਰਹੇਗਾ ਜੀ ਆਂਸਰ ਈੜੀ। ਅੱਗੇ ਕਰੋ, ਪੰਜਾਬ ਦਾ ਲੋਕ ਸਾਹਿਤ ਕਿਸ ਦੀ ਰਚਨਾ ਹੈ? ਲੋਕ ਸਾਹਿਤ ਕਿਸ ਦੀ ਰਚਨਾ ਹੈ? ਇੱਕ ਵਿਅਕਤੀ ਦੀ ਹੈ, ਦੋ ਵਿਅਕਤੀਆਂ ਦੀ ਹੈ, ਕਿਸੇ ਸਾਹਿਤਕਾਰ ਦੀ ਹੈ, ਜਾਂ ਵਿਸ਼ੇਸ਼ ਸੱਭਿਆਚਾਰ ਸਮੂਹ ਦੀ ਹੈ? ਆਂਸਰ ਪੰਜਾਬ ਦਾ ਆਂਸਰ ਕਰੋ, ਲੋਕ ਸਾਹਿਤ ਕਿਸ ਦੀ ਰਚਨਾ ਹੈ? ਆਂਸਰ ਇਹ ਤੋਂ ਬਾਅਦ ਸੱਭਿਆਚਾਰ ਦਾ ਟੋਪਿਕ ਆਊਗਾ ਆਪਣਾ, ਠੀਕ ਆ, ਅਗਲੇ 2-3 ਲੈਕਚਰਾਂ ਬਾਅਦ। ਹਾਂ, ਆਂਸਰ ਕਰੋ, ਠੀਕ ਆ ਜੀ। ਵਰਿੰਦਰਪਾਲ ਕਹਿੰਦੇ ਅੱਜ ਐਂ ਲੱਗਦਾ ਜਿਵੇਂ ਮਾਸਟਰਗੇਟ ਹੋ ਰਿਹਾ ਹੋਵੇ। ਚਲੋ ਕੋਈ ਗੱਲ ਨਹੀਂ, ਆਂਸਰ ਕਰੋ, ਲੋਕ ਸਾਹਿਤ ਕਿਸ ਦੀ ਰਚਨਾ ਹੈ? ਆਂਸਰ
50 ਦਾ ਆਂਸਰ ਬਿਲਕੁਲ ਕੀ ਰਹੇਗਾ? ਸੱਤ ਆਂਸਰ ਰਹੇਗਾ ਵਿਸ਼ੇਸ਼ ਸੱਭਿਆਚਾਰ ਸਮੂਹ ਦੀ ਰਚਨਾ ਹੈ ਲੋਕ ਸਾਹਿਤ, ਆਂਸਰ ਸੱਸਾ। ਬਿਲਕੁਲ ਅੱਗੇ ਆ ਜਾਓ। ਲੋਕ ਸਾਹਿਤ ਵਿੱਚ ਸ਼ਾਮਿਲ ਹੈ ਲੋਕ ਪ੍ਰਵਾਨਗੀ, ਲੋਕ ਮਨ ਦੀ ਉਪਜ, ਸ਼ਾਸਤਰੀ ਨਿਯਮਾਂ ਤੋਂ ਮੁਕਤ, ਸਮੂਹਿਕ ਸੰਮਤੀ ਦੇ ਹੋਰ ਸਾਰੇ। ਆਂਸਰ ਕਰੋ ਕੀ ਰਹੇਗਾ, ਆਂਸਰ ਕੀ ਰਹੇਗਾ ਜੀ? ਬਿਲਕੁਲ ਕਰੋ ਆਂਸਰ, ਰਾਈਟ ਕੀ ਹੋਏਗਾ? 51 ਦਾ ਆਂਸਰ ਲੋਕ ਸਾਹਿਤ ਵਿੱਚ ਸ਼ਾਮਿਲ ਹੈ। ਹਾਂ ਬਿਲਕੁਲ ਸਾਰੇ ਆਂਸਰ ਹੋਏਗਾ ਡੀ, ਆਂਸਰ ਡੀ ਰਹੇਗਾ ਜੀ। ਅੱਗੇ ਦਵਿੰਦਰ ਸਤਿਆਰਥੀ ਲੋਕ ਸਾਹਿਤ ਨੂੰ ਕੀ ਮੰਨਦਾ ਹੈ? ਹਮੇਸ਼ਾ ਜਿਉਂਦਾ ਰਹਿਣ ਵਾਲਾ, ਕਦੇ ਪਰਿਵਰਤਨ ਨਾ ਹੋਣ ਵਾਲਾ, ਇੱਕ ਕਰਤਾ ਹੁੰਦਾ ਹੈ, ਸਾਰੇ ਪ੍ਰਵਾਨ ਨਹੀਂ ਕਰਦੇ। 52 ਦਾ ਆਂਸਰ, 52 ਦਾ ਆਂਸਰ ਕਰੋ ਜਲਦੀ। ਬਵੰਜਾ ਨੰਬਰ ਕੁਐਸਚਨ ਦਾ ਆਂਸਰ ਕੀ ਹੋਏਗਾ ਜੀ ਜਲਦੀ? ਹਾਂ ਆਂਸਰ ਕੀ ਰਹੇਗਾ? ਬਿਲਕੁਲ ਠੀਕ ਹੈ, ਤੁਹਾਡੇ ਮੁਤਾਬਕ ਆਂਸਰ ਹੈ 52 ਦਾ ਆਂਸਰ। ਓਕੇ ਆਂਸਰ ਹੈਗਾ ਊੜਾ, ਹਮੇਸ਼ਾ ਜਿਉਂਦਾ ਰਹਿਣ ਵਾਲਾ ਮੰਨਦਾ ਹੈ ਕਿਸ ਨੂੰ, ਲੋਕ ਸਾਹਿਤ ਨੂੰ? ਕੌਣ? ਦਵਿੰਦਰ ਸਤਿਆਰਥੀ, ਆਂਸਰ ਏ। ਠੀਕ ਹੈ ਜੀ, ਕਹਿੰਦੇ ਬਹੁਤ ਸਾਰਿਆਂ ਨੂੰ ਨੀਂਦ ਆ ਰਹੀ ਹੋਏਗੀ ਅੱਜ, ਹੈ ਨਾ, ਹੋ ਸਕਦਾ ਹੈ, ਆਪਾਂ ਕਿਹੜਾ ਦੇਖ ਰਹੇ ਹਾਂ। ਚਲੋ ਆਂਸਰ ਕਰੋ ਹੇਠ ਲਿਖਿਆ ਵਿੱਚੋਂ, ਸੋਰੀ ਇਹ ਵਾਲਾ। ਲੋਕ ਸਾਹਿਤ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹੈ ਆਂਸਰ, ਕਦੇ ਗੁਆਚਦਾ ਨਹੀਂ, ਲਗਾਤਾਰ ਪ੍ਰਭਾਵ ਹੁੰਦਾ ਹੈ, ਕਈ ਰੂਪਾਂ ਵਿੱਚ ਮਿਲਦਾ ਹੈ, ਰਚਨਾਕਾਰ ਅਗਿਆਤ ਹੁੰਦੇ ਹੈ ਜਾਂ ਉਪਰੋਕਤ ਸਾਰੇ। 53 ਦਾ ਆਂਸਰ ਕੀ ਰਹੇਗਾ? ਤਰਵੰਜਾ ਦਾ ਆਂਸਰ ਕਰੋ। ਹਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਵਿਕਸ ਦੀ ਪੇਡ ਕਲਾਸ ਜਿਹੜੀ ਆਪਣੀ 15 ਜੂਨ ਨੂੰ ਸਟਾਰਟ ਹੋਣ ਜਾ ਰਹੀ ਹੈ, 15 ਜੂਨ ਤੋਂ ਸਵਿਕਸ ਦੀ ਪੇਡ ਕਲਾਸ ਸਟਾਰਟ ਹੋਏਗੀ, ਜਿਹਦੇ 'ਚ ਤੁਹਾਨੂੰ ਪੂਰਾ ਲੈਕਚਰ, ਥਿਉਰੀ ਲੈਕਚਰ ਮਿਲਿਆ ਕਰੇਗਾ। ਠੀਕ ਹੈ, ਲਾਈਵ ਕਲਾਸ ਹੀ ਹੋਇਆ ਕਰੇਗੀ ਇਸੇ ਤਰ੍ਹਾਂ। ਔਰ 600 ਰੁਪਏ ਦੇ ਵਿੱਚ ਜਿਹੜਾ ਤੁਸੀਂ 8 ਜੂਨ ਤੱਕ ਜੁਆਇਨ ਕਰ ਸਕਦੀ, ਪਰ 600 ਵਾਲਾ ਔਫਰ ਜਿਹੜਾ ਹੁਣ ਚਲਾ ਗਿਆ, ਹੁਣ ਜਿਹੜਾ ਤੁਸੀਂ ਕਲਾਸ ਜੁਆਇਨ ਕਰਨ ਲਈ ਫੀਸ ਰਹੇਗੀ 800 ਓਨਲੀ, ਕੋਈ 10,000 ਨਹੀਂ, 20,000 ਨਹੀਂ, 15,000 ਨਹੀਂ, ਓਨਲੀ 800 ਰੁਪਏ ਦੇ ਵਿੱਚ ਜਿਹੜਾ ਤੁਸੀਂ ਕਲਾਸ ਜੁਆਇਨ ਕਰ ਸਕਦੇ ਹੋ। ਸਿਵਿਕਸ ਦੀ ਪੂਰੀ ਮਾਸਟਰ ਗੇਟ ਦੀ ਤਿਆਰੀ ਜਿਹੜੀ ਕਰਾਈ ਜਾਊਗੀ। ਨੰਬਰ ਹੈਗਾ ਆਪਣਾ 9876371755। ਹਾਂ ਹੁਣ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ, ਹੁਣ ਬਹੁਤ ਸਾਰੇ ਇਹ ਸੋਚਣ ਲੱਗ ਗਏ ਹੁਣੇ ਵੀ ਸਰ ਐਡ ਕਰ ਰਹੇ ਹੈ ਵੀ ਚਲੋ ਹੁਣ ਕਲਾਸ ਖਤਮ ਹੋ ਗਈ, ਹੈ ਨਾ, ਹਾਲੇ ਕਲਾਸ ਖਤਮ ਨਹੀਂ ਹੁੰਦੀ, ਬੈਠੇ ਰਹੋ, ਕੋਈ ਗੱਲ ਨਹੀਂ। ਆਂਸਰ ਲਓ ਕੀ ਹੈਗਾ ਇਸਦਾ, ਆਂਸਰ ਹੋ ਗਿਆ ਈੜੀ, ਬਿਲਕੁਲ ਉਪਰੋਕਤ ਸਾਰੇ। 53 ਦਾ ਆਂਸਰ ਹੈਗਾ ਬਿਲਕੁਲ, ਹਾਂ ਆਂਸਰ ਹੈਗਾ ਸਿਲਕ ਈ। ਠੀਕ ਆ, ਈ ਮੰਨ ਲਓ ਇੰਗਲਿਸ਼ ਵਾਲੀ, ਹਾਂ ਆਂਸਰ ਉਪਰੋਕਤ ਸਾਰੇ। ਅੱਗੇ ਆ ਜਾਓ, ਲੋਕ ਗੀਤ ਦੇ ਲੱਛਣ ਵਿੱਚ ਸ਼ਾਮਿਲ ਹੈ ਆਂਸਰ, ਲੋਕ ਗੀਤ ਦੇ ਲੱਛਣ ਵਿੱਚ ਸ਼ਾਮਿਲ ਹੈ ਆਂਸਰ ਕਰੋ ਕੀ ਰਹੇਗਾ ਜੀ? ਮੌਖਿਕ ਰੂਪ, ਲੋਕ ਬੋਲੀ, ਸੰਗੀਤ ਰਚਨਾ, ਲੋਕ ਮਾਨਸ ਅਭਿਵਿਅਕਤੀ, ਲੋਕ ਸਮੂਹ ਦੀ ਰਚਨਾ ਅਤੇ ਹੋਰ। 54 ਦਾ ਆਂਸਰ ਕੀ ਹੋਏਗਾ? ਹਾਂ 54 ਦਾ ਆਂਸਰ ਕਰ ਰਹੇ ਹੋ ਤੁਸੀਂ ਈ।
ਰਾਜਦੀਪ ਕੌਰ ਸੰਧੂ ਕਹਿੰਦੇ ਕਰ ਦਿਓ ਜੀ ਖਤਮ। ਚਲੋ ਆਂਸਰ 54 ਦਾ ਆਂਸਰ ਕੀ ਰਹੇਗਾ? ਬਿਲਕੁਲ ਹਾਂ। ਬਰਿੰਦਰਪਾਲ ਕਹਿੰਦੇ ਵੀਡੀਓ ਰੁਕ ਰਹੀ ਹੈ। ਨਹੀਂ ਜੀ, ਵੀਡੀਓ ਚੱਲ ਰਹੀ ਹੈ ਮੇਰੇ ਵੱਲ ਤਾਂ, ਥੋੜ੍ਹਾ ਮੋਟਾ ਪ੍ਰੋਬਲਮ ਲਵਾ ਸਕਦੀ ਹੈ, ਕੋਈ ਗੱਲ ਨਹੀਂ। ਚਲੋ ਆਂਸਰ ਇਸਦਾ ਕੀ ਰਹੇਗਾ? ਈਡੀ ਰਹੇਗਾ। ਹਾਂ ਅੱਗੇ ਆ ਜਾਓ। ਲੋਕ ਸਾਹਿਤ ਦਾ ਸਿਰਜਕ ਹੁੰਦਾ ਹੈ। ਚਲੋ 60 ਕੁਐਸਚਨ ਕਰ ਲੈਂਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਕਲਾਸ ਆਪਾਂ ਸਮਾਪਤ ਕਰਾਂਗੇ, 60 ਤੱਕ ਕਰਾਂਗੇ ਬਸ। ਹੁਣ ਥੋੜ੍ਹਾ ਜਿਹਾ ਦਿਲ ਨੂੰ ਥਾਮ ਲਓ, ਬਹੁਤ ਸਾਰੇ ਜਿਹੜੇ ਗੁੱਸੇ 'ਚ ਬੈਠੇ ਹੋਣੇ। ਚਲੋ 55 ਦਾ ਆਂਸਰ ਕਰੋ ਕੀ ਰਹੇਗਾ? 5 ਕੁਐਸਚਨ ਬਾਕੀ ਹੈਗੇ ਆ। ਲੋਕ ਸਾਹਿਤ ਦਾ ਸਿਰਜਕ ਹੁੰਦਾ ਹੈ ਕੋਈ ਖਾਸ ਪੜ੍ਹਿਆ ਲਿਖਿਆ ਵਿਅਕਤੀ, ਕਿਸੇ ਖਾਸ ਖਿੱਤੇ ਦਾ ਲੋਕ ਸਮੂਹ, ਕੋਈ ਭਾਸ਼ਾ ਵਿਗਿਆਨ, ਕੋਈ ਦਾਰਸ਼ਨਿਕ। ਆਂਸਰ ਕਰੋ ਜੀ ਕੀ ਰਹੇਗਾ? ਸ਼ੈਲੀ ਕਹਿੰਦੇ ਮੈਂ ਟਿਕਟੋਕ ਯੂਜ ਨਹੀਂ ਕਰਦੇ। ਓਕੇ ਜੀ, ਕੋਈ ਗੱਲ ਨਹੀਂ ਜੀ, ਨਹੀਂ ਯੂਜ ਕਰਦੇ, ਠੀਕ ਹੈ, ਵੈਰੀ ਗੁੱਡ ਜੀ, ਨਾਈਸ। ਆਂਸਰ ਕੀ ਰਹੇਗਾ? ਬਿਲਕੁਲ 55 ਦਾ ਦੇਖੋ ਆਂਸਰ ਹੈਗਾ ਆਲਾ। ਕਿਸੇ ਖਿੱਤੇ, ਖਾਸ ਖਿੱਤੇ ਦੇ ਲੋਕਾਂ ਦਾ ਸਮੂਹ ਹੁੰਦਾ ਲੋਕ ਸਾਹਿਤ ਦਾ ਸਿਰਜਕ। ਅੱਗੇ ਆ ਜਾਓ। ਲੋਕ ਗੀਤ ਦੇ ਪੈਦਾ ਹੋਣ ਦੇ ਕਾਰਨਾਂ ਵਿੱਚ ਸ਼ਾਮਿਲ ਹੈ। ਆਂਸਰ 56 ਦਾ ਆਂਸਰ ਕੀ ਰਹੇਗਾ? ਲੋਕ ਗੀਤ ਦੇ ਪੈਦਾ ਹੋਣ ਦੇ ਕਾਰਨਾਂ ਵਿੱਚ ਸ਼ਾਮਿਲ ਹੈ, ਕੀ ਸ਼ਾਮਿਲ ਹੈ? ਯਾਦ ਯੁੱਗ ਦੀ ਪੈਦਾਵਾਰ, ਲੋਕਧਾਰਾ ਦੇ ਰੂਪ ਵਜੋਂ, ਮਨੁੱਖ ਦੀਆਂ ਮਾਨਸਿਕ, ਸਮਾਜਿਕ ਅਤੇ ਆਰਥਿਕ ਲੋੜਾਂ ਵਜੋਂ, ਇਹ ਸਾਰੇ। 56 ਦਾ ਆਂਸਰ, 56 ਹਿੰਦੀ 'ਚ ਬੋਲ ਦਿੰਦੇ ਹਾਂ ਸ਼ਾਇਦ ਆਪਾਂ, 56 ਨੂੰ 56। 56 ਦਾ ਆਂਸਰ ਡੀ, ਬਿਲਕੁਲ ਸਹੀ ਰਹੇਗਾ ਤੁਹਾਡਾ। ਹਾਂ ਸੱਸਾ ਆਂਸਰ ਜੀ ਮੈਂ ਡੀ, ਇਹ ਸਾਰੇ। ਅੱਗੇ ਆ ਜਾਓ। ਇਹਨਾਂ ਵਿੱਚੋਂ ਕਿਹੜੀ ਬੰਨਗੀ ਸੰਸਕਾਰਾਂ ਸੰਬੰਧੀ ਲੋਕ ਗੀਤਾਂ ਵਿੱਚ ਸ਼ਾਮਿਲ ਹੈ? 57 ਦਾ ਆਂਸਰ ਕਰੋ। ਛੱਟੀ ਦੇ ਗੀਤ, ਵਾਢੀ ਦੇ ਗੀਤ, ਛੱਟੀ, ਛੱਟੀ ਨਹੀਂ ਛੱਟੀ, ਛੱਟੀ ਦੇ ਗੀਤ, ਵਾਢੀ ਦੇ ਗੀਤ, ਕੁੜਮਾਈ ਦੇ ਗੀਤ, ਗਰਭਦਾਨ ਨਾਲ ਸੰਬੰਧਿਤ ਗੀਤ। ਕਿਹੜੀ ਬੰਨਗੀ ਸੰਸਕਾਰਾਂ ਸੰਬੰਧੀ ਲੋਕ ਗੀਤਾਂ ਵਿੱਚ ਸ਼ਾਮਿਲ ਹੈ? ਆਂਸਰ ਨਹੀਂ ਹੈ, ਸੋਰੀ, ਨਹੀਂ ਲਿਖਿਆ ਇਹਨਾਂ ਨੇ, ਆਪਾਂ ਨੀਚੇ ਪੜ੍ਹਿਆ ਨਹੀਂ, ਨਹੀਂ ਪੁੱਛਿਆ। ਇਹਨਾਂ ਵਿੱਚੋਂ ਕਿਹੜੀ ਬੰਨਗੀ ਸੰਸਕਾਰਾਂ ਸੰਬੰਧੀ ਲੋਕ ਗੀਤਾਂ ਵਿੱਚ ਸ਼ਾਮਿਲ ਨਹੀਂ? ਹਾਂ ਆਂਸਰ 57 ਦਾ, ਬਿਲਕੁਲ 57 ਦਾ ਆਂਸਰ ਤੁਹਾਡੇ ਮੁਤਾਬਕ ਹੈ ਵਾਢੀ ਦੇ ਗੀਤ ਹੋ ਸਕਦਾ, ਛੱਟੀ ਦੇ ਗੀਤ ਹੋ ਸਕਦਾ, ਕੁੜਮਾਈ ਦੇ ਗੀਤ, ਗਰਭਦਾਨ ਦੇ ਗੀਤ। ਆਂਸਰ ਬੀ, ਵਾਢੀ ਦੇ ਗੀਤ। ਹਾਂ ਵਾਢੀ ਦੇ ਗੀਤ ਬੰਨਗੀ ਸੰਸਕਾਰਾਂ ਸੰਬੰਧੀ ਲੋਕ ਗੀਤਾਂ ਵਿੱਚ ਸ਼ਾਮਿਲ ਨਹੀਂ ਹੈਗੇ, ਠੀਕ ਹੈ। ਇਹ ਵਾਲੇ ਤਿੰਨੋਂ ਹੈਗੇ ਆ, ਯਾਦ ਰੱਖਿਓ। ਕਈ ਵਾਰੀ ਇਹ ਪੁੱਛਿਆ ਜਾ ਸਕਦਾ ਹੇਠ ਲਿਖੇ ਵਿੱਚੋਂ ਕਿਹੜਾ ਬੰਨਗੀ ਸੰਸਕਾਰਾਂ ਸੰਬੰਧੀ ਲੋਕ ਗੀਤਾਂ ਵਿੱਚ ਸ਼ਾਮਿਲ ਹੈ, ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ। ਆਂਸਰ 2 ਰਹੇਗਾ ਇਸਦਾ, ਨਹੀਂ ਹੈ ਆਪਾਂ ਪੁੱਛਿਆ ਇਹਨਾਂ ਨੇ, ਨੈਗੇਟਿਵ ਪੁੱਛਿਆ, ਤਾਂ ਆਂਸਰ ਹੈਗਾ ਆੜਾ, ਬਾਡੀ ਦੇ ਗੀਤ। ਅੱਗੇ ਆ ਜਾਓ। ਪੰਜਾਬੀ ਲੋਕ ਗੀਤਾਂ ਵਿੱਚ ਦਿਓਰ ਭਾਬੀ ਦਾ ਰਿਸ਼ਤਾ ਕਿਹੋ ਜਿਹਾ ਪੇਸ਼ ਕੀਤਾ ਗਿਆ ਹੈ? ਸ਼ਰਧਾ ਭਰਿਆ, ਈਰਖਾਲੂ, ਰੋਮਾਂਟਿਕ, ਨਫ਼ਰਤ ਭਰਿਆ। ਆਂਸਰ ਹਾਂ 58 ਦਾ ਆਂਸਰ ਕੀ ਰਹੇਗਾ? ਅਠਵੰਜਾ ਦਾ ਆਂਸਰ ਕੀ ਰਹੇਗਾ? ਬਿਲਕੁਲ ਠੀਕ ਹੈ, ਆਂਸਰ ਤੁਸੀਂ ਕਰ ਰਹੇ ਹੋ, ਰੋਮੈਂਟਿਕ ਹੀ ਹੋਏਗਾ ਆਂਸਰ ਸੀ, ਦਿਓਰ ਭਾਬੀ ਦਾ ਜਿਹੜਾ ਹਾਂ ਰਿਸ਼ਤਾ ਰੋਮੈਂਟਿਕ ਹੀ ਹੋਏਗਾ। ਠੀਕ ਹੈ। ਅਮਰਦੀਪ ਕੌਰ ਕਹਿੰਦੇ ਮੇਰਾ ਬੇਟਾ ਬੋਲ ਰਿਹਾ ਕਿ ਅੱਜ ਕਲਾਸ ਥੋੜ੍ਹੀ ਖਤਮ ਨਹੀਂ ਹੋਈ। ਕੋਈ ਗੱਲ ਨਹੀਂ ਜੀ, ਬਸ ਮਿੰਟ, 2 ਮਿੰਟਾਂ ਦੀ ਵੇਟ ਕਰੋ।
ਹਾਂ ਆਂਸਰ ਹੈਗਾ ਇਸ ਕੋਲ ਈਡੀ ਰੋਮੈਂਟਿਕ। ਅਗਲੇ ਕੁਐਸਚਨ 'ਤੇ ਆ ਜਾਓ, ਤ੍ਰਿੰਜਣ ਦੇ ਗੀਤਾਂ ਨੂੰ ਤੁਸੀਂ ਲੋਕ ਗੀਤ ਦੇ ਕਿਹੜੇ ਵਰਗ ਵਿੱਚ ਸ਼ਾਮਿਲ ਕਰੋਗੇ? ਆਂਸਰ ਕਰੋ ਨਾਹਟ ਦਾ ਆਂਸਰ, ਤ੍ਰਿੰਜਣ ਦੇ ਲੋਕ ਗੀਤਾਂ ਨੂੰ ਤੁਸੀਂ ਕਿਹੜੇ ਲੋਕ ਗੀਤਾਂ ਵਿੱਚ ਵਰਗ ਵਿੱਚ ਸ਼ਾਮਿਲ ਕਰੋਗੇ? ਪਿਆਰ ਦੇ ਗੀਤ, ਰੁੱਤਾਂ ਦੇ ਗੀਤ, ਕਾਰਜਗਤ ਗੀਤ। ਕਾਰਜਗਤ ਗੀਤ ਤਾਂ ਹੋਏਗਾ ਨਹੀਂ, ਆਪਾਂ ਨੂੰ ਪਤਾ ਕਿ ਹੋਏਗਾ ਸੰਸਕਾਰ ਗੀਤ। ਆਂਸਰ ਨਾਹਟ ਦਾ ਕਰੋ, ਨਾਹਟ ਦਾ ਆਂਸਰ ਕਰੋ ਕੀ ਰਹੇਗਾ ਜੀ? ਈੜੀ ਆਂਸਰ ਰਹੇਗਾ, ਬਹੁਤ ਸਾਰੇ ਸੀ ਕਰ ਰਹੇ ਆ, ਸੀ ਆਂਸਰ ਰਹੇਗਾ। ਹਾਂ, ਕੀ ਤ੍ਰਿੰਜਣ ਦੇ ਵਿੱਚ ਕੰਮ ਹੁੰਦਾ? ਠੀਕ ਹੈ, ਸੀ ਆਂਸਰ ਰਹੇਗਾ, ਕਿਉਂਕਿ ਚਰਖਾ ਕੱਤਣਾ, ਤ੍ਰਿੰਜਣ ਦੇ ਵਿੱਚ ਪੂਣੀਆਂ ਕੱਤਣੀਆਂ, ਗਲੋਟੇ ਕੱਤਣੇ, ਸੂਤ ਵੱਟਣਾ, ਇਹ ਸਾਰਾ ਕੁਛ ਤ੍ਰਿੰਜਣ 'ਚ ਹੀ ਹੁੰਦਾ, ਕੰਮ ਹੀ ਹੁੰਦਾ, ਇਸ ਕਰਕੇ ਕਾਰਜਗਤ ਹੋ ਜਾਏਗਾ ਆਂਸਰ। ਈੜੀ ਤ੍ਰਿੰਜਣ ਦੇ ਗੀਤ ਦਾ ਮੁੱਖ ਵਿਸ਼ਾ ਹੁੰਦਾ ਹੈ? ਆਂਸਰ ਕਰੋ, ਤ੍ਰਿੰਜਣ ਦੇ ਗੀਤ ਦਾ ਮੁੱਖ ਵਿਸ਼ਾ ਹੁੰਦਾ ਹੈ ਮਹੀਨਿਆਂ ਬਾਰੇ, ਆਪਣੇ ਪੇਸ਼ੇ ਬਾਰੇ, ਪਤੀ ਤੋਂ ਵਿਜੋਗ ਬਾਰੇ, ਖਾਣ ਪੀਣ ਬਾਰੇ। 60 ਦਾ ਆਂਸਰ ਕੀ ਰਹੇਗਾ? 60 ਦਾ ਆਂਸਰ ਦੱਸ ਦਿਓ, ਬਿਲਕੁਲ ਕੀ ਰਾਈਟ ਰਹੇਗਾ। ਨਾਲ ਹੀ ਇਹ ਦੱਸ ਦਿਓ ਜੋ ਹੋਰ ਕੁਐਸਚਨ ਕਰਨਾ ਚਾਹੁੰਦੇ, ਇਹ ਦੱਸ ਦਿਓ ਜਿਨ੍ਹਾਂ ਨੂੰ ਹਾਲੇ ਵੀ ਲੈਕਚਰ ਹੋਰ ਚਾਹੀਦਾ ਤਾਂ ਜਲਦੀ ਦੱਸ ਦਿਓ, ਆਪਾਂ ਟਾਈਮ ਹੋਰ ਵਧਾ ਸਕਦੇ ਹਾਂ ਜੇਕਰ ਤੁਸੀਂ ਡਿਮਾਂਡ ਰੱਖਦੇ ਹੋ। ਠੀਕ ਹੈ, 60 ਦਾ ਆਂਸਰ ਹੋ ਚੁੱਕਿਆ ਆਪਣਾ, ਬਿਲਕੁਲ ਕਰ ਰਹੇ ਹੋ ਤੁਸੀਂ ਆਂਸਰ। ਪਤੀ ਦੇ ਵਿਜੋਗ ਬਾਰੇ ਈੜੀ ਆਂਸਰ, ਠੀਕ ਹੈ, 60 ਦਾ ਬਿਲਕੁਲ ਸਹੀ ਰਹੇਗਾ। ਦੱਸੋ ਥੋੜ੍ਹਾ ਜਿਹਾ ਜਿਹੜੇ ਜਿਹੜੇ ਕਹਿੰਦੇ ਕਿ ਹੋਰ ਕਰੀਏ। ਠੀਕ ਹੈ, ਚੱਲਣ ਦਿਓ, ਪੂਨਮ ਕਮੋਜ ਕਰੇ ਹੈਗੇ ਆ, ਅਸੀਂ ਤਾਂ ਚੱਲੇ ਪੱਕੇ ਬੈਠੇ ਹਾਂ ਜੀ। ਠੀਕ ਹੈ, ਚਲੋ ਕੋਈ ਗੱਲ ਨਹੀਂ ਜੀ, ਠੀਕ ਹੈ। ਅੱਛਾ ਜੀ, ਠੀਕ ਆ, ਚਲੋ ਕਰਦੇ ਹਾਂ ਫਿਰ 5 ਕੁਐਸਚਨ ਹੋਰ ਕਰ ਲੈਂਦੇ ਹਾਂ, ਕੋਈ ਗੱਲ ਨਹੀਂ। ਗੁੱਗੇ ਦੀ ਪੂਜਾ ਸਮੇਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਕਹਿੰਦੇ ਹਨ? ਆਂਸਰ ਕਰੋ, ਗੁੱਗੇ ਦੇ ਸਮੇਂ ਗਾਏ ਜਾਣ ਵਾਲੇ ਲੋਕ ਗੀਤਾਂ ਦੀ ਪੂਜਾ, ਸੋਰੀ, ਗੁੱਗੇ ਦੀ ਪੂਜਾ ਦੇ ਸਮੇਂ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਕੀ ਕਹਿੰਦੇ? ਦੇਵੀ ਦੇਵਤਿਆਂ ਬਾਰੇ ਗੀਤ, ਸੰਸਕਾਰ ਬਾਰੇ ਗੀਤ, ਦਿਨ ਤਿਉਹਾਰ ਦੇ ਗੀਤ, ਭਜਨ ਦੇ ਗੀਤ। ਚਲੋ ਆਂਸਰ ਕਰੋ, ਆਂਸਰ ਕਰੋ 61 ਦਾ ਆਂਸਰ। ਚਲੋ 61 ਦਾ ਆਂਸਰ ਕੀ ਹੈਗਾ? ਦੇਵੀ ਦੇਵਤਿਆਂ ਬਾਰੇ ਗੀਤ ਆਂਸਰ ਰਹੇਗਾ, ਬਿਲਕੁਲ ਸਹੀ ਊੜਾ ਆਂਸਰ। ਗੁੱਗੇ ਦੀ ਪੂਜਾ ਇੱਕ ਮਤਲਬ ਦੇਵਤੇ ਜਾਂ ਦੇਵੀ ਦੀ ਹੀ ਪੂਜਾ ਹੋ ਜਾਂਦੀ ਹੈ, ਤੁਹਾਨੂੰ ਪਤਾ। ਅੱਗੇ ਆ ਜਾਓ ਨੈਕਸਟ ਕੁਐਸਚਨ ਦੇ। ਦੁੱਲਾ ਪੱਟੀ ਦੀ ਵਾਰਤਾ ਬਾਰੇ ਆਂਸਰ, ਦੁੱਲਾ ਪੱਟੀ ਦੀ ਵਾਰਤਾ ਬਾਰੇ ਲੋਕ ਗੀਤ ਲੋਕ ਗੀਤਾਂ ਦੀ ਕਿਹੜੀ ਸ਼੍ਰੇਣੀ ਵਿੱਚ ਆਉਂਦਾ ਹੈ? ਕਾਰਜਗਤ ਗੀਤ, ਪਿਆਰ ਗੀਤ, ਸੂਰਮਗਤੀ ਦਾ ਗੀਤ, ਪੇਸ਼ਾਵਰ ਜਾਤੀਆਂ ਦੇ ਗੀਤ। ਦੁੱਲਾ ਪੱਟੀ ਦੀ ਵਾਰਤਾ ਬਾਰੇ ਲੋਕ ਗੀਤ ਲੋਕ ਗੀਤਾਂ ਦੀ ਕਿਹੜੀ ਸ਼੍ਰੇਣੀ ਵਿੱਚ ਸ਼ਾਮਿਲ ਆਉਂਦਾ ਹੈ? ਆਂਸਰ ਕਰੋ 42 ਦਾ ਸੂਰਮਗਤੀ, ਠੀਕ ਰਹੇਗਾ ਤੁਹਾਡਾ, ਸੀ ਆਂਸਰ ਕਰੇ ਬਹੁਤ ਸਾਰੇ, ਬਿਲਕੁਲ ਸਹੀ ਰਹੇਗਾ ਸੂਰਮਗਤੀ, ਹੈ ਨਾ, ਜਿਵੇਂ ਕਿ ਜਿਉਣਾ ਮੋੜ ਵਾਲੇ ਗੀਤ ਦੀ ਗੱਲ ਕੀਤੀ ਸੀ ਆਪਾਂ, ਉਸੇ ਤਰ੍ਹਾਂ ਬਿਲਕੁਲ ਹੈ ਸੂਰਮਗਤੀ ਆਂਸਰ ਈੜੀ। ਅੱਗੇ ਆ ਜਾਓ, ਲੋਕ ਕਾਵਿ ਦੇ ਲੱਛਣ ਵਿੱਚ ਕਿਹੜਾ ਸ਼ਾਮਿਲ ਹੈ? 63 ਦਾ ਆਂਸਰ ਕਰੋ, 63 ਦਾ ਆਂਸਰ ਕੀ ਰਹੇਗਾ?
63 ਦਾ ਆਨਸਰ ਕੀ ਰਹੇਗਾ? ਚਲੋ 63 ਦਾ ਆਨਸਰ ਕੀ ਰਹੇਗਾ? ਪ੍ਰਮਾਣਿਤ ਅਤੇ ਪ੍ਰਚਲਿਤ ਲੋਕ ਅਨੁਭਵ ਦਾ ਪ੍ਰਗਟਾ, ਲੋਕ ਸਮੂਹ ਰੂਪ ਵਿੱਚ ਸਿਰਜਿਤ ਲੋਕ ਸਥਿਤੀਆਂ ਪ੍ਰਤੀ ਮਨੁੱਖੀ ਮਨ ਦਾ ਸਹਿਜ ਪ੍ਰਗਟਾ, ਉਪਰੋਕਤ ਸਾਰੇ ਆਨਸਰ ਕਰੋ ਕੀ ਰਹੇ? ਰਣਦੀਪ ਕੌਰ ਸੰਧੂ ਕਰੇ ਕਿ ਅੱਜ ਬਹੁਤੀ ਤੇ ਬੱਚੇ ਪੇਕੇ ਗਏ ਲੱਗਦੇ ਆ। ਨਹੀਂ ਜੀ, ਕਿਹੜੀ ਬਹੁਤੀ ਕਿਹੜੇ ਬੱਚੇ, ਕੁਛ ਨਹੀਂ ਆਪਣੇ ਕੋਲ ਹੈ, ਹਾਲੇ ਤਾਂ ਆਪਾਂ ਸਿੰਗਲ ਹੈ। ਠੀਕ ਹੈ ਜੀ, ਕੋਈ ਗੱਲ ਨਹੀਂ, ਆਂਸਰ ਕਰੋ ਕੀ ਰਹੇਗਾ? 63 ਦਾ ਆਂਸਰ ਕੀ ਹੋਏਗਾ? ਬਿਲਕੁਲ ਹਾਂ, ਆਂਸਰ 63 ਦਾ ਕੀ ਰਹੇਗਾ? ਆਂਸਰ 63 ਦਾ ਕੀ ਰਹੇਗਾ? ਬਿਲਕੁਲ ਸੱਸਾ। ਠੀਕ ਹੈ, ਉਪਰੋਕਤ ਸਾਰੇ ਆਂਸਰ ਸੱਸਾ ਰਹੇਗਾ ਜੀ। ਕਿਹੜੀ ਗੱਲ ਲੋਕ ਕਾਵ ਨਾਲ ਜੁੜੀ ਹੋਈ ਹੈ? ਆਂਸਰ ਕਰੋ 64 ਦਾ, ਆਂਸਰ ਕਰੋ 64 ਦਾ, ਬਿਲਕੁਲ 64 ਦਾ ਆਂਸਰ ਤੁਸੀਂ ਕਰ ਰਹੇ ਹੋ। ਕੀ ਰਹੇਗਾ? ਕਿਹੜੀ ਗੱਲ ਲੋਕ ਕਾਵ ਨਾਲ ਜੁੜੀ ਹੈ? ਆਂਸਰ 64 ਦਾ ਕੀ ਹੋਏਗਾ? 64 ਦਾ ਆਂਸਰ ਕੀ ਹੋਏਗਾ? ਚਲੋ 64 ਦਾ ਆਂਸਰ ਕਰੋ ਜਲਦੀ। ਹਾਂ, ਸੱਸਾ ਆਂਸਰ ਹੋਏਗਾ ਜਜ਼ਬੇ ਦੀ ਪ੍ਰਧਾਨਤਾ ਅਤੇ ਹੋਰ ਸਾਰੇ, ਆਂਸਰ ਡੀ। ਹਾਂ, ਇਹ ਕੀ ਹੁੰਦਾ ਹੈ? ਮੰਨ ਲਓ ਵੀ ਕਿਹੜੀ ਗੱਲ ਲੋਕ ਕਾਵ ਨਾਲ ਜੁੜੀ ਹੈ? ਇਸ ਸਾਂਝੇ ਵਿਰਸੇ ਅਤੇ ਪਰਿਵਾਰਾਂ ਦਾ ਅੰਗ ਹੁੰਦਾ ਹੈ ਲੋਕ ਕਾਵ। ਇਹ ਇਹਨਾਂ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹੈ, ਇਹ ਆਪਣੇ ਆਪ ਵਿੱਚ ਸਪੂਰਨ ਨਹੀਂ ਹੁੰਦਾ, ਜਜ਼ਬੇ ਦੀ ਪ੍ਰਧਾਨਤਾ ਅਤੇ ਹੋਰ ਸਾਰੇ, ਆਂਸਰ ਹੈਗਾ ਸੱਸਾ। ਆਂਸਰ ਨੈਕਸਟ ਕਰ ਦਿਓ। ਮ੍ਰਿਤਕ ਦੇ ਸੰਸਕਾਰ ਨਾਲ ਕਿਹੜਾ ਲੋਕ ਗੀਤ ਸੰਬੰਧ ਹੈ? ਸਿੱਠਣੀ, ਹੇਰਾ, ਲੰਮੀ ਬੋਲੀ, ਕੀਰਨਾ। ਮ੍ਰਿਤਕ ਦੇ ਸੰਸਕਾਰਾਂ ਨਾਲ ਕਿਹੜਾ ਗੀਤ ਸੰਭਵ ਹੈ ਜਾਂ ਸੰਬੰਧਿਤ ਹੈ? ਸੋਰੀ, 65 ਦਾ ਆਂਸਰ, ਬਿਲਕੁਲ ਹਾਂ, 65 ਦਾ ਆਂਸਰ ਹੋ ਚੁੱਕਿਆ ਤੁਹਾਡਾ ਡੀ। ਠੀਕ ਹੈ, ਆਂਸਰ ਤੁਹਾਡਾ ਡੀ ਰਹੇਗਾ, ਕੀਰਨਾ। ਕੀਰਨਾ ਬਿਲਕੁਲ ਰਾਈਟ ਆਂਸਰ ਰਹੇਗਾ ਜੀ, ਕੀਰਨਾ ਬਿਲਕੁਲ ਰਾਈਟ ਆਂਸਰ ਤੁਹਾਡਾ ਰਹੇਗਾ, ਕੀਰਨਾ। ਠੀਕ ਹੈ, ਕੀਰਨਾ ਬਿਲਕੁਲ ਰਾਈਟ ਆਂਸਰ। ਚਲੋ ਠੀਕ ਆ ਜੀ, ਕਿਸ ਤਰ੍ਹਾਂ ਲੱਗੀ ਕਲਾਸ ਅੱਜ ਦੀ? ਤਾਂ ਇੱਕ ਵਾਰ ਥੰਬਸ ਅਪ ਕਰ ਦਿਉ ਜਲਦੀ, ਔਰ ਜਿੰਨਾ ਕੁ ਹੋ ਸਕੇ ਉੰਨਾ ਕੁ ਸ਼ੇਅਰ ਕਰਿਓ, ਜਿੰਨਾ ਕੁ ਤੁਸੀਂ ਕਰ ਸਕਦੇ ਹੋ, ਜਿੰਨਾ ਕੁ ਤੁਹਾਡੇ 'ਚ ਜ਼ੋਰ ਹੈ ਸ਼ੇਅਰ ਕਰਨ ਦਾ, ਅੱਜ ਥੋੜ੍ਹਾ ਮੌਕਾ ਹੈ, ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਹੋ ਸਕੇ, ਜਿਸ ਵੀ ਮਰਜ਼ੀ ਗਰੁੱਪ ਦੇ ਵਿੱਚ, ਔਰ ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ ਤਾਂ ਵੈਸੇ ਨਹੀਂ ਹੋਏਗਾ। ਠੀਕ ਹੈ, ਲਿੰਕ ਸਾਹਿਬ ਪ੍ਰੋਵਾਈਡ ਹੋ ਜਾਵੇ ਤਾਂ ਕਰ ਦਿਓ, ਕੋਈ ਗੱਲ ਨਹੀਂ, ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਿਓ ਜ਼ਰੂਰ, ਲਾਈਕ ਕਰਿਓ ਜਿੰਨਾ ਹੋ ਸਕੇ, ਔਰ ਕਿਸ ਤਰ੍ਹਾਂ ਲੱਗਿਆ ਅੱਜ ਦਾ ਵੀਡੀਓ ਜ਼ਰੂਰ ਦੱਸਿਓ। ਠੀਕ ਹੈ, ਕੋਈ ਵੀ ਕਮੀ ਕਿਸੇ ਤਰ੍ਹਾਂ ਦੀ ਪੇਸ਼ੀ ਹੈ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ, ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ, ਇੰਨਾ ਟਾਈਮ ਜਿਹੜਾ ਤੁਸੀਂ ਬਣੇ ਰਹੇ। ਠੀਕ ਹੈ, ਚਲੋ ਇਹ ਕਲਾਸ ਜਿਹੜੀ ਕਹਿੰਦੇ ਹੁੰਦੇ ਆ ਭਾਗਾਂ ਨਾਲ ਕਲਾਸ ਅੱਜ ਆਈ ਸੀ, ਇਸ ਤੋਂ ਬਾਅਦ ਦੇਖਦੇ ਹਾਂ ਇਸ ਤਰ੍ਹਾਂ ਦੀ ਕਲਾਸ ਕਦੋਂ ਆ ਸਕਦੀ ਹੈ। ਚਲੋ ਜੀ, ਠੀਕ ਹੈ, ਥੈਂਕ ਯੂ ਸਾਰਿਆਂ ਦਾ। ਹਾਂ, ਛੁੱਟੀ ਹੋ ਗਈ, ਬੈੱਲ ਕਰ ਦਿਓ ਥੋੜ੍ਹੀ ਜੀ ਤਾਂ ਕਿ ਬੱਚੇ ਜਲਦੀ ਜਲਦੀ ਨਿਕਲ ਜਾਣ, ਆਪਣੇ ਬਸਤੇ ਲੈ ਕੇ, ਬੈਗ ਲੈ ਕੇ ਜਲਦੀ ਜੀ। ਠੀਕ ਹੈ, ਬੈੱਲ ਸਾਰਿਆਂ ਨੂੰ ਸੁਣਾਈ ਦੇ ਰਹੀ ਹੋਣੀ। ਠੀਕ ਹੈ, ਓਕੇ, ਬਿਲਕੁਲ ਠੀਕ ਹੈ ਜੀ, ਰਾਈਟ ਆਂਸਰ ਤੁਸੀਂ ਕਰ ਦਿੱਤਾ ਸਾਰੇ ਕੁਐਸਚਨ ਦਾ ਲਗਭਗ। ਅੱਗੇ ਸ਼ਹਿਰ ਤੋਂ ਸਟਾਰਟ ਕਰਾਂਗੇ, ਘੋੜੀ ਕਾਵ ਰੂਪ। ਹਾਂ,
ਕਿਹੜੇ ਸੁਰ ਵਿੱਚ ਗਾਇਆ ਜਾਂਦਾ ਹੈ, ਇਸ ਦਾ ਆਨਸਰ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਠੀਕ ਆ ਜੀ, ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ। ਲਾਈਕ ਕਰ ਦਿਓ ਵੀਡੀਓ ਨੂੰ ਜਿੰਨੇ ਵੀ ਦੇਖ ਰਹੇ ਹੋ, 122 ਲਾਈਕ ਹੈਗੇ ਵੈਸੇ ਤਾਂ ਅੱਜ ਬਿਲਕੁਲ। ਔਰ ਆਫਲਾਈਨ ਵੀਡੀਓ 'ਤੇ ਕਮੈਂਟ ਕਰਿਓ ਜ਼ਰੂਰ, ਠੀਕ ਹੈ। ਆਫਲਾਈਨ ਵੀਡੀਓ 'ਤੇ ਵੀ ਕਮੈਂਟ ਕਰ ਦਿਓ। ਈਵਨਿੰਗ SST ਦੀ ਕਲਾਸ ਹੋਵੇਗੀ ਲਗਭਗ, SST ਦੀ ਕਲਾਸ ਵੀ ਅੱਜ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਡਿਫਰੈਂਟ ਹੋਏਗੀ, ਕੁਛ ਵਧੀਆ ਹੀ ਦੇਖਣ ਨੂੰ ਮਿਲੇਗਾ SST ਦੀ ਕਲਾਸ 'ਚ ਅੱਜ ਤੁਹਾਨੂੰ, ਠੀਕ ਹੈ। ਠੀਕ ਹੈ ਜੀ, ਥੈਂਕ ਯੂ, ਬਾਏ ਬਾਏ।